ਹੈਲੋ ਫਰੈਂਡਸ ਅਸੀਂ ਅੱਜ ਇਸ ਵੀਡੀਓ ਦੇ ਵਿੱਚ ਚੈਪਟਰ ਨੰਬਰ 1 ਜਿਹੜਾ ਡਿਸਕਸ ਕਰਾਂਗੇ ਇਹਦੇ ਵਿੱਚ ਉਹੀ ਕੁਐਸਚਨ ਡਿਸਕਸ ਕਰਾਂਗੇ ਜਿਹੜੇ ਐਗਜ਼ਾਮ ਦੇ ਪੁਆਇੰਟ ਆਫ 뷰 ਤੋਂ ਇੰਪੋਰਟੈਂਟ ਨੇ ਜਿਹੜੇ ਪ੍ਰੀ ਬੋਰਡ ਦੇ ਵਿੱਚ ਜਾਂ ਫਾਈਨਲ ਐਗਜ਼ਾਮ ਦੇ ਵਿੱਚ ਹਮੇਸ਼ਾ ਜਿਹੜੇ ਨੇ ਕੁਐਸਚਨ ਤੁਹਾਨੂੰ ਮਿਲਦੇ ਨੇ 1 ਮਾਰਕ ਦੇ ਵਿੱਚ 2 ਮਾਰਕ ਦੇ ਵਿੱਚ ਜਾਂ 4 ਮਾਰਕ ਦੇ ਵਿੱਚ ਸੋ ਐਕਸਰਸਾਈਜ਼ 1.1 ਦਾ ਜੋ ਫਰਸਟ ਕੁਐਸਚਨ ਹੈ ਬੜਾ ਈਜ਼ੀ ਹੈ ਕੀ ਸਿਫਰਿਕ ਪ੍ਰਾਈਮੇ ਸੰਖਿਆ ਇਸ ਜ਼ੀਰੋ ਅ ਰੈਸ਼ੀਨਲ ਨੰਬਰ ਕੀ ਤੁਸੀਂ ਇਸ ਨੂੰ ਪੀ ਓਵਰ ਕਿਊ ਰੂਪ ਵਿੱਚ ਲਿਖ ਸਕਦੇ ਹੋ ਕੈਨ ਯੂ ਰਾਈਟ ਪੀ ਓਵਰ ਕਿਊ इन द फॉर्म पी ओवर क्यू बिल्कुल जी सिफर है जीरो है साढ़े पास एक परिमेय संख्या है रैशनल है तो इसमें असी जीरो नी ओवर क्यू फॉर्म च लिख सकते हैं लिखना किमें आप यस जीरो पास की है जीरो इज रे रैशनल है। जीरो एक परिमेय संख्या है ਇਸ ਨੂੰ ਪੀ ਓਵਰ ਕਿਊ ਫਾਰਮ ਦੇ ਵਿੱਚ ਲਿਖਣਾ ਸੀ ਤਾਂ ਉਹ ਕੀ ਬਣਦਾ 0 1 ਤਾਂ 1 ਜਿਹੜਾ ਕਿਊ ਸਾਡਾ ਕੀ ਹੋ ਗਿਆ ਕਿਊ 0 ਨਹੀਂ ਹੋਣਾ ਚਾਹੀਦਾ ਕਿਊ ਕਿੰਨਾ ਹੈ ਸਾਡੇ ਕੋਲ 1 ਹੋ ਗਿਆ ਏ ਸੋ 0 ਕੀ ਹੋ ਗਈ ਇੱਕ ਪਰਿਮੇਯ ਸੰਖਿਆ ਰੈਸ਼ੀਨਲ ਨੰਬਰ ਕੁਐਸਚਨ ਨੰਬਰ 2 ਤੇ 3 ਬੜੇ ਈਜ਼ੀ ਨੇ 3 ਐਂਡ 4 ਤਿੰਨ ਤੇ ਚਾਰ ਦੇ ਵਿਚਕਾਰ 6 ਪਰਿਮੇਯ ਸੰਖਿਆ ਮੰਨ ਲਓ ਫਾਈਂਡ 6 ਰੈਸ਼ੀਨਲ ਨੰਬਰਸ ਬਿਟਵੀਨ 3 ਐਂਡ 4 ਸੇਮ ਹੀ ਆਲਮੋਸਟ ਕੁਐਸਚਨ ਨੰਬਰ 3 ਹੈ ਫਾਈਂਡ 5 ਰੈਸ਼ੀਅਨਲ ਨੰਬਰਸ ਬਿਟਵੀਨ 3/5 ਐਂਡ 4/5 3/5 ਤੇ 4/5 ਦੇ ਵਿਚਕਾਰ 5 ਪ੍ਰਿਮੇਯ ਸੰਖਿਆਵਾਂ ਪਤਾ ਕਰਨੀਆਂ ਸੀ। ਸੋ ਮੈਨੂੰ ਉਮੀਦ ਹੈ ਤੁਸੀਂ ਸਾਰਿਆਂ ਨੇ ਸਕੇਲ ਜਿਹੜਾ ਹੈ, ਫੂਟਾ ਜਿਹੜਾ ਹੈ ਉਹ ਯੂਜ਼ ਕੀਤਾ ਹੋਵੇਗਾ, ਦੇਖਿਆ ਹੋਵੇਗਾ। ਸੋ ਜੇਕਰ ਤੁਸੀਂ ਕਦੇ ਇਹਦੇ ਉੱਪਰ ਕਦੇ ਲਾਈਨ ਡਰਾ ਕੀਤੀ ਹੈ, ਸਪੋਜ਼ 3.5 ਸੈਂਟੀਮੀਟਰ ਦੀ ਲਾਈਨ ਡਰਾ ਕਰਨੀ ਹੈ 3.5 ਇੱਥੇ ਤੱਕ। ਤਾਂ ਇਹਦੇ ਵਿਚਕਾਰ ਬੜੇ ਨੰਬਰ ਨੇ 1 2 3 4 5 ਸੋ ਜਿਹੜੇ ਇਹਨਾਂ ਦੇ ਵਿੱਚ ਘਰ ਰੈਸ਼ੀਨਲ ਨੰਬਰ ਆਉਣ ਦੇ ਤਰੀਕਾ ਹੈ ਬੜਾ ਈਜ਼ੀ ਹੈ 3.1 ਜਿਵੇਂ ਅਸੀਂ ਸਕੇਲ ਦੇ ਉੱਪਰ ਲਾਈਨ ਡਰਾ ਕਰਦੇ ਹਾਂ 3.2 ਇਹ ਵੀ ਰੈਸ਼ੀਨਲ ਨੰਬਰ ਹੈ 3.3 ਵੀ ਪ੍ਰੀਮੀਅਰ ਹੈ 3.4 ਵੀ ਪ੍ਰੀਮੀਅਰ ਹੈ 3.5 3.9 ਤੱਕ ਲਿਖ ਸਕਦੇ ਹਾਂ ਨੈਕਸਟ ਸਟੈਪ ਦੇ ਵਿੱਚ ਅਸੀਂ ਇਹਨਾਂ ਦਾ ਜਿਹੜਾ ਡੈਸੀਮਲ ਹ ਰਿਮੂਵ ਕਰ ਦਿੰਨੇ ਆ ਕਿਉਂਕਿ ਡੈਸੀਮਲ ਤੋਂ ਬਾਅਦ ਇੱਕ ਡਿਜੀਟ ਹੈ ਤਾਂ ਨੀਚੇ ਕਿੰਨਾ ਆਏਗਾ 10 ਆਏਗਾ ਤਾਂ ਸਾਡੇ ਕੋਲਸ ਨੰਬਰ ਕੀ ਬਣਗੇ ਇਹ ਇਹ ਬਾਰੇ ਸਾਡੇ ਕੋਲ ਜਿੰਨੇ ਮਰਜ਼ੀ ਜਿੰਨੇ ਤੁਹਾਨੂੰ ਚਾਹੀਦੇ ਨੇ 3.6 ਤੋਂ ਸਾਡਾ 3.7 ਇੱਕ ਆਗੇ 4 ਤੋਂ ਲੈ ਕੇ 3 ਤੋਂ ਲੈ ਕੇ 4 ਦੇ ਵਿਚਕਾਰ ਆ ਗਏ ਨੇ ਦੂਸਰਾ ਮੈਥਡਡ ਕੀ ਹੈ ਸਾਡੇ ਕੋਲ ਦੂਸਰੇ ਮੈਥਡਡ ਦੇ ਵਿੱਚ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਇਸ ਨੂੰ 3 ਹੈ ਤੇ 4 ਹੈ ਇਸ ਦੇ نیچے ਮੈਂ ਵਨ ਲਗਾ ਲੈਣਾ ਸੋ ਜਿਹੜਾ ਡਿਨੋਮੀਨੇਟਰ ਹੈ ਹਰੇ ਇਸ ਨੂੰ ਵੱਡਾ ਕਰਨਾ ਸੀ ਕਿਉਂਕਿ ਦੋਨੇ ਪਾਸੇ 1 ਹੈ ਤਾਂ ਮੈਂ ਕੀ ਕਰਦੇ ਇਸ ਨੂੰ 10 ਨਾਲ ਮਲਟੀਪਲਾਈ ਕਰ ਲੈਣਾ नीचे भी ऊपर भी इस नु वड्डा करने देले ता मेरे पास की बन जाएगा 30 ओवर 10 40 ओवर 10 ता 30 बटे 10 ते 40 बटे 10 ਦੇ ਵਿਚਾਲੇ ਕਿੰਨੇ ਨੰਬਰ ਆਂਦੇ ਨੇ 31 बटे 10 32 बटे 10 33 बटे 10 34 बटे 10 ਜਿੰਨੇ ਮਰਜੀ 39 ਤੱਕ ਜੇ ਤੁਸੀਂ 100 ਕਰ ਲੈਂਦੇ ਫਿਰ ਹੋਰ ਵੀ ਵੱਡਾ ਹੋ ਜਾਣਾ ਸੀ ਸੋ ਇਸੇ ਤਰ੍ਹਾਂ ਕੁਐਸਚਨ ਨੰਬਰ 2 ਹੈ ਸੇਮ ਸਾਡੇ ਕੋਲ ਸੋ ਇਹਨਾਂ ਦੇ ਵਿਚਕਾਰ ਵੀ ਅਸੀਂ ਪ੍ਰਾਇਮਰੀ ਸੰਖਿਆਵਾਂ ਲਿਖਣੀਆਂ ਨੇ ਰੈਸ਼ਨਲ ਨੰਬਰ ਲਿਖਣੇ ਨੇ ਤਾਂ ਇਹਨਾਂ ਦਾ ਡਿਨੋਮੀਨੇਟਰ ਜਿਹੜਾ ਏ ਸੇਮ ਹੈ ਹਰ ਬਰਾਬਰ ਹੈ ਤਾਂ ਮੈਂ ਇਸ ਹਰ ਨੂੰ ਵੱਡਾ ਕਰ ਲੈਣਾ ਆਪਣੇ ਕੋਲ ਸਪੋਸ 10 ਨਾਲ ਮਲਟੀਪਲਾਈ ਕਰ ਲੈਨੇ ਆਂ ਅਸੀਂ ਦੂਸਰਾ ਮੈਥਡ ਜਿਹੜਾ ਸੀ ਯੂਜ਼ ਕਰ ਲੈਨੇ ਆ ਬਣ ਜਿਗਾ ਸਾਡੇ ਕੋਲ 30 ਓਵਰ 50 ਐਂਡ 40 ਓਵਰ 50 ਤਾਂ ਵਿਚਕਾਰ ਕਿੰਨੀਆਂ ਸੰਖਿਆਵਾਂ ਜੜੀਆਂ 31 32 33 ਸਾਰੀਆਂ ਲਿਖ ਦਿਓ ਤੁਸੀਂ ਸੋ 30 ਓਵਰ 50 ਇਥੇ ਜਿਗਾ 31 ওভার 50 32 ওভার 50 33 ওভার 50 34 ওভার 50 35 ওভার 50 ਸੋ ਆਨ 39 ਤੱਕ ਸੋ ਇੰਨੀਆਂ ਜੋ ਪ੍ਰਿਮੇય ਸੰਖਿਆਵਾਂ ਨੇ ਅਸੀਂ ਵਿਚਾਰ ਜਿਹੜੀਆਂ ਨੇ ਪਤਾ ਕਰ ਲੀਆਂ ਨੇ ਬੜਾ ਈਜ਼ੀ ਮੈਥਡ ਹੈ ਸਿਰਫ ਤੇ ਸਿਰਫ ਡਿਨੋਮੀਨੇਟਰ ਨੂੰ ਵੱਡਾ ਕਰ ਲੈਣਾ ਚਾਹੀਦਾ ਸਾਨੂੰ 3 ਨਾਲ ਮਲਟੀਪਲਾਈ ਕਰ ਸਕਦੇ ਹਾਂ 20 ਨਾਲ ਕਰ ਸਕਦੇ ਹਾਂ 30 ਨਾਲ ਕਰ ਸਕਦੇ ਹਾਂ ਕਵੈਸਚਨ ਨੰਬਰ 4 ਦੇ ਵਿੱਚ ਪ੍ਰੂਫ ਹਾਲਸ ਨੇ ਹਰੇਕ ਪ੍ਰਕਿਰਤਿਕ ਸੰਖਿਆ ਇੱਕ ਪੂਰਨ ਸੰਖਿਆ ਹੁੰਦੀ ਹੈ। ਐਵਰੀ ਨੇਚਰਲ ਨੰਬਰ ਇਜ਼ ਆ ਹੋਲ ਨੰਬਰ। ਟ੍ਰੂ ਹੈ ਕਿਉਂਕਿ ਨੇਚਰਲ ਨੰਬਰ 1 ਤੋਂ ਸਟਾਰਟ ਹੁੰਦੇ ਨੇ ਪ੍ਰਕਿਰਤਿਕ ਸੰਖਿਆਵਾਂ ਤੇ ਪੂਰਨ ਸੰਖਿਆਵਾਂ 0 ਤੋਂ ਸਟਾਰਟ ਹੁੰਦੀਆਂ ਨੇ ਇਹ ਸਾਡਾ ਟ੍ਰੂ ਹੈ ਜੀ। ਸੋ 0 ਵੀ ਹੋਲ ਨੰਬਰ ਦੇ ਵਿੱਚ ਆਉਂਦੀ ਹੈ ਪ੍ਰਕਿਰਤਿਕ ਚਾਹਂਦੀ ਨਹੀਂ ਹੈ। ਸੋ ਜਿਹੜਾ ਹੋਲ ਨੰਬਰ ਦਾ ਸੈੱਟ ਹੈ ਉਹ ਵੱਡਾ ਹੋ ਗਿਆ ਥੋੜਾ ਜਿਹਾ। ਹਰੇਕ ਸੰਪੂਰਨ ਸੰਖਿਆ ਇੱਕ ਪੂਰਨ ਸੰਖਿਆ ਹੁੰਦੀ ਹੈ। ਐਵਰੀ ਇੰਟੀਜਰ ਇਜ਼ ਆ ਹੋਲ ਨੰਬਰ। ਜਿਹੜੇ ਇੰਟੀਜਰਸ ਹੁੰਦੇ ਨੇ ਸੰਪੂਰਨ ਸੰਖਿਆਵਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਮਾਈਨਸ ਵਾਲੇ ਨੰਬਰ ਵੀ ਆ ਜਾਂਦੇ ਨੇ ਲਾਈਕ ਇਦਾਂ ਦੇ -5 -4 -3 ਇਹ ਪੂਰਨ ਸੰਖਿਆਵਾਂ ਦੇ ਵਿੱਚ ਨਹੀਂ ਆਂਦੇ ਸੋ ਇਹ ਕੀ ਹੈ ਗਲਤ ਹੈ ਜਿਹੜੇ ਸੰਪੂਰਨ ਸੰਖਿਆਵਾਂ ਨੇ ਉਹ ਵੱਡੇ ਨੇ ਤੇ ਜਿਹੜੇ ਹੋਲ ਨੰਬਰ ਨੇ ਉਹ ਛੋਟੇ ਨੇ ਇੰਟੀਜਰਸ ਦੇ ਨਾਲੋਂ ਸੋ ਵੱਡਾ ਜਿਹੜਾ ਡੱਬਾ ਇਹ ਛੋਟੇ ਦੇ ਵਿੱਚ ਨਹੀਂ ਆ ਸਕਦਾ ਸੋ ਇਹ ਕੀ ਹੈ ਸਾਡਾ ਗਲਤ ਹੈ ਹਰੇਕ ਪਰਿਮੇਯ ਸੰਖਿਆ ਪੂਰਨ ਸੰਖਿਆ ਹੁੰਦੀ ਹੈ ਐਵਰੀ ਰੈਸ਼ੀਨਲ ਇਜ਼ ਅ ਹੋਲ ਨੰਬਰ ਜਰੂਰੀ ਨਹੀਂ ਹੈ ਜੀ ਹੋਲ ਨੰਬਰ ਕਿਦਾਂ ਦੇ ਹੁੰਦੇ ਨੇ 0 1 2 3 4 ਜਦੋਂ ਕਿ ਪਰਿਮੇਯ ਸੰਖਿਆ 1/2 ਵੀ ਹੋ ਸਕਦੀ ਹੈ ਸੋ ਇਹ ਤਾਂ ਸਾਡੀ ਪੂਰਨ ਸੰਖਿਆ ਨਹੀਂ ਹੋਈ ਇਹ ਹੋਲ ਨੰਬਰ ਨਹੀਂ ਬਣਿਆ ਸੋ ਇਹ ਕੀ ਹੈ ਫਾਲਸ ਹੈ ਇਹ ਵੀ ਕੀ ਹੈ ਫਾਲਸ ਹੈ ਇਹ ਸਾਨੂੰ ਕੀ ਕਿਹਾ ਗਿਆ ਹਰ ਪਰਿਮੇਯ ਸੰਖਿਆ ਕਹਿੰਨ ਤੋਂ ਭਾਵ ਕਿ 1/2 ਵੀ ਕੀ ਹੈ ਇੱਕ ਪੂਰਨ ਸੰਖਿਆ ਹੈ ਜਦ ਕਿ ਪੂਰਨ ਸੰਖਿਆမှာ 0 1 2 3 4 5 ਹੁੰਦੀਆਂ ਨੇ ਕਿੱਦਾਂ ਦੀਆਂ 1/2 ਤਾਂ ਪੂਰਨ ਸੰਖਿਆ ਨਹੀਂ ਹੈ ਇਹਦਾ ਭਾਵ ਕੀ ਹੋਇਆ ਕਿ ਹਰ ਪ੍ਰਿਮੇ ਸੰਖਿਆ ਪੂਰਨ ਨਹੀਂ ਹੋ ਸਕਦੀ ਐਵਰੀ ਰੈਸ਼ੀਅਲ ਨੰਬਰ ਇਸ ਨਾਟ ਅ ਹੋਲ ਨੰਬਰ ਹਰ ਰੈਸ਼ੀਅਲ ਨੰਬਰ ਹੋਲ ਨੰਬਰ ਨਹੀਂ ਹੋ ਸਕਦਾ ਸੋ ਐਕਸਰਸਾਈਜ਼ 1.2 ਡਿਸਕਸ ਕਰਦੇ ਆਪਾਂ ਐਕਸਰਸਾਈਜ਼ 1.2 ਸਟਾਰਟ ਕਰਨ ਤੋਂ ਪਹਿਲਾਂ ਅਸੀਂ ਸੰਖਿਆਵਾਂ ਬਾਰੇ ਥੋੜਾ ਜਿਹਾ ਜਾਣ ਲੈਣੇ ਆ ਪਹਿਲਾਂ ਅਸੀਂ ਪ੍ਰਕਿਰਤਿਕ ਸੰਖਿਆਵਾਂ ਨੈਚੁਰਲ ਨੰਬਰਸ ਪੜ੍ਹੇ ਸੀ ਜਿਹਦੇ ਵਿੱਚ ਇਹ ਸਟਾਰਟ ਹੁੰਦੇ ਨੇ 1 1 2 3 4 5 ਫਿਰ ਸਾਡੇ ਪਾਸ ਆ ਗਏ ਹੋਲ ਨੰਬਰ ਸਪੂਰਨ ਸੰਖਿਆਵਾਂ ਜਿਨ੍ਹਾਂ ਦੇ ਵਿੱਚਕਾਰ ਸੀ ਜ਼ੀਰੋ ਜਿਹੜੀ ਇਹ ਸ਼ਾਮਿਲ ਕਰ ਲਈ ਕਹਿੰਦੇ ਆਪ ਇਹਨਾਂ ਤੋਂ ਵੱਡੇ ਹੋ ਗਏ ਇਹ ਇਹਦੇ ਵਿੱਚਕਾਰ ਜ਼ੀਰੋ ਵੀ ਆ ਗਈ ਸਾਰੀਆਂ ਪ੍ਰਕਿਰਤਿਕ ਸੰਖਿਆਵਾਂ ਵਾਲੀਆਂ ਤੇ ਨਾਲ ਕੀ ਆ ਗਈ ਜ਼ੀਰੋ ਇਸ ਤੋਂ ਬਾਅਦ ਪੜ੍ਹਿਆ ਅਸੀਂ ਇੰਟੀਜਰਸ ਸੰਪੂਰਨ ਸੰਖਿਆਵਾਂ ਜਿਹਦੇ ਵਿੱਚ ਨੈਗੇਟਿਵ ਵੈਲਿਊਜ਼ ਵੀ ਆ ਗਈਆਂ ਤੇ ਪੋਜ਼ਿਟਿਵ ਵੀ ਮਾਈਨਸ ਵਾਲੇ ਵੀ ਆ ਗਏ ਤੇ ਪਲੱਸ ਵਾਲੇ ਵੀ ਰੈਸ਼ੀਨਲ ਨੰਬਰਸ ਪ੍ਰਿਮੇ ਸੰਖਿਆਵਾਂ ਜਿਹੜੀਆਂ ਪੀ ਵਟੇ ਕਿਉ ਰੂਪ ਦੇ ਵਿੱਚ ਸੀ 1/2 3/4 5/7 ਜ਼ੀਰੋ ਵੇਖ ਕੇ ਸਾਰੀਆਂ ਕੀ ਸੀ ਪ੍ਰਿਮੇ ਸੰਖਿਆ ਰੈਸ਼ਨਲ ਨੰਬਰਸ ਹੁਣ ਅਸੀਂ ਪੜ੍ਹਨਾ ਹੈ ਇਰ ਰੈਸ਼ਨਲ ਨੰਬਰਸ ਅਪ੍ਰਿਮੇ ਸੰਖਿਆਵਾਂ ਸਭ ਤੋਂ ਜਿਹੜੀ ਮਸ਼ਹੂਰ ਐਗਜ਼ਾਮਪਲ ਹੈ ਉਹ ਹੈ ਸਾਡੇ ਕੋਲ ਪਾਈ ਪਾਈ ਕੀ ਹੈ ਇੱਕ ਅਪ੍ਰਿਮੇ ਸੰਖਿਆ ਹੈ ਭਾਵੇਂ ਕਿ ਦੇਖਣ ਨੂੰ ਸਾਨੂੰ ਇਹ ਪ੍ਰਿਮੇ ਲੱਗਦੀ ਹੈ ਕਿਉਂਕਿ ਤਾਂ ਮੁੱਲ ਅਸੀਂ 22/7 ਭਰਦੇ ਹਾਂ ਜੋ ਕਿ ਇੱਕ ਲਗਭਗ ਮੁੱਲ ਹੈ ਐਕਚੁਅਲ ਦੇ ਵਿੱਚ ਪਾਈ ਕੀ ਹੈ ਇੱਕ ਅਪ੍ਰਿਮੇ ਸੰਖਿਆ ਹੈ ਪਛਾਣ ਕਿਸ ਤਰ੍ਹਾਂ ਹੁੰਦੀ ਹੈ ਇਹਨਾਂ ਦੀ ਆਮ ਕਰਕੇ ਅਸੀਂ √3 ਜਿਹੜੀਆਂ ਵੈਲਿਊਜ਼ ਦਾ ਸਾਨੂੰ ਪੂਰਾ ਪੂਰਾ ਸਹੀ-ਸਹੀ ਵਰਗਮੂਲ ਨਹੀਂ ਪਤਾ √3 ਦਾ ਨਹੀਂ ਪਤਾ √5 ਦਾ ਨਹੀਂ ਪਤਾ √4 ਦਾ ਪਤਾ ਹੈ √4 ਕੀ ਹੋ ਗਿਆ ਸਾਡੇ ਕੋਲ ਵਰਗਮੂਲ 4 ਕੀ ਹੋ ਗਿਆ ਸਾਡੇ ਕੋਲ 2 ਤੇ 2 ਨੂੰ ਮੈਂ ਲਿਖਦਾ 2/1 ਤਾਂ ਇਹ ਕੀ ਬਣ ਜੇਗੀ ਇੱਕ ਪ੍ਰਿਮੇય ਸੰਖਿਆ ਬਣ ਗਈ ਬਣ ਜੇਗੀ ਰੈਸ਼ੀਨਲ ਬਣ ਜੇਗੀ ਜਾਂ ਇਹਨਾਂ ਦਾ ਜਿਹੜਾ ਦਸ਼ਮਲਵ ਗ੍ਰੂਪ ਹੁੰਦਾ ਏ ਉਹ ਅਸ਼ਾਂਤ ਹੁੰਦਾ ਏ ਤੇ ਦੁਹਰਾਈ ਨਹੀਂ ਕਰਦਾ ਇਹ ਅਸੀਂ ਨੈਕਸਟ ਐਕਸਰਸਾਈਜ਼ ਦੇ ਵਿੱਚ ਪੜਾਂਗੇ ਸੋ ਇਹ ਹੁੰਦੀਆਂ ਨੇ ਸਾਡੇ ਕੋਲ ਅਪਰਿਮੇય ਸੰਖਿਆਵਾਂ ਜਦੋਂ ਅਸੀਂ ਪਰਿਮੇਯ ਸੰਖਿਆ ਰੈਸ਼ਨਲ ਤੇ ਇਰਰੇਸ਼ਨਲ ਇਹਨਾਂ ਨੂੰ ਇਕੱਠੇ ਕਰਦੇ ਹਾਂ ਫਿਰ ਸਾਡੇ ਪਾਸ ਬਣਦੇ ਨੇ ਰੀਅਲ ਨੰਬਰਸ ਵਾਸਤਵਿਕ ਸੰਖਿਆਵਾਂ ਅਸੀਂ ਦੋ ਸੰਖਿਆਵਾਂ ਦਾ ਸਮੇਲ ਕਰਦੇ ਹਾਂ ਇਕੱਠਾ ਕਰਦੇ ਹਾਂ ਉਹਨਾਂ ਨੂੰ ਰੈਸ਼ਨਲਸ ਨੂੰ ਤੇ ਇਰਰੇਸ਼ਨਲਸ ਨੂੰ ਪਰਿਮੇਯ ਨੂੰ ਤੇ ਅਪਰਿਮੇਯ ਨੂੰ ਫਿਰ ਸਾਡੇ ਪਾਸ ਬਣਦੀਆਂ ਨੇ ਰੀਅਲ ਨੰਬਰਸ ਵਾਸਤਵਿਕ ਸੰਖਿਆਵਾਂ ਜਿਹੜੀ ਅਸੀਂ ਸੰਖਿਆ ਰੇਖਾ ਬਣਾਉਂਦੇ ਹਾਂ ਸੋ ਐਕਸਰਸਾਈਜ਼ 1.2 ਜਿਹੜੀ ਹੈ ਉਹਦੇ ਵਿੱਚ ਥੋੜੇ ਜਿਹੀ ਕੁਐਸਚਨ ਇਹਨਾਂ ਦੇ ਬੇਸਡ ਨੇ ਸੋ ਕੁਐਸਚਨ ਨੰਬਰ 1 ਹੈ ਪ੍ਰੂਫ ਫਾਲਸ ਹਰੇਕ ਅਪ੍ਰਿਮੇਯ ਸੰਖਿਆ ਇੱਕ ਵਾਸਤਵਿਕ ਸੰਖਿਆ ਹੁੰਦੀ ਹੈ ਐਵਰੀ ਇਰਰੇਸ਼ਨਲ ਨੰਬਰ ਇਜ਼ ਅ ਰੀਅਲ ਨੰਬਰ ਅਸੀਂ ਹੁਣੇ ਪੜਿਆ ਏ ਕਿ ਜੋ ਰੀਅਲ ਨੰਬਰਸ ਨੇ ਵਾਸਤਵਿਕ ਸੰਖਿਆਵਾਂ ਨੇ ਉਹ ਦੋ ਚੀਜ਼ਾਂ ਤੋਂ ਮਿਲ ਕੇ ਬਣਦੇ ਨੇ ਪਰਿਮੇਯ ਤੇ ਅਪ੍ਰਿਮੇਯ ਤੋਂ ਸੋ ਇਹ ਕੀ ਹੋਏਗਾ ਟਰੂ ਹੋਏਗਾ ਸਾਡੇ ਪਾਸ ਫਸਟ ਪਰਮ ਸਾਡੀ ਕੀ ਹੋਗੀ ਟਰੂ ਸੰਖਿਆ ਰੇਖਾ ਦਾ ਹਰੇਕ ਬਿੰਦੂ ਵਰਗਮੂਲ ਐਮ ਦੇ ਰੂਪ ਦਾ ਹੁੰਦਾ ਹੈ ਜਿੱਥੇ ਵਰਗਮੂਲ ਐਮ ਇੱਕ ਪ੍ਰਕਿਰਤਿਕ ਸੰਖਿਆ ਹੈ ਅਸੀਂ ਹੁਣੇ ਪੜਿਆ ਏ ਕਿ ਜਿਹੜੀ ਸੰਖਿਆ ਰੇਖਾ ਹੈ ਉਹ ਇੱਕ ਵਾਸਤਵਿਕ ਸੰਖਿਆ ਰੇਖਾ ਹੁੰਦੀ ਹੈ ਰੀਅਲ ਨੰਬਰ ਲਾਈਨ ਹੁੰਦੀ ਹੈ ਤਾਂ ਉਸ ਦੇ ਉੱਪਰ ਸਾਰੇ ਨੰਬਰ ਆਉਂਦੇ ਨੇ ਚਾਹੇ ਉਹ ਵਰਗਮੂਲ ਵਾਲੇ ਹੋਣ ਚਾਹੇ ਦੂਸਰੇ ਹੋਣ p/q ਫਾਰਮ ਦੇ ਹੋਣ ਤਾਂ ਇਹ ਕੀ ਹੈ ਸਾਡਾ ਟਰੂ ਹੈ ਹਰੇਕ ਵਾਸਤਵਿਕ ਸੰਖਿਆ ਇੱਕ ਅਪ੍ਰਿਮੇ ਸੰਖਿਆ ਹੁੰਦੀ ਹੈ ਅਸੀਂ ਹੁਣੇ ਪੜਿਆ ਕਿ ਜਿਹੜੀਆਂ ਵਾਸਤਵਿਕ ਸੰਖਿਆਵਾਂ ਨੇ ਉਹ ਦੋ ਕਿਸਮਾਂ ਤੋਂ ਬਣਦੀਆਂ ਨੇ ਪਰਿਮੇ ਤੋਂ ਤੇ ਅਪ੍ਰਿਮੇ ਤੋਂ ਤੇ ਇੱਥੇ ਸਾਨੂੰ ਕੀ ਕਿਹਾ ਗਿਆ ਹੈ ਕਿ ਵਾਸਤਵਿਕ ਸੰਖਿਆ ਕੀ ਹੁੰਦੀ ਹੈ ਅਪ੍ਰਿਮੇ ਪਰੰਤੂ ਅਸੀਂ ਪੜਿਆ ਕਿ ਪਰਿਮੇ ਵੀ ਤਾਂ ਵਾਸਤਵਿਕ ਹੁੰਦੀ ਹੈ ਸੋ ਇਹ ਗਲਤ ਹੈ ਕਿਉਂ ਕਿਉਂਕਿ ਰੈਸ਼ੀਨਲ ਵੀ ਰੀਅਲਸ ਹੁੰਦੇ ਨੇ ਇਹਨਾਂ ਨੇ ਸਿਰਫ ਇਰਰੈਸ਼ੀਨਲ ਦੀ ਗੱਲ ਕੀਤੀ ਐ ਸੋ ਕੁਐਸਚਨ ਨੰਬਰ 2 ਐ ਸਾਡੇ ਕੋਲ ਆਰ ਦਾ ਸਕੁਅਰ ਰੂਟਸ ਆਫ ਆਲ ਪੋਜ਼ਿਟਿਵ ਇੰਟੀਜਰਸ ਇਰਰੈਸ਼ੀਨਲ ਕੀ ਸਾਰੀਆਂ ਧਨਾਤਮਿਕ ਸੰਪੂਰਨ ਸੰਖਿਆਵਾਂ ਦੇ ਵਰਗਮੂਲ ਅਪਰੀਮੀ ਨੇ ਆਪਾਂ ਨੇ ਹੁਣੇ ਡਿਸਕਸ ਕੀਤਾ ਸੀ ਅ ਕਿ ਜਿਹੜੇ ਵਰਗਮੂਲ ਹੁੰਦੇ ਨੇ ਵਰਗਮੂਲ 3 ਐ ਵਰਗਮੂਲ 5 ਐ ਜੀ ਇਹ ਸਾਰੇ ਕੀ ਨੇ ਅਪਰੀਮੀ ਨੇ ਪਰ ਕੀ ਸਾਰੇ ਹੀ ਨੇ ਤਾਂ ਅਸੀਂ ਐਗਜ਼ਾਮਪਲ ਲਈ ਸੀ ਵਰਗਮੂਲ 4 ਦੀ ਇਹ ਵਰਗਮੂਲ 4 ਦਾ ਵਰਗਮੂਲ ਕਿੰਨਾ ਹੁੰਦਾ ਹੈ 2 ਤੇ ਜੇ 2 ਹੈ ਤਾਂ ਇਸ ਨੂੰ ਲਿਖ ਸਕਦੇ ਹਾਂ ਅਸੀਂ 2/1 p/q ਰੂਪ ਚ ਲਿਖ ਸਕਦੇ ਹਾਂ ਸੋ ਇਹ ਕੀ ਹੈ ਕਿ ਸਾਰੀਆਂ ਧਨਾਤਮਕ ਸੰਪੂਰਨ ਸੰਖਿਆਵਾਂ ਦੇ ਵਰਗਮੂਲ ਅਪ੍ਰਿਮੇ ਨੇ ਗਲਤ ਹੈ ਜੀ ਨਹੀਂ ਬਿਲਕੁਲ ਵੀ ਨਹੀਂ ਜੇ ਨਹੀਂ ਤਾਂ ਇੱਕ ਅਜਿਹੀ ਸੰਖਿਆ ਦੀ ਉਦਾਹਰਣ ਦਿਓ ਤਾਂ ਅਸੀਂ ਉਦਾਹਰਣ ਦੇਤੀ ਹੈ √4 ਬਰਾਬਰ ਹੈ 2 ਤਾਂ ਅਸੀਂ ਇੱਕ ਐਗਜ਼ਾਮਪਲ ਸੈੱਟ ਕਰਤੀ ਹੈ √4 √2 ਇਹੜਾ ਕੁਐਸਚਨ ਨੰਬਰ 3 ਤੇ 4 ਹੈ ਤੁਹਾਡਾ ਐਕਟੀਵਿਟੀ ਬੇਸ ਰਏ ਸੀ ਸੈਪਰੇਟਲੀ ਕਿਸੇ ਅਲੱਗ ਵੀਡੀਓ ਦੇ ਵਿੱਚ ਕਰਾਂਗੇ ਸੋ ਇਸ ਤੋਂ ਬਾਅਦ ਅਸੀਂ ਐਕਸਰਸਾਈਜ਼ 1.3 ਡਿਸਕਸ ਕਰਦੇ ਹਾਂ ਐਕਸਰਸਾਈਜ਼ 1.3 ਸਟਾਰਟ ਕਰਨ ਤੋਂ ਪਹਿਲਾਂ ਅਸੀਂ ਕਿਸੇ ਵੀ ਸੰਖਿਆ ਦੇ ਦਸ਼ਮਲਵ ਰੂਪ ਬਾਰੇ ਗੱਲ ਕਰਦੇ ਹਾਂ ਖਾਸ ਕਰਕੇ ਪ੍ਰਿਮੇਯ ਤੇ ਅਪ੍ਰਿਮੇਯ ਦੇ ਸੋ ਜਿਹੜਾ ਦਸ਼ਮਲਵ ਰੂਪ ਡੈਸੀਮਲ ਰਿਪਰੈਜ਼ੈਂਟੇਸ਼ਨ ਹੈ ਉਹ ਦੋ ਤਰ੍ਹਾਂ ਦੀ ਹੋ ਸਕਦੀ ਹੈ ਪਹਿਲਾਂ ਤਾਂ ਜਾਂ ਤਾਂ ਤੁਸੀਂ ਜਦੋਂ ਆਨਸਰ ਫਾਈਂਡ ਕਰੋਗੇ ਡੈਸੀਮਲ ਜਿਹੜਾ ਉਹ ਸ਼ਾਂਤ ਹੋ ਜਾਏਗਾ ਭਾਵੇਂ ਤੋਂ ਭਾਵ ਕੀ ਹੈ ਕਿ ਖਤਮ ਹੋ ਜਾਏਗਾ ਜੇ ਅਸੀਂ 2/5 ਨੂੰ 2/5 ਨੂੰ ਡਿਵਾਈਡ ਕਰੀਏ ਲਈ ਦਿਸ ਵਨ ਤੁਸੀਂ ਕੈਲਕੂਲੇਟਰ ਤੇ ਕਰਕੇ ਦੇਖ ਸਕਦੇ ਹੋ ਇਹਦਾ ਆਨਸਰ ਕੀ ਆ ਜੀਗਾ 0.4 ਸੋ ਇਹ ਖਤਮ ਹੋ ਗਿਆ ਇਹਦਾ ਜਦੋਂ ਬਾਕੀ ਬਚੇਗਾ ਜ਼ੀਰੋ ਬਚੇਗਾ ਜੇ ਮੈਂ 2 ਨੂੰ 5 ਦੇ ਨਾਲ ਡਿਵਾਈਡ ਕਰਦੇ ਆ 5 4 ਇਸ 20 ਤੇ ਰਿਮੈਂਡਰ ਕੀ ਆਇਆ ਮੇਰੇ ਪਾਸ ਜ਼ੀਰੋ ਬਾਕੀ ਜ਼ੀਰੋ ਬਚ ਗਿਆ ਤਾਂ ਇੱਥੇ ਕੀ ਹੋ ਗਿਆ ਇਹ ਸ਼ਾਂਤ ਹੋ ਗਿਆ ਦੂਸਰੀ ਕਿਸਮ ਸਾਡੇ ਪਾਸ ਹੈ ਅਸ਼ਾਂਤ ਅਸ਼ਾਂਤ ਦੋ ਤਰ੍ਹਾਂ ਦੇ ਹੁੰਦੇ ਨੇ ਕਣ ਤੋਂ ਭਾਗ ਕੀ ਹੈ ਸਪੋਜ਼ ਮੈਂ 2/3 ਨੂੰ ਡਿਵਾਈਡ ਕਰਦਾ 3 2 ਵਿੱਚ 3 ਬਾਅਦ ਸੋ ਡੈਸੀਮਲ 36 18 20 ਰਿਮਾਈਡਰ ਬਚ ਗਿਆ 2 36 18 ਇਹ ਖਤਮ ਨਹੀਂ ਹੋ ਰਿਹਾ ਅਸ਼ਾਂਤ ਹੈ ਸੋ ਜਿਹੜਾ ਅਸ਼ਾਂਤ ਹੈ ਇਹ ਦੋ ਤਰ੍ਹਾਂ ਦਾ ਹੋ ਸਕਦਾ ਹੈ ਇੱਕ ਤਾਂ ਰਿਪੀਟਿੰਗ ਹੋ ਸਕਦਾ ਹੈ ਅਵਰਤੀ ਜਿਸ ਤਰ੍ਹਾਂ ਇੱਥੇ 6 6 ਰਿਪੀਟ ਹੋ ਰਿਹਾ ਹੈ ਦੂਸਰਾ ਹੋ ਸਕਦਾ ਹੈ ਨੋਨ ਰਿਪੀਟਿੰਗ ਅਣ ਅਵਰਤੀ ਨਾਨ ਰਿਪੀਟਿੰਗ ਦੀ ਐਗਜ਼ਾਮਪਲ ਅਸੀਂ ਪਿੱਛੇ ਲਿਖੀ ਸੀ ਲਾਈਕ ਦਿਸ ਵਨ 1.010010001 ਇਹ ਰਿਪੀਟ ਨਹੀਂ ਹੋ ਰਿਹਾ ਤੇ ਜਿਹੜਾ ਅਸ਼ਾਂਤ ਅਵਰਤੀ ਵੀ ਉਸ ਨੂੰ ਵੀ ਅਸੀਂ ਇਸ ਤਰ੍ਹਾਂ ਲਿਖ ਸਕਦੇ ਹਾਂ 0.666 ਸੋ ਜਦੋਂ ਕਦੇ ਵੀ ਅਸੀਂ ਨਾਨ ਟਰਮੀਨੇਟਿੰਗ ਲਿਖਣਾ ਹੈ ਤਾਂ ਉਸ ਦੇ ਪਿੱਛੇ ਡਾਟਸ ਹੋਣਗੇ ਇਸ ਤਰ੍ਹਾਂ ਤੇ ਉਹਨੂੰ ਚੈੱਕ ਕਰਨਾ ਹੈ ਅਸੀਂ ਜਾਂ ਇਸ ਨੂੰ ਅਸੀਂ ਇਸ ਤਰੀਕੇ ਵੀ ਲਿਖ ਸਕਦੇ ਹਾਂ ਬਾਰ ਫਾਰਮ ਦੇ ਵਿੱਚ ਲਿਖ ਸਕਦੇ ਹਾਂ ਕਿ 6 ਜਿਹੜਾ ਹੈ ਇਸ ਦੇ ਉੱਪਰ ਬਾਰ ਹੈ ਕਿ 6 ਜਿਹੜਾ ਰਿਪੀਟ ਹੋ ਰਿਹਾ ਹੈ ਸੋ ਇਸ ਨੂੰ ਬਾਰ ਦੇ ਵਿੱਚ ਨਹੀਂ ਲਿਖ ਸਕਦੇ ਆਪਾਂ ਸੋ ਇੱਥੋਂ ਸਾਨੂੰ ਕੀ ਪਤਾ ਲੱਗਦਾ ਹੈ एग्जाम ਦੇ ਵਿੱਚ 1 ਨੰਬਰ ਦਾ ਕੁਐਸਚਨ ਆਉਂਦਾ ਹੈ ਕਿ ਤੁਹਾਨੂੰ ਇਦਾਂ ਦਾ ਕੋਈ ਕੁਐਸਚਨ ਦੇ ਦਿੱਤਾ ਜਾਂਦਾ ਹੈ 0.516 ਅਸੀਂ ਇਸ ਨੂੰ ਦੇਖ ਕੇ ਦੱਸਣਾ ਹੈ ਕਿ ਇਹ ਰੈਸ਼ਨਲ ਹੈ ਜਾਂ ਇਰਰੈਸ਼ਨਲ ਹੈ ਜੇ ਤਾਂ ਸ਼ਾਂਤ ਹੈ ਫਿਰ ਤਾਂ ਰੈਸ਼ਨਲ ਹੈ ਪਰਿਮੇਅ ਹੈ ਸਵਾਲ ਖਤਮ ਹੋ ਗਿਆ ਸਾਡਾ ਸ਼ਾਂਤ ਦੇ ਵਿੱਚ ਜੇਕਰ ਅਸ਼ਾਂਤ ਹੈ ਅਸੀਂ ਇਸ ਸਾਈਡ ਆ ਜੰਨੇ ਆ ਤਾਂ ਅਸ਼ਾਂਤ ਤੋਂ ਬਾਅਦ ਸਾਨੂੰ ਚੈੱਕ ਕਰਨਾ ਪਏਗਾ ਕਿ ਅਸ਼ਾਂਤ ਰਿਪੀਟਿੰਗ ਹੈ ਅਵਰਤੀ ਹੈ ਨੌਨ ਟਰਮੀਨੇਟਿੰਗ ਰਿਪੀਟਿੰਗ ਹੈ ਜਿੱਦਾਂ ਰਿਪੀਟਿੰਗ ਹੈ 6 6 6 ਇਦਾਂ ਦਾ ਕੇਸ ਹੈ ਜਾਂ 6 ਦੇ ਉੱਪਰ ਬਾਰ ਲੱਗਿਆ ਤਾਂ ਵੀ ਕੀ ਹੈ ਰੈਸ਼ਨਲ ਹੈ ਪ੍ਰਿਮੀਅਰ ਤੇ ਇੱਕ ਕੇਸ ਰਹਿ ਗਿਆ ਡੈਸੀਮਲ ਰਿਪਰੈਜ਼ੈਂਟੇਸ਼ਨ ਅਸ਼ਾਂਤ ਨੌਨ ਟਰਮੀਨੇਟਿੰਗ ਨੌਨ ਰਿਪੀਟਿੰਗ ਇਹ ਸਾਡੇ ਕੋਲ ਕਿ ਬਣਦਾ ਹੈ ਇਰਰੈਸ਼ਨਲ ਸੋ ਇਰੈਸ਼ਨਲ ਨੰਬਰ ਕੀ ਹੁੰਦੇ ਨੇ ਅਪਰੀਮੇ ਸੰਖਿਆਵਾਂ ਕਿਹੜੀਆਂ ਨੇ ਸਾਡੇ ਕੋਲ ਜਿਨ੍ਹਾਂ ਦਾ ਦਸ਼ਮਲਵ ਰੂਪ ਜਿਹੜਾ ਹੈ ਡੈਸੀਮਲ ਰਿਪਰੈਜ਼ੈਂਟੇਸ਼ਨ ਜਿਹੜੀ ਹੈ ਉਹ ਨੋਨ ਟਰਮੀਨੇਟਿੰਗ ਭਾਵ ਅਸ਼ਾਂਤ ਹੈ ਐਂਡ ਨੋਨ ਰਿਪੀਟਿੰਗ ਅਣਅਵਰਤੀ ਹੈ ਸੋ ਸਿਰਫ 21 ਕੇਸ ਹੈ ਸਾਡੇ ਕੋਲ ਤਾਂ ਜਦੋਂ ਕਦੀ ਵੀ ਐਗਜ਼ਾਮ ਦੇ ਵਿੱਚ ਕੁਐਸਚਨ ਆਵੇ ਇਹ ਦੇ ਵਿੱਚ ਤੁਹਾਨੂੰ ਅਲਝਾਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਅਲਝਣਾ ਨਹੀਂ ਹੈ ਪਰਿਮੇ ਵਾਸਤੇ ਅਸੀਂ ਪੀ बटे ਕਿ ਉਹ ਵੀ ਚੈੱਕ ਕਰ ਲੈਣੇ ਆ ਇੱਕ ਚੀਜ਼ ਡੈਸੀਮਲ ਸ਼ਾਂਤ ਹੋ ਸਕਦਾ ਹੈ 516 ਭਾਵੇਂ ਰਿਪੀਟ ਹੋਵੇ ਨਾ ਹੋਵੇ ਬਟ ਇਹਦੇ ਵਿੱਚ ਡਾਊਟਸ ਨਹੀਂ ਹੈ ਪਿੱਛੇ ਇਹ ਸ਼ਾਂਤ ਹੈ ਇਹ ਵੀ ਪ੍ਰੀਮੀਅਰ 6 ਦੇ ਉੱਪਰ ਬਾਰ ਪੈ ਗਿਆ ਇਹ ਵੀ ਪ੍ਰੀਮੀਅਰ ਹੈ 6 ਪਰ ਬਾਰ ਨਹੀਂ ਪਿਆ ਰਿਪੀਟ ਕਰਤਾ ਉਹਨੇ ਡਾਟ ਲਾ ਦਿੱਤੇ ਇਸ ਤਰ੍ਹਾਂ ਇਹ ਵੀ ਪ੍ਰੀਮੀਅਰ ਹੈ ਇਹ ਸਾਰੀ ਜਿਹੜੇ ਐਗਜ਼ਾਮਪਲਸ ਨੇ ਰੈਸ਼ਨਲਸ ਨੇ ਪ੍ਰੀਮੀਅਰ ਸੰਖਿਆਵਾਂ ਦੇ ਨੇ ਅਪ੍ਰੀਮੀਅਰ ਵਾਸਤੇ ਜਾਂ ਤਾਂ ਇੱਕ ਵਾਸ਼ਣ ਆਏਗਾ ਇਦਾਂ ਦਾ ਜਾਂ √7 ਜਿਸ ਦਾ ਸਾਨੂੰ √ ਨਹੀਂ ਪਤਾ √8 ਜਾਂ پائی ਇੱਕ ਹੀ ਨੇ ਅਪ੍ਰੀਮੀਅਰ ਸੋ ਐਕਸਰਸਾਈਜ਼ 1.3 ਸੀ ਸਟਾਰਟ ਕਰਦੇ ਆ ਉਸ ਦੇ ਵਿੱਚੋਂ ਵੀ ਅਸੀਂ ਸਿਰਫ ਇੰਪੋਰਟੈਂਟ ਕੁਐਸਚਨਸ ਡਿਸਕਸ ਕਰਾਂਗੇ ਸੋ ਐਕਸਰਸਾਈਜ਼ 1.3 ਦਾ ਜਿਹੜਾ ਕੁਐਸਚਨ ਨੰਬਰ 1 ਹੈ ਰਾਈਟ ਦਾ ਫੋਲੋਇੰਗ ਇਨ ਡੈਸੀਮਲ ਫਾਰਮ ਇੱਥਾਂ ਦਿੱਤੀਆਂ ਭਿੰਨਾਂ ਨੂੰ ਦਸ਼ਮਲਵ ਰੂਪ ਦੇ ਵਿੱਚ ਲਿਖਣਾ ਹੈ ਅਸੀਂ ਡੈਸੀਮਲ ਫਾਰਮ ਦੇ ਵਿੱਚ 36/100 ਤਾਂ ਈਜ਼ੀ ਹੈ ਦੋ ਜ਼ੀਰੋਜ਼ ਨੇ ਤਾਂ ਅਸੀਂ ਦੋ ਡਿਜੀਟ ਛੱਡ ਕੇ ਡੈਸੀਮਲ ਪਲੇਸ ਕਰ ਦਾਂਗੇ 36 ਓਵਰ 100 ਦੇ ਲਈ ਤਾਂ ਈਜ਼ੀ ਆ ਜਾਏਗਾ ਸਾਡੇ ਪਾਸ 0.36 ਕਿਉਂਕਿ ਦੋ ਜ਼ੀਰੋਜ਼ ਨੇ ਨੀਚੇ ਤਾਂ ਡੈਸੀਮਲ ਜਿਹੜੇ ਦੋ ਡਿਜੀਟ ਛੱਡਣ ਤੋਂ ਬਾਅਦ ਪਿੱਛੇ ਤੋਂ ਲੱਗ ਜਾਏਗਾ ਸੋ 1/11 ਅਸੀਂ ਡਿਵਾਈਡ ਕਰਨਾ ਪਏਗਾ ਸਾਨੂੰ ਬਾਕੀ ਜਿੰਨੇ ਸਾਰੇ ਪਾਸਟਸ ਨੇ ਇਹਨੂੰ ਡਿਵੀਜ਼ਨ ਕਰਨੀ ਪੈਗੀ ਭਾਗ ਕਰਕੇ ਦੇਖਣਾ ਪਏਗਾ ਕਿ ਦਸ਼ਮਲਵ ਗਰੁੱਪ ਸ਼ਾਂਤਾਂ ਦਾ ਹੈ ਜਾਂ ਅਸ਼ਾਂਤਾਂ ਦਾ ਹੈ ਸੋ ਇੱਕ ਨੰਬਰ ਦਾ ਕੁਐਸਚਨ ਕਈ ਵਾਰ ਇਗਜ਼ਾਮ 'ਚ ਆ ਜਾਂਦਾ ਹੈ ਤੁਹਾਡੇ ਲਈ ਕੋਈ ਮੈਂ ਦੋ ਭਾਗ ਜਿਹੜੇ ਫਟਾਫਟ ਕਰ ਦਿੰਨੇ ਦੂਸਰਾ ਤੇ ਤੀਸਰਾ ਬਾਕੀ ਤੁਹਾਡੇ ਪ੍ਰੈਕਟਿਸ ਦੇ ਲਈ ਛੱਡ ਦੇਾਂਗੇ ਆਪਾਂ ਸੋ ਇੱਕ ਨੂੰ ਅਸੀਂ 11 ਨਾਲ ਭਾਗ ਦੇਣਾਂ ਹੈ ਸੋ so, 11 0 ਇਸ 0 ਡੈਸੀਮਲ 0 ਡੈਸੀਮਲ 0 ਸੋ so, 10 ਬਣ ਗਿਆ ਇੱਥੇ ਵੀ ਡੈਸੀਮਲ ਆ ਗਿਆ ਬਟ ਇਹ ਡਿਵਾਈਡ ਨਹੀਂ ਹੁੰਦਾ ਸੋ 0 ਇਸ 0 10 ਬਚ ਗਏ ਨੈਕਸਟ 0 ਅਸੀਂ ਡਾਊਨ ਕਰ ਲੈਨੇ ਆ 11 999 ਬਚ ਗਿਆ 1 ਇੱਥੇ ਇੱਕ 0 ਹੋਰ ਲਗਾ ਲੈਨੇ ਆ ਅਸੀਂ ਸੋ 11 0 ਇਸ 0 ਇੱਕ 0 ਹੋਰ ਲਗਾ ਲੈਨੇ ਆ ਅਸੀਂ 11 999 ਸੋ ਫਿਰ 1 ਬਜ ਗਿਆ ਸਾਡੇ ਪਾਸ ਸੋ ਇਹ ਇਦਾਂ ਚੱਲਦਾ ਜਾਏਗਾ ਤਾਂ 1 ਓਵਰ 11 ਜਿਹੜਾ ਹੈ ਸਾਡੇ ਪਾਸ ਉਸਦੀ ਡੈਸੀਮਲ ਫਾਰਮ ਕੀ ਹੈ 0.09 0.09 ਸੋ ਜਾਂ ਇਸ ਨੂੰ ਅਸੀਂ ਲਿਖ ਸਕਦੇ ਹਾਂ 0.09 ਦੇ ਉੱਪਰ ਕੀ ਹੈ ਬਾਰ ਕਿਉਂਕਿ 09 ਰਿਪੀਟ ਹੋ ਰਿਹਾ ਹੈ ਸਾਡੇ ਪਾਸ ਇਸੇ ਤਰ੍ਹਾਂ 4 1 ਓਵਰ 8 ਜਾਂ ਤੁਸੀਂ ਇਸ ਮਿਕਸ ਫ੍ਰੈਕਸ਼ਨ ਨੂੰ ਜਿਹੜੀ ਸਾਡੇ ਪਾਸ ਮਿਸ਼ਰਤ ਭਿੰਨ ਹੈ ਨੂੰ ਹੱਲ ਕਰ ਲੋ ਜਾਂ ਕੇਵਲ 1 ਓਵਰ 8 ਦੀ ਡੈਸੀਮਲ ਰਿਪਰੈਜ਼ੈਂਟੇਸ਼ਨ ਲਿਖ ਲੋ ਇਹ ਸਫੀਸ਼ੀਐਂਟ ਹੈ 4 ਦੇ ਨਾਲ ਲੱਗ ਜੇਗੀ ਸੋ 1 ਵੰਦਨ ਨੂੰ ਸੀ ਡਿਵਾਈਡ ਕਰਨਾ ਹੈ 8 ਦੇ ਨਾਲ ਸੋ ਡੈਸੀਮਲ 0 0 ਲਾ ਲੈਣੇ ਆਸੀਂ ਸੋ 8 0 ਇਸ 0 ਹਰ ਨੰਬਰ ਨੂੰ ਡਿਵਾਈਡ ਕਰਾਂਗੇ ਅਸੀਂ 0 ਡਾਊਨ 10 ਸੋ ਇੱਥੇ ਵੀ ਡੈਸੀਮਲ 8 1 ਇਸ 8 ਬਾਕੀ ਸਾਡੇ ਕੋਲ ਕੀ ਬਚ ਗਿਆ 2 ਇਹ 0 ਡਾਊਨ ਹੋ ਜਾਏਗੀ 8 2 ਇਸ 16 ਬਾਕੀ 4 ਆ ਗਿਆ ਇੱਕ 0 ਹੋਰ ਲਗਾ ਲੈਣੇ ਆ 48 5 ਇਸ 40 ਸੋ ਇਹ ਸਾਡੇ ਕੋਲ ਕਿ ਹੋ ਗਿਆ ਖਤਮ ਹੋ ਗਿਆ ਰਿਮੇਂਡਰ ਕੀ ਆ ਗਿਆ ਸਾਡੇ ਕੋਲ ਬਾਕੀ ਕੀ ਆ ਗਿਆ 0 ਸੋ ਅਸੀਂ 1 ਨੂੰ 8 ਨਾਲ ਡਿਵਾਈਡ ਕੀਤਾ ਹੈ ਤਾਂ 4 1 ਓਵਰ 8 ਦੀ ਡੈਸੀਮਲ ਫਾਰਮ ਕੀ ਆਏਗੀ 4 ਡੈਸੀਮਲ 4 ਤਾਂ ਹੈ ਹੀ ਹੈ ਨਾ 1 2 5 ਤਾਂ ਇਹ ਕੀ ਹੈ ਸਾਡੇ ਕੋਲ ਸ਼ਾਂਤ ਹੈ ਟਰਮੀਨੇਟਿੰਗ ਹੈ ਇਹ ਸਾਡੇ ਕੋਲ ਕੀ ਆਇਆ ਸੀ ਅਸ਼ਾਂਤ ਨੌਨ ਟਰਮੀਨੇਟਿੰਗ ਰਿਪੀਟਿੰਗ ਤੇ ਰਿਪੀਟ ਹੋ ਰਿਹਾ ਸੀ ਇਹ ਅਵਰਤੀ ਜਦੋਂ ਕਦੇ ਵੀ ਸਾਡੇ ਕੋਲ ਪਰਿਮੇਯ ਸੰਖਿਆ ਹੋਏਗੀ ਹਮੇਸ਼ਾ ਸਾਡੇ ਕੋਲ ਸ਼ਾਂਤ ਜਾਂ ਅਵਰਤੀ ਕੇਸ ਹੀ ਆਏਗਾ ਪਰਿਮੇਯ ਸੰਖਿਆ ਦੇ ਵਿੱਚ ਜੇਕਰ ਅਪਰਿਮੇਯ ਸੰਖਿਆ ਹੈ ਤਾਂ ਅਸ਼ਾਂਤ ਅਣ ਅਵਰਤੀ ਨੌਨ ਟਰਮੀਨੇਟਿੰਗ ਨੌਨ ਰਿਪੀਟਿੰਗ ਕਵੈਸਚਨ ਨੰਬਰ 2 ਦੇ ਵਿੱਚ ਸਾਨੂੰ 1/7 ਦੀ ਡੈਸੀਮਲ ਰਿਪਰੈਜੈਂਟੇਸ਼ਨ ਦਿੱਤੀ ਹੋਈ ਹੈ ਇਹ ਵਾਲੀ ਤੇ ਸਾਨੂੰ ਪੁੱਛਿਆ ਗਿਆ ਕਿ ਬਿਨਾਂ ਅਸਲ ਲੰਬੀ ਭਾਗ ਦੇਣ ਤੋਂ ਬਿਨਾਂ ਅਸੀਂ 2/7 3/7 ਜਾਂ 4/7 ਦੀ ਵੈਲਿਊ ਫਾਈਂਡ ਕਰਨੀ ਹੈ ਬੜਾ ਈਜ਼ੀ ਹੈ 1/7 ਪਤਾ ਹੈ ਤਾਂ ਸਾਨੂੰ ਉੱਪਰ 2 ਚਾਹੀਦਾ ਤਾਂ ਅਸੀਂ ਉੱਪਰ 2 ਨਾਲ ਮਲਟੀਪਲਾਈ ਕਰਾਂਗੇ ਤੈਨੂੰ ਵੀ 2 ਨਾਲ ਮਲਟੀਪਲਾਈ ਕਰ ਲੈਣੇ ਆ ਸੋ ਦੇਖ ਲੈਣੇ ਆਪਾਂ ਇੱਕ ਪਾਰਟ ਇਹਦਾ ਸਾਨੂੰ 1/7 기ਵਨ ਹੈ 2/7 ਅਸੀਂ ਫਾਈਂਡ ਕਰਨਾ ਹੈ सो टू ओवर सैवन की करते हैं टू मल्टीप्लाई कर दे वन ओवर सैवन के ना टू वन इज़ टू वन ओवर सैवन सूँ पता है तो साढ़े पास की है टू मल्टीप्लाई जीरो डेस्टिमल वन फोर टू एट फाइव सैवन तो असं टू मल्टीप्लाई कर देने सैवन टू इज़ फोर्टीन सो सा आंसर आ गया टू एट फाइव सैवन वन फोर ਸੋ ਬਿਨਾਂ ਲੰਬੀ ਵੰਡ ਕੀਤੇ ਅਸੀਂ ਇਹ ਫਾਈਂਡ ਕਰ ਲਿਆ ਹੈ ਜੇ 3/7 ਫਾਈਂਡ ਕਰਨਾ ਸੀ ਤਾਂ ਅਸੀਂ 3 1/7 ਕਰ ਲੈਂਦੇ 4 1/7 4/7 ਦੇ ਲਈ ਇਹ ਸਾਡਾ ਸਾਰਾ ਕੁਐਸਚਨ ਇਸ ਤਰ੍ਹਾਂ ਹੋ ਜਾਏਗਾ ਕੁਐਸਚਨ ਨੰਬਰ 3 ਜਿਹੜਾ ਹੈ ਉਹ ਮੋਸਟ ਇੰਪੋਰਟੈਂਟ ਹੈ ਉਹ ਹਰ ਪੇਪਰ ਦੇ ਵਿੱਚ ਹਰ ਟੈਸਟ ਦੇ ਵਿੱਚ ਪ੍ਰੀਬੋਰਡ ਦੇ ਵਿੱਚ ਇੱਕ ਕੁਐਸਚਨ ਜਿਹੜਾ ਸਾਨੂੰ ਮਿਲਦਾ ਹੈ ਕੁਐਸਚਨ ਨੰਬਰ 3 ਸੋ ਸਾਨੂੰ 기ਵਨ ਕੀ ਹੈ ਉਸ ਦੇ ਵਿੱਚ 0.6 ਬਾਰ ਨੂੰ ਅਸੀਂ ਪੀ ਓਵਰ ਕਿਊ ਫਾਰਮ ਦੇ ਵਿੱਚ ਲਿਖਣਾ ਹੈ 6 0.6 ਬਾਰ ਨੂੰ ਪੀ ਓਵਰ ਕਿਊ ਫਾਰਮ ਦੇ ਵਿੱਚ ਲਿਖਣਾ ਹੈ ਸੋ ਇਹਦੇ ਵਾਸਤੇ ਸਾਡੇ ਪਾਸ ਇੱਕ ਟ੍ਰਿਕ ਹੈ ਫਸਟ ਪਾਰਟ ਸਾਡੇ ਪਾਸ ਹੈ ਇਹ ਸੈਕੰਡ ਪਾਰਟ ਸਾਡੇ ਪਾਸ 47 ਬਾਰ ਹੈ ਤੇ ਥਰਡ ਪਾਰਟ ਸਾਡੇ ਪਾਸ ਹੈਗਾ 0 ਡੈਸੀਮਲ 001 ਸਾਰੇ ਦੇ ਉੱਪਰ ਬਾਰ ਹੈ ਤਿੰਨ ਪਾਰਟ ਨੇ ਸਾਡੇ ਪਾਸ ਫਸਟ ਸੈਕੰਡ ਥਰਡ ਪੀ ਓਵਰ ਕਿਊ ਫਾਰਮ ਚ ਲਿਖਣਾ ਹੈ ਕਿਉਂਕਿ ਇਹਦੇ ਉੱਪਰ ਬਾਰ ਹੈ ਇਹਨੂੰ ਅਸੀਂ ਸਧਾਰਨ ਤਰੀਕੇ ਦੇ ਨਾਲ ਨਹੀਂ ਲਿਖ ਸਕਦੇ ਜਿਸ ਤਰ੍ਹਾਂ ਅਸੀਂ ਹੋਰ ਕੁਐਸਚਨਸ ਦੇ ਵਿੱਚ ਕਰਦੇ ਹਾਂ ਲਾਈਕ ਜੇ ਸਾਡੇ ਪਾਸ 3.7 ਹੈ ਤਾਂ ਇਸ ਨੂੰ ਅਸੀਂ ਲਿਖ ਸਕਦੇ ਹਾਂ 37/10 ਡੈਸੀਮਲ ਤੋਂ ਬਾਅਦ ਇੱਕ ਡਿਜੀਟ ਹੈ ਤਾਂ ਅਸੀਂ ਸਿੰਪਲੀ ਇਸ ਨੂੰ ਨੀਚੇ ਪੰਨ 0 ਲਗਾ ਦਿੰਦੇ ਹਾਂ ਬਟ ਇਸ ਕੇਸ ਦੇ ਵਿੱਚ ਸਾਡੇ ਪਾਸ 6 ਦੇ ਉੱਪਰ 12 ਹੈ ਸੋ ਅਸੀਂ ਕੀ ਕਰਨਾ ਹੈ ਸਪੋਜ਼ ਕਰਨਾ ਹੈ ਇਸ ਨੂੰ x ਮੰਨ ਲੈਨੇ ਆਪਾਂ ਕਿ ਇਹ 1x ਹੈ 0.6 ਬਾਰ ਤਾਂ 6 ਬਾਰ ਨੂੰ ਅਸੀਂ ਓਪਨ ਅਪ ਕਰਦੇ ਹਾਂ ਪਹਿਲਾਂ বারবার লিখতে سنو 6 6 6 6 चलता जाएगा खत्म नहीं हो रहा so, है हमारे पास 1x सो जितने नंबरों ਦੇ ਉੱਪਰ बार ਹੈ ਇੱਥੇ ਇੱਕ ਦੇ ਉੱਪਰ बार ਹੈ ਤਾਂ ਅਸੀਂ 19 ਜ਼ੀਰੋਜ਼ 10 ਦੇ ਨਾਲ ਮਲਟੀਪਲਾਈ ਕਰਨਾ ਹੈ ਜਿਸ ਤਰ੍ਹਾਂ 7 ਦੇ ਉੱਪਰ बार ਹੈ ਇਕੱਲਾ ਤਾਂ 10 ਦੇ ਨਾਲ ਮਲਟੀਪਲਾਈ ਕਰਨਾ ਹੈ ਇੱਥੇ 3 ਨੰਬਰਾਂ ਦੇ ਉੱਪਰ बार ਹੈ ਤਾਂ ਅਸੀਂ 1000 ਦੇ ਨਾਲ ਮਲਟੀਪਲਾਈ ਕਰਾਂਗੇ 1000 ਦੇ ਨਾਲ ਸੋ ਇੱਥੇ ਅਸੀਂ ਇਸ ਨੂੰ ਕੀ ਕਰਨਾ ਹੈ 10 ਦੇ ਨਾਲ ਗੁਣਾ ਕਰਨਾ ਹੈ ਇਹ ਕੁਐਸਚਨ ਬਹੁਤ ਹੀ ਇੰਪੋਰਟੈਂਟ ਹੈ ਬੜੇ ਧਿਆਨ ਦੇ ਨਾਲ ਸਮਝਣ ਦੀ ਲੋੜ ਹੈ 4 ਨੰਬਰ ਦਾ ਜਾਂ 2 ਨੰਬਰ ਦਾ ਪੇਪਰ ਦੇ ਵਿੱਚ ਪੱਕਾ ਆਉਂਦਾ ਹੈ ਹਰ ਵਾਰ ਆਉਂਦਾ ਹੈ ਸੋ 10 1 is. 10 1 ਇਸ 10x ਜਦੋਂ ਮੈਂ ਇਸ ਨੂੰ 10 ਦੇ ਨਾਲ ਮਲਟੀਪਲਾਈ ਕਰਾਂਗਾ ਜਿਹੜਾ ਡੈਸੀਮਲ ਹੈ ਇੱਕ ਸਟੈਪ ਅੱਗੇ ਮੂਵ ਹੋ ਜਾਏਗਾ ਇਹ ਨੰਬਰ ਵੱਡਾ ਹੋ ਜਾਏਗਾ ਸੋ ਇਹ ਬਣ ਜਾਏਗਾ 6.6666 ਸੋ ਹੁਣ ਇੱਥੇ ਵੀ 4 ਨੇ ਇੱਥੇ ਪਰ 5 ਬਣ ਗਏ ਨੇ ਕਿਉਂਕਿ ਲਗਾਤਾਰ ਚੱਲ ਰਹੀ ਹੈ ਤਾਂ ਮੈਂ ਕਿੰਨੇ ਵੀ 6 ਲਿਖ ਸਕਦਾ ਕੋਈ ਇਸ਼ੂ ਨਹੀਂ ਹੈ ਕਿਉਂਕਿ ਵਾਰ-ਵਾਰ 6 ਹੀ ਆਣਾ ਹੈ ਸੋ ਮੈਂ ਇਸ ਨੂੰ 1 ਮੰਨ ਲੈਂਦਾ ਇਹ ਵਾਲੀ ਇਕੁਏਸ਼ਨ ਨੂੰ ਇਹਨੂੰ ਇੱਥੇ ਲਿਆ ਕੇ ਫਿਰ ਤੋਂ نیچے ਲਿਖ ਰਹਿਣਾ 1x ਡੈਸੀਮਲ ਇਸੇ ਚ ਡੈਸੀਮਲ 6 6 6 6 ਸੋ ਅੱਗੇ ਕੀ ਹੈ 0 ਇਸ ਸਟੈਪ ਕੋ ਬੜੇ ਧਿਆਨ ਨਾਲ ਕਰਨੇ ਵਾਲੇ ਇਹ ਸਟੈਪ ਜਿਹੜਾ ਇੱਥੇ 1x ਹੈ ਮੈਂ ਇਸ ਨੂੰ ਮਲਟੀਪਲਾਈ ਕਰਨ ਤੋਂ ਬਾਅਦ 300 ਜਾਂ 1000 ਦੇ ਨਾਲ ਉਸ ਤੇ ਨੀਚੇ ਲੈ ਕੇ ਕੀ ਕਰਨਾ ਹੈ ਸਬਟ੍ਰੈਕਟ ਕਰਨਾ ਹੈ ਮਾਈਨਸ ਸੋ 10 1 ਇਸ 9x ਇਕਵਲ ਡਾਟ ਡਾਟ ਹੈ ਸਾਰੇ 6 ਨੇ 6 6 ਕੈਨਸਲ ਆਊਟ ਹੋ ਜਾਏਗਾ 6 6 0 6 6 0 6 6 0 ਤਰ੍ਹਾਂ ਹੀ ਕੀਤਾ ਜਾਏਗਾ ਮੇਰੇ ਕੋਲ 6 ਸਾਰੇ 6 ਦੇ ਵਿੱਚੋਂ ਜਦ ਅਸੀਂ 6 ਸਬਟ੍ਰੈਕਟ ਕਰਾਂਗੇ ਸਾਰੇ ਕੀ ਬਣ ਜਾਣਗੇ 0 ਬਣ ਜਾਣਗੇ ਸੋ so, x ਕੀ ਆ ਗਿਆ ਮੇਰੇ ਕੋਲ 6, divided divided, so, .6, so, .6, 6 9 9 ਉੱਧਰ ਜਾ ਕੇ ਕੀ ਹੋ ਜਾਏਗਾ ਡਿਵਾਈਡ ਹੋ ਜਾਏਗਾ ਸੋ x ਕੀ ਸੀ ਮੇਰੇ ਕੋਲ ਮੈਂ x ਕੀ ਲੈ ਕੇ ਚੱਲਿਆ ਸੀ 0.6 ਵਾਰ ਸੋ 0.6 ਵਾਰ ਨੂੰ ਸੀ ਲਿਖ ਸਕਦੇ ਹਾਂ 6 ਓਵਰ 9 ਜਾਂ ਇਸ ਨੂੰ ਕੈਨਸਲ ਆਊਟ ਕਰ ਸਕਦੇ ਹਾਂ 3 ਦੇ ਟੇਬਲ ਤੇ 3 2 6 3 3 9 ਸੋ 0.6 ਵਾਰ ਕੀ ਬਣ ਗਿਆ 2 3 ਇਹ ਸਾਡੀ p ਓਵਰ q ਫਾਰਮ ਆ ਗਈ p q ਰੂਪ ਦੇ ਵਿੱਚ ਲਿਖਤਾ ਸੀ ਇਹ ਵਾਲਾ ਪਾਰਟ ਵੀ ਜਿਹੜਾ ਅਸੀਂ ਡਿਸਕਸ ਕਰ ਲੈਨੇ ਆ ਇਹਨੂੰ ਅਸੀਂ 1000 ਨਾਲ ਮਲਟੀਪਲਾਈ ਕਰਨਾ ਹੈ ਇਹ ਤੁਸੀਂ ਖੁਦ ਕਰਨਾ ਹੈ ਇਹ ਤੁਹਾਡੇ ਲਈ ਛੱਡ ਦੇਣਾ ਸੀ ਸੋ ਇਹ ਕੁਐਸਚਨ ਡਿਸਕਸ ਕਰਦੇ ਆ ਇੱਕ ਵਾਰ ਕਿਉਂਕਿ ਹਰ ਵਾਰ 37 ਜਾਂ 47 ਜਾਂ 35 ਵੋਟ ਐਗਜ਼ਾਮ ਦੇ ਵਿੱਚ ਆ ਜਾਂਦਾ ਸਾਡੇ ਕੋਲ ਸੋ ਸੈਕੰਡ ਪਾਰਟ ਦੇ ਵਿੱਚ ਸਾਨੂੰ 기ਵਨ ਹੈ 0.47 ਬਾਰ ਦੋਸਤੋ ਤੁਸੀਂ ਬਾਰ ਦਾ ਬਿਲਕੁਲ ਧਿਆਨ ਰੱਖਣਾ ਹੈ ਕਿ ਦੋਨੇ ਨੰਬਰਸ ਦੇ ਉੱਪਰ ਹੈ ਕਿ ਇੱਕ ਨੰਬਰ ਦੇ ਉੱਪਰ ਹੈ ਤਾਂ ਜੇ ਮੈਂ ਧਿਆਨ ਨਾਲ ਦੇਖਾਂ ਕੱਲੇ 7 ਦੇ ਉੱਪਰ ਬਾਰ ਹੈ 47 ਦੇ ਉੱਪਰ ਬਾਰ ਨਹੀਂ ਹੈ ਜੇ 47 ਦੇ ਉੱਪਰ ਬਾਰ ਹੁੰਦਾ ਤਾਂ ਮੈਨੂੰ ਇਸ ਨੂੰ ਲਿਖਣਾ ਪੈਂਦਾ 0.47 47 4 .7, 4 .7, 4 .7. 47 ਫਿਰ ਮੈਨੂੰ 47 ਦੇ ਪੇਅਰ ਬਣਾਉਣੇ ਪੈਣੇ ਸੀ ਇੱਥੇ ਇਕੱਲਾ 7 ਦੇ ਉੱਪਰ ਬਾਰ ਹੈ ਭਾਵ 7 ਰਿਪੀਟ ਹੋਏਗਾ ਤਾਂ ਮੈਂ ਇਸ ਨੂੰ ਲਿਖ ਸਕਦਾ ਹਾਂ 1x 0.47777 so so ਇਕੱਲਾ 7 ਦੇ ਉੱਪਰ ਬਾਰ ਸੀ ਤਾਂ ਮੈਂ ਇਸ ਇਕੁਏਸ਼ਨ ਨੂੰ ਮਲਟੀਪਲਾਈ ਵੀ ਕੇਵਲ 10 ਦੇ ਨਾਲ ਹੀ ਕਰਨਾ ਹੈ ਜੇ ਦੋਨੋਂ ਡਿਜੀਟ ਦੇ ਉੱਪਰ ਬਾਰ ਹੁੰਦਾ ਤਾਂ ਮੈਂ ਇਸ ਨੂੰ 100 ਦੇ ਨਾਲ ਮਲਟੀਪਲਾਈ ਕਰਦਾ ਦੋ ਜ਼ੀਰੋਜ਼ ਦੇ ਨਾਲ ਸੋ 10 ਨਾਲ ਜਦੋਂ ਮਲਟੀਪਲਾਈ ਕਰਾਂਗੇ ਸਾਡੇ ਕੋਲ ਕੀ ਆਊਗਾ 10 1 ਇਸ 10x ਇਹ ਜਿਹੜਾ ਡੈਸੀਮਲ ਇੱਕ ਸਟੈਪ ਅੱਗੇ ਮੂਵ ਹੋ ਜਾਏਗਾ 4.77777 ਸੋ ਤਾਂ ਸਾਡਾ ਨੈਕਸਟ ਸਟੈਪ ਕੀ ਹੈ ਅਸੀਂ a ਇਸ ਇਕੁਏਸ਼ਨ ਨੂੰ ਜਿਹਨੂੰ ਮਲਟੀਪਲਾਈ ਕੀਤਾ 10 ਦੇ ਨਾਲ ਇਹਦੇ ਵਿੱਚੋਂ ਕੀ ਕਰਨਾ ਹੈ ਸਬਟ੍ਰੈਕਟ ਕਰਨਾ ਹੈ -1x 0 0.477770 7 ਸਬਟ੍ਰੈਕਟ ਹੋ ਜਾਏਗਾ 777777 7 4 ਕੀ ਆ ਜਾਏਗਾ 3 4 0 ਕੀ ਆ ਜਾਏਗਾ 4 9x ਸੋ 4.3 ਦੇ ਉੱਪਰ ਕਿਤੇ ਵੀ ਬਾਰ ਨਹੀਂ بچਿਆ ਤਾਂ ਮੈਂ ਇਸ ਦਾ ਡੈਸੀਮਲ ਜਿਹੜਾ ਰਿਮੂਵ ਕਰ ਸਕਦਾ ਹਾਂ 43 ਓਵਰ 10 9x 43/10 dividing both side by 9 ta sade pass ki a jayega x 43/9 so x asi ki le asi 0 decimal 4 7 de upar bar ta jehda bar wala question hai isda jehda decimal asi remove karna hai ode layi special a method hai technique hai so exam de vich har bar ਇਹ ਕੁਐਸਚਨ ਜਿਹੜਾ ਹੈ ਈਵਨ ਸਤੰਬਰ ਪੇਪਰਸ ਦੇ ਵਿੱਚ ਪ੍ਰੀ ਬੋਰਡ ਦੇ ਵਿੱਚ ਫਾਈਨਲ ਐਗਜ਼ਾਮ ਦੇ ਵਿੱਚ ਇਹ ਜਿਹੜਾ ਕੁਐਸਚਨ ਹੈ ਮਸਟ ਹੈ ਹਰ ਵਾਰ ਮਿਲਦਾ ਹੈ ਸੋ ਇਸ ਨੂੰ ਬੜੇ ਧਿਆਨ ਦੇ ਨਾਲ ਕਰਨਾ ਹੈ ਅਸੀਂ ਕੁਐਸਚਨ ਨੰਬਰ 4 ਜਿਹੜਾ ਹੈ ਇੰਪੋਰਟੈਂਟ ਨਹੀਂ ਹੈ ਇਹਨਾਂ ਕੁਐਸਚਨ ਨੰਬਰ 5 ਤੁਹਾਡੀ ਨੌਲੇਜ ਲਈ ਦੱਸ ਦਿੰਨਾ ਹੈ ਕਿ ਵਾਟ ਕੈਨ ਬੀ ਮੈਕਸਿਮਮ ਨੰਬਰ ਆਫ ਡਿਜੀਟਸ ਇਨ ਦਾ ਰਿਪੀਟਿੰਗ ਬਲਾਕ ਆਫ ਡਿਜੀਟਸ ਇਨ ਦਾ ਡੈਸੀਮਲ ਐਕਸਪੈਂਸ਼ਨ ਆਫ 1/17 ਜੇ ਅਸੀਂ 1/17 ਨੂੰ ਭਾਗ ਦਈਏ ਉਸ ਦਾ ਦਸ਼ਮਲ ਗਰੁੱਪ ਲਿਖੀਏ ਤਾਂ ਉਸ ਵਿੱਚ ਵੱਧ ਤੋਂ ਵੱਧ ਅੰਕ ਜਿਹੜੇ ਨੇ ਉਹ ਕਿੰਨੇ ਆ ਸਕਦੇ ਨੇ ਰਿਪੀਟ ਹੋਣ ਵਾਸਤੇ ਸੋ ਇਹ ਤੁਹਾਡੀ ਨੌਲੇਜ ਲਈ ਦੱਸ ਦਿਆਂ ਜਿੰਨਾ ਡਿਨੋਮੀਨੇਟਰ ਹੁੰਦਾ ਹੈ ਉਸ ਦੇ ਨਾਲੋਂ ਇੱਕ ਘੱਟ ਤਾਂ ਵੱਧ ਤੋਂ ਵੱਧ 16 ਅੰਕ ਜਿਹੜੇ ਨੇ ਉਹਨਾਂ ਦਾ ਸੈੱਟ ਬਣ ਸਕਦਾ ਹੈ 16 ਤੋਂ ਪਹਿਲਾਂ ਪਹਿਲਾਂ ਰਿਪੀਟ ਹੋਣੇ ਸ਼ੁਰੂ ਹੋਣੇ ਚਾਹੀਦੇ ਨੇ ਜਾਂ 16 ਤੇ 17 ਤੱਕ ਕਦੇ ਨਹੀਂ ਜਾਣਗੇ ਮੈਕਸਿਮਮ 16 ਮੈਕਸਿਮਮ 16 ਨੰਬਰ ਦਾ ਸੈੱਟ ਬਣੇਗਾ ਜੇ 1/3 ਹੈ ਤਾਂ ਮੈਕਸਿਮਮ ਦੋ ਨੰਬਰ ਦਾ ਸੈੱਟ ਬਣੇਗਾ ਸੋ ਡਿਨੋਮੀਨੇਟਰ ਕੋ ਡਿਪੈਂਡ ਕਰਦਾ ਹੈ ਸਾਡੇ ਕੋਲ ਜੇ 17 ਹੈ ਤਾਂ 16 ਤੱਕ ਵੱੱਤੇ ਵੱੱਤੇ ਸੈੱਟ ਜਾਏਗਾ ਸੋ ਇਸੇ ਤਰ੍ਹਾਂ ਕੁਐਸਚਨ ਨੰਬਰ 6 ਵੀ ਜਿਹੜਾ ਉਹ ਇੰਨਾ ਇੰਪੋਰਟੈਂਟ ਨਹੀਂ ਹੈ 7 ਜਿਹੜਾ ਹੈ ਰਾਈਟ 3 ਨੰਬਰਸ ਹੁਸ ਡੈਸੀਮਲ ਐਕਸਪੈਂਸ਼ਨਸ ਆਰ ਨੌਨ ਟਰਮੀਨੇਟਿੰਗ ਨੌਨ ਰਿਕਿਊਰਿੰਗ ਅਸੀਂ 7ਵੇਂ ਕੁਐਸਚਨ ਦੇ ਵਿੱਚ ਲਿਖਣਾ ਹੈ ਤਿੰਨ ਸੰਖਿਆਵਾਂ ਲਿਖੋ ਜਿਨ੍ਹਾਂ ਦੇ ਦਸ਼ਮਲਵ ਵਿਸਥਾਰ ਅਣ ਅਵਰਤੀ ਤੇ ਅਸ਼ਾਂਤ ਨੇ ਤੇ ਅਸੀਂ ਪਹਿਲਾਂ ਵੀ ਇਹਨਾਂ ਬਾਰੇ ਲਿਖ ਚੁੱਕੇ ਹਾਂ ਅਸੀਂ ਤਿੰਨ ਐਗਜ਼ਾਮਪਲ ਲਿਖਣੀਆਂ ਨੇ ਜਿਹੜੀਆਂ ਅਸ਼ਾਂਤ ਅਣ ਅਵਰਤੀ ਹੋਣ ਨੌਨ ਟਰਮੀਨੇਟਿੰਗ ਨੌਨ ਰਿਪੀਟਿੰਗ ਹੋਣ ਤਾਂ ਕੋਈ ਵੀ ਲਿਖ ਸਕਦੇ ਹੋ ਤੁਸੀਂ ਹਰ ਇੱਕ ਛੋਟਾ ਜਿਹਾ ਬੱਚਾ ਵੀ ਲਿਖ ਸਕਦਾ ਮੈਂ ਲਿਖ ਰਣ 001 0001 0001 so ਤਾਂ 1 ਨੂੰ ਤੁਸੀਂ ਰਿਪਲੇਸ ਕਰ ਦਿਓ 2 ਦੇ ਨਾਲ ਸੁਪਰ ਦਾ इजी ਮੈਥਡ ਹੈ ਲਿਖਣ ਦਾ ਬੇ ਚਾਹੀਦਾ ਤੁਹਾਡਾ ਤੇ ਨੈਕਸਟ ਅਸੀਂ 3 ਲਿਖ ਸਕਦੇ ਹਾਂ 3.03 003 ਸੋ ਕੋਈ ਮੁਸ਼ਕਲ ਨਹੀਂ ਹੈ ਆਪਣੇ ਕੋਲ ਕੋਈ ਅਪ੍ਰਿਮੇ ਸੰਖਿਆ ਲਿਖਣੀ ਕਿੰਨੀਆਂ ਵੀ ਤੁਸੀਂ ਲਿਖ ਸਕਦੇ ਹੋ ਕਿੰਨੀਆਂ ਵੀ ਐਗਜ਼ਾਮਪਲਸ ਜਿਹੜੀਆਂ ਦੇ ਸਕਦੇ ਹੋ ਕੁਐਸਚਨ ਨੰਬਰ 7 ਕੁਐਸਚਨ ਨੰਬਰ 8 ਦੇ ਵਿੱਚ ਸਾਨੂੰ ਕੁਐਸਚਨ ਪੁੱਛਿਆ ਗਿਆ ਕਿ 5/7 ਤੇ 9/11 5/7 ਤੇ 9/11 ਦੇ ਵਿਚਕਾਰ ਅਸੀਂ ਕੋਈ ਤਿੰਨ ਜਾਂ ਚਾਰ ਜਿਹੜੀਆਂ ਨੇ ਡਿਫਰੈਂਟ ਇਰਰੇਸ਼ਨਲ ਨੰਬਰਸ ਜਿਹੜੇ ਨੇ ਇਨਸਰਟ ਕਰਨੇ ਅਪ੍ਰਿਮੇ ਪਰਿਮੇ ਨਹੀਂ ਕਰਨਾ ਅਪ੍ਰੀਮੀ ਸੋ ਅਪ੍ਰੀਮੀ ਸਾਨੂੰ ਪਤਾ ਹੈ ਕਿ ਉਹਦਾ ਦਸ਼ਮਲਵ ਵਿਸਥਾਰ ਜਿਹੜਾ ਹੈ ਡੈਸੀਮਲ ਰਿਪਰੈਜ਼ੈਂਟੇਸ਼ਨ ਜਿਹੜੀ ਉਹ ਇਦਾਂ ਦੀ ਹੁੰਦੀ ਹੈ ਨੌਨ ਟਰਮੀਨੇਟਿੰਗ ਨੌਨ ਰਿਪੀਟਿੰਗ ਤਾਂ ਪਹਿਲਾਂ ਸਾਨੂੰ ਡੈਸੀਮਲ ਫਾਰਮ ਚ ਲਿਖ ਲੈਣੇ ਆ ਕਿ ਸਾਨੂੰ ਚਾਹੀਦਾ ਕੀ ਹੈ ਕਿੱਥੇ ਤੱਕ ਚਾਹੀਦੇ ਨੰਬਰ ਜਦੋਂ ਮੈਂ 5 ਨੂੰ 7 ਨਾਲ ਡਿਵਾਈਡ ਕਰਾਂਗਾ ਤਾਂ ਮੇਰੇ ਕੋਲ ਆਏਗਾ 0 ਡੈਸੀਮਲ 7 1 4 ਇਸੇ ਤਰ੍ਹਾਂ ਜਦੋਂ ਮੈਂ ਸੋ ਜਦੋਂ ਮੈਂ 9 ਓਵਰ 11 ਨੂੰ ਡਿਵਾਈਡ ਕਰਾਂਗਾ ਤਾਂ ਮੇਰੇ ਕੋਲ ਕੀ ਆਨਸਰ ਆਏਗਾ 0.8 20 1, 8, 1, 8, 1 so so 0 0 81 81 ਸੋ ਸੋ ਮੈਨੂੰ ਨੰਬਰ ਚਾਹੀਦਾ ਹੈ ਜਿਹੜਾ 0.71 0.81 ਦੇ ਇਨ ਬਿਟਵੀਨ ਹੋਵੇ ਇਹਨਾਂ ਦੇ ਵਿਚਕਾਰ ਹੋਣਾ ਚਾਹੀਦਾ ਹੈ ਇੰਨੇ ਤੋਂ ਹੀ ਪਤਾ ਲੱਗ ਰਿਹਾ ਸਾਨੂੰ ਇਹਨਾਂ ਦੇ ਵਿਚਕਾਰ ਹੋਣਾ ਚਾਹੀਦਾ ਹੈ ਤੇ ਜਿਹੜੀ ਇਹ ਡੈਸੀਮਲ ਫਾਰਮ ਚਾਹੀਦੀ ਹੈ ਉਹ ਨੋਨ ਟਰਮੀਨੇਟਿੰਗ ਨੋਨ ਰਿਪੀਟਿੰਗ ਚਾਹੀਦੀ ਹੈ ਤਦ ਹੀ ਉਹ ਕੀ ਬਣੇਗਾ ਅਪਰੀमेय ਬਣੇਗਾ ਇਰਰੇਸ਼ਨਲ ਸੀ ਇਰਰੇਸ਼ਨਲ ਨੰਬਰ ਇਨਸਰਟ ਕਰਨੇ ਨੇ ਸੋ ਮੈਂ ਕੀ ਕਰਦਾ ਇੱਥੇ 3 ਨੰਬਰ ਲਗਾਣੀ ਨੇ 0 ਡੈਸੀਮਲ 7 ਤੇ 80 ਦੇ ਵਿਚਕਾਰ ਕੁਝ ਨਹੀਂ ਆਉਂਦਾ 71 ਤੇ 81 ਦੇ ਵਿਚਕਾਰ ਆਉਂਦਾ ਹੈ 72 02002 ज़ीरो जीरो जीरो टू सो ऑन सो ये जोड़ा नंबर है इस तो व्डा है इस तो छोटा है नैक्सट टाइम जीरो डेसीमल सैवन थ्री लेना है जीरो थ्री जीरो जीरो थ्री जीरो 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 थ्री सो ऑन ये दूसरा हो गया साढ़ा तीसरे तो असं जीरो पॉइंट सैवन फोर लेरो फोर जीरो जीरो फोर जीरो ज़ीरो जीरो फोर सौ ऑन ਇਹ ਵੰਚ ਹੈ ਤੁਸੀਂ 2 2 2 ਹੀ ਯੂਜ਼ ਕਰ ਲਓ ਤਾਂ ਵੀ ਚੱਲ ਜਾਏਗਾ ਤਾਂ ਜਦੋਂ ਡਾਟਡ ਹੈ ਇਸ ਦਾ ਮਤਲਬ ਹੈ ਨੋਨ ਟਰਮੀਨੇਟਿੰਗ ਅਸ਼ਾਂਤ ਤੇ ਇੱਥੇ ਸੈੱਟ ਨਹੀਂ ਬਣਨਾ ਚਾਹੀਦਾ ਦੇਖੋ ਸੈੱਟ ਨਹੀਂ ਬਣ ਰਿਹਾ ਕੋਈ 0 2 ਆ ਰਿਹਾ ਹੈ 0 0 2 ਆ ਰਿਹਾ ਹੈ ਨੋਨ ਰਿਪੀਟਿੰਗ ਹੈ ਅਣ ਆਵਰਤੀ ਹੈ ਸੋ ਕੁਐਸਚਨ ਨੰਬਰ 8 ਈਜ਼ੀ ਹੈ ਇਸੇ ਤਰ੍ਹਾਂ ਜਿਹੜਾ ਕੁਐਸਚਨ ਨੰਬਰ 9 ਹੈ ਉਸ ਦੇ ਵਿੱਚ ਅਸੀਂ ਪ੍ਰਿਮੇਅ ਤੇ ਅਪ੍ਰਿਮੇਅ ਰੈਸ਼ਨਲਸ ਤੇ ਇਰੈਸ਼ਨਲਸ ਨੂੰ ਆਈਡੈਂਟੀਫਾਈ ਕਰਨਾ ਹੈ ਇਹ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕੇ ਹਾਂ ਬੜਾ ਈਜ਼ੀ ਹੈ ਸੋ ਕੁਐਸਚਨ ਨੰਬਰ 9 ਦੇ ਵਿੱਚ ਸਾਡੇ ਕੋਲ 5 ਪਾਰਟਸ ਨੇ ਅਸੀਂ ਆਇਡੈਂਟੀਫਾਈ ਕਰਨਾ ਹੈ ਕਿਹੜਾ ਰੈਸ਼ਨਲ ਹੈ ਕਿਹੜਾ ਇਰੈਸ਼ਨਲ ਹੈ ਕਿਹੜਾ ਪਰਿਮੇਯ ਹੈ ਤੇ ਕਿਹੜਾ ਅਪਰਿਮੇਯ ਹੈ ਸੋ ਇਰੈਸ਼ਨਲ ਦੀ ਅਸੀਂ ਪਛਾਣ ਕੀਤੀ ਸੀ ਕਿ ਪਾਈ ਹੈ ਜਾਂ ਜਿੰਨਾ ਦਾ ਰੂਟ ਸਾਨੂੰ ਨਹੀਂ ਪਤਾ ਸੋ √23 ਸਾਨੂੰ ਇਸ ਦਾ ਅੰਡਰ ਰੂਟ ਨਹੀਂ ਪਤਾ ਤਾਂ ਇਹ ਕੀ ਹੈ ਇਰ ਰੈਸ਼ਨਲ ਅ ਪਰਿਮੇਯ ਕਿਉਂਕਿ 23 ਦਾ ਅੰਡਰ ਰੂਟ ਕੰਪਲੀਟਲੀ ਸਾਨੂੰ ਨਹੀਂ ਪਤਾ 225 ਦਾ ਰੂਟ ਇਹ ਕਿੰਨਾ ਹੁੰਦਾ ਹੈ 15 ਨੇ 15 ਦਾ ਸਕੁਅਰ ਹੈ 15 ਦਾ ਸਕੁਅਰ 225 ਹੁੰਦਾ ਹੈ ਸੋ 15/1 ਲਿਖ ਸਕਦੇ ਹਾਂ ਨੂੰ ਅਸੀਂ p/q ਫਾਰਮ ਚ ਲਿਖ ਸਕਦੇ ਹਾਂ ਤਾਂ ਇਹ ਕੀ ਹੋ ਗਿਆ ਸਾਡਾ ਪ੍ਰੀਮੀ ਜਾਂ ਇਹ ਰੈਸ਼ੀਨਲ ਸੋ ਇਹ ਸਾਡੇ ਪਾਸ ਡੈਸੀਮਲ ਫਾਰਮ ਹੈ ਡੈਸੀਮਲ ਫਾਰਮ ਦੇ ਵਿੱਚ ਅਸੀਂ ਗੱਲ ਕੀਤੀ ਸੀ ਸ਼ਾਂਤ ਅਸ਼ਾਂਤ ਰਿਪੀਟਿੰਗ ਨੋਨ ਰਿਪੀਟਿੰਗ ਇਹ ਜੇ ਸਾਡੇ ਪਾਸ ਇੱਥੇ ਡੈਸੀਮਲ ਨਹੀਂ ਹੈ ਭਾਵੇਂ ਕਿ ਰਿਪੀਟ ਨਹੀਂ ਹੋ ਰਿਹਾ ਪਰ ਇਹਦੇ ਵਿੱਚ ਪਿੱਛੇ ਡਾਟਸ ਨਹੀਂ ਹੈਗੇ ਇਹ ਕੀ ਹੈ ਸ਼ਾਂਤ ਹੈ ਟਰਮੀਨੇਟਿੰਗ ਹੈ ਸੋ ਜਦੋਂ ਟਰਮੀਨੇਟ ਹੀ ਹੁੰਦਾ ਹੈ ਉਹ ਕੀ ਹੁੰਦਾ ਸਾਡੇ ਪਾਸ ਰੈਸ਼ੀਨਲ ਪ੍ਰਿਮੀਅ ਸੋ ਇਹ ਕੀ ਹੈ ਸਾਡੇ ਪਾਸ ਪ੍ਰਿਮੀਅ ਸੰਖਿਆ ਹੈ ਸੋ ਇਸੇ ਤਰ੍ਹਾਂ ਇਹਦਾ 4th ਪਾਰਟ ਹੈ ਇਸਦੇ ਵਿੱਚ ਸਾਡੇ ਪਾਸ ਪਿੱਛੇ ਡਾਟ ਲੱਗੇ ਹੋਏ ਨੇ ਇਸ ਤੋਂ ਭਾਵ ਹੈ ਕਿ ਇਹ ਅਸ਼ਾਂਤ ਹੈ हूँ सूशांत के चेक करना पाएगा कि नॉन टर्मीनेटिंग की की रिपीट हो रहा है या नहीं हो रहा फोर सैवन एट फोर सैवन एट आवरती है 4, 7, 8, 4, 7, रिपीट हो रहा है टर्मीनेटिंग है सॉरी नॉन टर्मीनेटिंग है तो रिपीटिंग है तो इस केस के बोलते हैं रैश नल ਪ੍ਰਾਇਮੇ ਸੰਖਿਆ 1.9 ਹੈ ਨਾ ਇੱਕ ਨੰਬਰ ਦੇ ਵਿੱਚ ਜ਼ਰੂਰ ਆ ਜਾਂਦਾ ਹੈ ਈਵਨ ਕੰਪੀਟੀਸ਼ਨ ਦੇ ਐਗਜ਼ਾਮ ਦੇ ਵਿੱਚ ਆ ਜਾਂਦਾ ਹੈ ਜਿਹੜਾ ਤੁਸੀਂ ਐਨਟੀਐਸ ਸੀ ਪੀਐਸਟੀਐਸ ਸੀ ਦੇ ਵਿੱਚ ਅਪੀਅਰ ਹੁੰਦੇ ਹੋ ਸੋ ਇਹ ਅਸ਼ਾਂਤ ਤੇ ਨੌਨ ਰਿਪੀਟਿੰਗ ਹੈ ਤਾਂ ਉੱਪਰ ਅਸੀਂ ਐਗਜ਼ਾਮਪਲਸ ਲਿਖ ਕੇ ਹਟੇ ਨੇ ਤੇ ਨਾਲ ਦੀਆਂ ਤਾਂ ਇਹ ਕੀ ਹੈ ਇਰ ਰੈਸ਼ਨਲ ਅ ਪ੍ਰਾਇਮੇ ਸੋ ਇਹਦੇ ਪਿੱਛੇ ਡਾਟਸ ਨੇ ਤੇ ਇੱਥੇ ਰੈਪੀਟੀਸ਼ਨ ਨਹੀਂ ਹੈ ਅਸ਼ਾਂਤ ਵੀ ਹੈ ਤੇ ਅਣ ਆਵਰਤੀ ਵੀ ਹੈ ਨੋਨ ਟਰਮੀਨੇਟਿੰਗ ਨੋਨ ਰੈਪੀਟਿੰਗ ਨੋਨ ਟਰਮੀਨੇਟਿੰਗ ਨੋਨ ਰੈਪੀਟਿੰਗ ਤਾਂ ਇਹ ਕੀ ਬਣਦਾ ਸਾਡਾ ਇਰਰਾਸ਼ੀਨਲ ਨੰਬਰ ਸੋ 1.3 ਜਿਹੜੀ ਉਹ ਸਾਡੀ ਕੰਪਲੀਟ ਹੋ ਗਈ ਹੈ ਤੇ ਜਿਹੜੀ 1.4 ਹੈ ਇਹ ਤੁਹਾਡੀ ਐਕਟੀਵਿਟੀ ਬੇਸਡ ਹੈ ਤਾਂ ਚਿਤਰੋ 1.3 ਦੇ ਵਿੱਚ √5 ਵਾਲੀ ਐਕਟੀਵਿਟੀ ਕਰਾਂਗੇ ਉਸ ਦੇ ਨਾਲ ਹੀ 1.4 ਦੀ ਜਿਹੜੀ ਐਕਟੀਵਿਟੀ ਉਦੋਂ ਹੋ ਜੇਗੀ ਸੋ ਅਸੀਂ ਡਿਟੈਕਟਰੀ ਡਿਸਕਸ ਕਰਾਂਗੇ 1.5 ਤੇ 1.6 ਇਸੇ ਉਹਦੇ ਵਿੱਚ ਵੀਡੀਓ ਦੇ ਵਿੱਚ ਐਕਸਰਸਾਈਜ਼ 1.5 ਦੇ ਵਿੱਚ ਸਾਡੇ ਕੋਲ ਕੁਐਸਚਨ ਨੰਬਰ 1 ਇੱਕ ਨੰਬਰ ਦੇ ਵਿੱਚ ਆ ਜਾਂਦਾ ਹੈ ਕੁਐਸਚਨ ਨੰਬਰ 2 ਤੇ ਕੁਐਸਚਨ ਨੰਬਰ 5 ਇਹ ਜਿਹੜਾ 2 ਤੇ 4 ਨੰਬਰ ਦੇ ਵਿੱਚ ਮਿਲ ਜਾਂਦਾ ਸਾਨੂੰ ਇਗਜ਼ਾਮ ਦੇ ਵਿੱਚ ਅ 3 ਤੇ 4 4 ਤੁਹਾਡੀ ਐਕਟੀਵਿਟੀ ਹੈ a √5 ਵਰਗੀ ਹੋਇਆ 3 ਇੰਪੋਰਟੈਂਟ ਨਹੀਂ ਇਹਨਾਂ ਸੋ ਕੁਐਸਚਨ ਨੰਬਰ 1 ਇਸ ਦੇ ਵਿੱਚ ਸਾਨੂੰ ਪੁੱਛਿਆ ਗਿਆ ਕਿ ਕਿਹੜੀ ਪ੍ਰਿਮੇਅ ਹੈ ਤੇ ਕਿਹੜੀ ਅਪ੍ਰਿਮੇਅ ਹੈ ਵਿਚ ਇਜ਼ ਰੈਸ਼ੀਨਲ ਵਿਚ ਇਜ਼ ਨਾਟ ਸੋ 2 √5 ਤਾਂ ਜੇ ਮੈਂ ਧਿਆਨ ਨਾਲ ਦੇਖਾਂ ਇਹਦੇ ਵਿੱਚ √5 ਆ ਗਿਆ ਹੈ ਤਾਂ ਇਹ ਕੀ ਹੋਏਗੀ ਅਪ੍ਰਿਮੇਅ ਹੋਏਗੀ ਇਰਰੇਸ਼ੀਨਲ ਇਹ ਕੀ ਹੈ ਇਰ ਰੈਸ਼ੀਨਲ ਅ ਪ੍ਰਿਮੇਅ ਦੂਸਰਾ ਪਾਰਟ जो तो मैं प्रैक्ट ओपन करा तो रूट ट्वेंटी थ्री तो रूट ट्वेंटी थ्री कट जाएगा प्लस दाइनस दो मेरे पास रह जाएगा कला थ्री तो थ्री की है रैशनल है सो ये बनेगा साढ़े पास रैशनल परिमे रूट थ्री रूट थ्री की हो जाएगा कैंसल आउट हो जाएगा क्योंकि एक पॉज प्लस का साइन है एक माइनस का साइन है इसे तरह रूट सैवन जो रूट सैवन डिवाइड कर रहा है भी कैंसल आउट हो जाएगा रहेगा टू ओवर 7p/q ਕਿਉਂ ਫਾਰਮ ਹੋਗੀ ਸਾਡੇ ਪਾਸ ਤਾਂ ਇਹ ਸਾਡਾ ਕੀ ਬਣ ਗਿਆ √7 ए, रूट √7 ਕੈਨਸਲ ਆਊਟ ਹੋ ਗਿਆ ਬਚ ਕੀ ਗਿਆ 2/7 ਤਾਂ p/q ਤਾਂ p/q ਫਾਰਮ ਦੇ ਵਿੱਚ ਕੀ ਹੁੰਦਾ ਹੈ ਰੈਸ਼ਨਲ ਪ੍ਰਿਮੇ ਸੋ ਤੀਸਰੀ ਟਰਮ ਸਾਡੀ ਕੀ ਹੋਗੀ ਪ੍ਰਿਮੇ ਇੱਥੇ ਅੰਡਰੂਟ 2 ਸਾਡਾ ਕਿਸੇ ਨਾਲ ਕੈਨਸਲ ਆਊਟ ਨਹੀਂ ਹੋ ਰਿਹਾ ਤਾਂ √ ਵਾਲੀ ਵੈਲਿਊ ਹੈ ਸਾਡੇ ਪਾਸ ਨਾ √2 ਤਾਂ ਸਾਨੂੰ ਪੂਰਾ ਪੂਰਾ ਮੁੱਲ ਪਤਾ ਹੈ ਤਾਂ ਇਹ ਕੀ ਬਣ ਗਈ ਏਰ ਰੈਸ਼ਨਲ ਅ ਅਪ੍ਰਿਮੇ ਪਾਈ ਪਾਈ ਇੱਕ ਸਾਡੇ ਪਾਸ ਇਰ Rational ਨੰਬਰ ਹੈ ਤਾਂ ਇਹ ਵੀ ਕੀ ਹੈ ਇੱਕ ਇਰ Rational ਅ ਪ੍ਰਿਮੇ ਸੰਖਿਆ ਤਾਂ 2 ਪਾਈ ਵੀ ਸਾਡੇ ਪਾਸ ਕੀ ਹੋ ਗਿਆ ਅਪ੍ਰਿਮੇ ਸੰਖਿਆ ਹੋਗੀ ਇਰ Rational ਹੋਗੀ ਕੁਐਸਚਨ ਨੰਬਰ 2 ਜਿਹੜਾ ਹੈ ਇਹ ਸਾਨੂੰ ਸਿੱਖਣਾ ਪਏਗਾ ਕਿਉਂਕਿ ਕੁਐਸਚਨ ਨੰਬਰ 2 ਦੇ ਨਾਲ ਹੀ ਸਾਡਾ ਕੁਐਸਚਨ ਨੰਬਰ 5 ਜਿਹੜਾ ਹੋਣਾ ਹੈ ਸੋ ਇਹ ਦੋਨੇ ਕੁਐਸਚਨ ਐਗਜ਼ਾਮ ਦੇ ਪੁਆਇੰਟ ਆਫ 뷰 ਤੋਂ ਬਹੁਤ ਇੰਪੋਰਟੈਂਟ ਨੇ ਇਹ 1 ਨੰਬਰ ਦੇ ਵਿੱਚ ਆ ਜਾਂਦਾ ਹੈ ਇਹ 2 ਦੇ ਵਿੱਚ ਇਹ 5 ਜਾਂ 6 ਦੇ ਵਿੱਚ 4 ਜਾਂ 6 ਦੇ ਵਿੱਚ ਆ ਜਾਂਦਾ ਸਾਡੇ ਕੋਲ ਸੋ ਕੁਐਸਚਨ ਨੰਬਰ 2 ਦੇ ਸਾਰੇ ਪਾਰਟ ਡਿਸਕਸ ਕਰਦੇ ਹਾਂ ਸਿੰਪਲੀਫਾਈ ਕਰਨਾ ਆਪਾਂ ਨੇ ਸਿਰਫ ਇਹਨਾਂ ਨੂੰ ਮਲਟੀਪਲਾਈ ਕਰਨਾ ਸਿੱਖਣਾ ਹੈ ਸੋ ਕੁਐਸਚਨ ਨੰਬਰ 2 ਕਰਦੇ ਹਾਂ ਆਪਾਂ ਸੋ ਫਸਟ ਟੂ ਪਾਰਟਸ ਲਈ ਅਸੀਂ ਡਿਸਕਸ ਕਰਦੇ ਹਾਂ ਆਪਾਂ ਦੋ ਬ੍ਰੈਕਟਸ ਨੇ ਸਾਡੇ ਪਾਸ ਸੋ ਇੱਕ ਗੱਲ ਦਾ ਧਿਆਨ ਰੱਖਣਾ ਹੈ ਜਦੋਂ ਕਦੇ ਵੀ ਤੁਹਾਡੇ ਪਾਸ ਇਦਾਂ 3 2 ਤੁਸੀਂ ਕਰਦੇ ਹੋ ਇਹ ਨੰਬਰ ਦੇਖਣ ਨੂੰ ਬਿਲਕੁਲ ਸੇਮ ਨਹੀਂ 3 2 इज 6 ਅਸੀਂ ਮਲਟੀਪਲਾਈ ਕਰ ਲੈਨੇ ਆ ਸੋ ਜਦੋਂ ਕਦੀ ਵੀ ਤੁਹਾਡੇ ਪਾਸ ਡਿਫਰੈਂਟ ਕਾਈਂਡ ਦੇ ਨੰਬਰ ਆਉਣ ਏ ਦੇ ਉੱਪਰ ਰੂਟ ਨਹੀਂ ਹੈ ਇਸ ਦੇ ਉੱਪਰ ਰੂਟ ਹੈਗਾ ਏ ਤਾਂ ਇਹ ਮਲਟੀਪਲਾਈ ਨਹੀਂ ਹੋਣਗੇ ਬਿਲਕੁਲ ਐਸਾ ਚ ਨਾਲ ਨਾਲ ਪਏ ਰਹਿਣਗੇ 3 √2 ਮਲਟੀਪਲਾਈ ਹੋ ਰਹੇ ਆ ਬਟ ਐਕਚੁਅਲ ਦੇ ਵਿੱਚ ਮਲਟੀਪਲਾਈ ਨਹੀਂ ਕੀਤੇ ਆਪਾਂ ਨੇ 3 2 इज 6 ਨਹੀਂ ਕੀਤਾ ਆਪਾਂ ਨੇ ਤਾਂ 3 √2 ਦੋਵੇਂ ਨੰਬਰਾਂ ਦਾ ਸੇਮ ਹੋਣਾ ਜ਼ਰੂਰੀ ਆ √3 ਮਲਟੀਪਲਾਈ √2 ਕੀ ਬਣੇਗਾ √6 ਅਨਸਰ ਦੇ ਉੱਪਰ ਕੀ ਆਏਗਾ √ ਆਏਗਾ ਸੋ ਇਸ ਗੱਲ ਦਾ ਧਿਆਨ ਰੱਖਣਾ ਹੈ 3 ਤੇ 2 ਮਲਟੀਪਲਾਈ ਹੋਏ 6 ਸੇਮ ਨੰਬਰ ਸੀ ਰਿਜ਼ਲਟ ਵੀ ਸੇਮ ਆ ਗਿਆ ਉਸੇ ਤਰ੍ਹਾਂ ਦਾ 3 ਉੱਪਰ √ ਨਹੀਂ ਹੈ 2 ਉੱਪਰ √ ਹੈਗਾ ਏ ਤਾਂ ਇਹ ਮਲਟੀਪਲਾਈ ਨਹੀਂ ਹੋਣਗੇ ਕਿਉਂਕਿ ਅਨਸਰ ਦੇ ਵਿੱਚ ਅਸੀਂ ਕੀ ਸਾਈਨ ਪਾਵਾਂਗੇ ਇਹ ਵਾਲਾ ਸਾਈਨ ਪਾਵਾਂਗੇ ਜਾਂ ਇਹ ਵਾਲਾ ਇੱਥੇ ਸਾਡੇ ਪਾਸ ਦੋਨਾਂ ਦੇ ਉੱਪਰ √ ਹੈ ਅਸੀਂ ਮਲਟੀਪਲਾਈ ਕਰ ਲਿਆ ਏ ਤੇ ਉੱਪਰ ਕੀ ਪਤਾ ਏ √ ਪਤਾ ਏ ਸੋ ਇਹਨਾਂ ਨੂੰ आधार मन के देख के अं यहाँ क्वेश्चन जरा सोल्व कर दे सो थ्री पहला थ्री लिखा असं ये सारी ब्रैकेट टू प्लस रूट टू फिर नैक्सट नंबर प्लस रूट थ्री टू प्लस रूट टू सो थ्री इंटू टू की मल्टीप्लाई होम ने यह एग्जाम्पल लिखी है मैं थ्री टू ई सिक्स ਕ੍ਰੀਨ ਇਹਦੇ ਨਾਲ ਹੀ ਮਲਟੀਪਲਾਈ ਹੋਣਾ ਹੈ ਕੀ 3 ਤੇ √2 ਮਲਟੀਪਲਾਈ ਹੋਣਗੇ 3 ਦੇ ਉੱਪਰ √ ਨਹੀਂ ਹੈ 2 ਦੇ ਉੱਪਰ √ ਹੈਗਾ ਇਹ ਤਾਂ ਨਹੀਂ ਮਲਟੀਪਲਾਈ ਹੋਣਗੇ ਬਿਲਕੁਲ ਨੇੜੇ ਨੇੜੇ ਪਏ ਰਹਿਣਗੇ ਪਲੱਸ 3 √2 ਇਹ ਹੋ ਗਿਆ ਸਾਡਾ ਇੱਥੇ ਮਲਟੀਪਲਾਈ ਕਰਦੇ ਹਾਂ ਅਸੀਂ ਪਲੱਸ 2 ਦੇ ਉੱਪਰ √ ਨਹੀਂ ਹੈ 3 ਦੇ ਉੱਪਰ ਹੈਗਾ ਇਹ ਤਾਂ ਮਲਟੀਪਲਾਈ ਨਹੀਂ ਹੋਣਗੇ 2 ਬਾਹਰ ਰਹੇਗਾ √3 ਦੇ ਵਿੱਚ ਹੀ ਰਹੇਗਾ ਉਸੇ ਤਰ੍ਹਾਂ √3 route √2 ਦੋਨੇ ਸੇਮ ਨੰਬਰ ਨੇ √√ ਤਾਂ ਆਨਸਰ ਚ ਵੀ ਕੀ ਆਏਗਾ √ 3 2 ਇਸ 6 ਸੋ ਇਹੀ ਸਾਡਾ ਕੀ ਹੈ ਆਨਸਰ ਹੈ ਕੋਈ ਵੀ ਲਾਈਕ ਟਰਮ ਨਹੀਂ ਹੈ ਕੋਈ ਐਡ ਨਹੀਂ ਹੋ ਰਿਹਾ ਕੋਈ ਸਬਟ੍ਰੈਕਟ ਨਹੀਂ ਹੋ ਰਿਹਾ ਇੱਥੇ √2 ਹੈ ਇੱਥੇ √3 ਹੈ ਇੱਥੇ √6 ਹੈ ਇਹੀ ਸਾਡਾ ਆਨਸਰ ਹੈ ਜੇ ਤੁਸੀਂ ਇਹ ਤਿੰਨ ਸਟੈਪ ਕੁਐਸਚਨ ਪੇਪਰ ਦੇ ਵਿੱਚ ਕਰਾਉਨੇ ਹੋ ਤਾਂ ਤੁਹਾਨੂੰ 2 ਨੰਬਰ ਹੈ ਨਾ ਕੁਐਸਚਨ ਹੈ ਉਹਦੇ ਵਿੱਚ 2 ਨੰਬਰ ਅਸਾਈਨ ਹੁੰਦੇ ਨੇ ਇਸੇ ਤਰ੍ਹਾਂ ਇੱਥੋਂ ਸਟਾਰਟ ਕਰਦੇ ਹਾਂ ਅਸੀਂ ਪਹਿਲਾਂ ਅਸੀਂ 3 ਲਿਖ ਲੈਨੇ ਆ 3 √3 ਇਹ ਵਾਲੀ ਕੰਪਲੀਟ ਬ੍ਰੈਕਟ √3 ਫਿਰ ਬ੍ਰੈਕਟ 3 √3 ਸੋ 3 ਪਹਿਲਾਂ ਇਹਦੇ ਨਾਲ ਮਲਟੀਪਲਾਈ ਹੋਏਗਾ ਸੇਮ ਨੰਬਰ ਨੇ 3 3 ਇਸ 9 ਮਲਟੀਪਲਾਈ ਹੋਣਗੇ 3 ਦੇ ਉੱਪਰ √ ਨਹੀਂ ਹੈ ਇੱਥੇ √ ਹੈਗਾ ਏ ਆਨਸਰ ਕੀ ਆਏਗਾ 3 √3 ਮਲਟੀਪਲਾਈ ਨਹੀਂ ਹੋਣਗੇ ਨਾਲ ਨਾਲ ਪਏ ਰਹਿਣਗੇ ਇਸੇ ਤਰ੍ਹਾਂ ਇੱਥੇ 3 ਇਹਦੇ ਉੱਪਰ √ ਹੈ ਇਹਦੇ ਉੱਪਰ ਨਹੀਂ ਹੈ ਸੋ ਆਨਸਰ ਕੀ ਆਏਗਾ 3 ਤੇ ਦੂਸਰਾ √ 3 ਸੋ ਇਹ ਨਾਲ ਮਲਟੀਪਲਾਈ ਹੋਏਗਾ ਦੋਨਾਂ ਦੇ ਉੱਪਰ √ ਹੈ ਤਾਂ ਇਹ ਮਲਟੀਪਲਾਈ ਹੋ ਜਾਣਗੇ ਪਲੱਸ ਮਾਈਨਸ ਕੀ ਹੋ ਜਾਏਗਾ ਮਾਈਨਸ √ 9 ਸੋ ਇਹ ਟਰਮਸ ਜਿਹੜੀਆਂ ਨੇ ਇਹ ਸੇਮ ਬਣ ਗਈਆਂ ਦੇਖੋ 3√3 3√3 ਇੱਕ ਪਲੱਸ ਦੀ ਇੱਕ ਮਾਈਨਸ ਦੀ ਦੋਨੇ ਕੀ ਹੋ ਜਾਣਗੀਆਂ ਕੈਨਸਲ ਸੋ ਸਾਡੇ ਕੋਲਸ ਆਨਸਰ ਕੀ ਬਚੇਗਾ 9 ਮਾਈਨਸ 9 ਦਾ √ ਮੈਨੂੰ ਪਤਾ ਹੈ ਕਿੰਨਾ ਹੁੰਦਾ ਹੈ 3 ਸੋ 9 3 ਕਿੰਨਾ ਆ ਗਿਆ ਆਨਸਰ ਸਾਡੇ ਕੋਲ 6 ਇਹ ਜਿਹੜਾ ਪਾਰਟ ਹੈ ਇਹ ਜਿਹੜਾ ਕੁਐਸਚਨ ਹੈ ਇਹ ਕੁਐਸਚਨ ਨੰਬਰ 5 ਦੇ ਵਿੱਚ ਬਿਲਕੁਲ ਇਸੇ ਤਰ੍ਹਾਂ ਯੂਜ਼ ਹੁੰਦਾ ਹੈ ਇਸ ਨੂੰ ਅਸੀਂ ਦੂਸਰੇ ਤਰੀਕੇ ਵੀ ਮਲਟੀਪਲਾਈ ਕਰ ਸਕਦੇ ਹਾਂ ਫਾਰਮੂਲਾ ਯੂਜ਼ ਕਰਕੇ this is a plus b ਜੇਕਰ ਤੁਹਾਨੂੰ ਯਾਦ ਹੋਵੇ a minus b ਸੇਮ ਨੰਬਰ ਪਲੱਸ ਹੋ ਰਹੇ ਆ ਸੇਮ ਨੰਬਰ ਮਾਈਨਸ ਹੋ ਰਹੇ ਆ ਤਿੰਨ ਦਾ ਅਨਸਰ ਕੀ ਹੁੰਦਾ ਹੈ a² b² ਡਾਇਰੈਕਟਲੀ ਫਸਟ ਨੰਬਰ ਦਾ ਸਕੁਅਰ ਮਾਈਨਸ √ 3 ਦਾ ਸਕੁਅਰ 3² ਇਸ 9 ਮਾਈਨਸ √ ਤੇ ਸਕੁਅਰ √ ਕੈਨਸਲ ਹੋ ਜਾਣਗੇ ਸੋ ਇਹ ਕੀ ਆ ਜੀ ਬਾਈ 3 ਸੋ so, 9 3 6 ਇਸ ਤਰ੍ਹਾਂ ਵੀ ਕਰ ਸਕਦੇ ਹਾਂ ਅਸੀਂ ਤੇ ਇਸ ਤਰ੍ਹਾਂ ਵੀ ਕਰ ਸਕਦੇ ਹਾਂ ਦੋਵੇਂ ਮੈਥਡ ਬਿਲਕੁਲ ਠੀਕ ਨੇ ਸੋ ਕੁਐਸਚਨ ਨੰਬਰ 2 ਦਾ ਪਾਰਟ 3 ਵੀ ਆਪਾਂ ਡਿਸਕਸ ਕਰ ਲੈਂਦੇ ਆਂ ਪਾਰਟ 3 ਦੇ ਵਿੱਚ ਸਾਡੇ ਕੋਲ ਹੈ √5 √2 হোল ਸਕੁਅਰ ਤੁਸੀਂ a b হোল ਸਕੁਅਰ ਦਾ ਫਾਰਮੂਲਾ ਯੂਜ਼ ਕਰ ਸਕਦੇ ਹੋ ਜਾਂ ਇਤਨੀ ਦੋ ਬ੍ਰੈਕਟਸ ਬਣਾ ਕੇ ਇਹਨੂੰ ਸੋਲਵ ਕਰ ਸਕਦੇ ਹਾਂ √5 √2 √5 √2 ਦੋਨੋਂ ਸਹੀ ਮੈਥਡਸ ਨੇ a b 2 ਦਾ ਫਾਰਮੂਲਾ ਵੀ ਲੱਗ ਸਕਦਾ ਹੈ ਸੋ ਥਿਸ ਇੰਪਲਾਈਜ਼ √5 √5 √2 ਇਹ ਲਿਖ ਲਿਆ ਸੀ ਇਹ ਸਾਰੀ ਬ੍ਰੈਕਟ ਆ ਗਈ ਇੱਥੇ ਇਹ ਵਾਲਾ √2 ਲਿਖ ਲਿਆ ਇਹ ਸਾਰੀ ਬ੍ਰੈਕਟ ਆ ਗਈ ਹੈ ਇੱਥੇ ਤੇ ਇਸ ਨੂੰ ਸੀ ਵਿੱਚ ਮਲਟੀਪਲਾਈ ਕਰਦੇ ਹਾਂਗੇ √5 5 ਦੋਨਾਂ ਦੇ ਉੱਪਰ √ ਹੈ ਤਾਂ ਮਲਟੀਪਲਾਈ ਹੋਣਗੇ √25 √5 √2 ਦੋਨਾਂ ਦੇ ਉੱਪਰ √ ਹੈ ਮਲਟੀਪਲਾਈ ਹੋਣਗੇ √10 √2 √5 ਦੋਨਾਂ ਦੇ ਉੱਪਰ √ ਹੈ ਮਲਟੀਪਲਾਈ ਹੋਣਗੇ √10 √2 2 ਮਲਟੀਪਲਾਈ ਹੋਣਗੇ ਦੋਨਾਂ ਦੇ ਉੱਪਰ √ ਹੈ √ ਸੋ so 25 ਦਾ ਅੰਡਰ ਰੂਟ ਸਾਡੇ ਕੋਲ ਕਿੰਨਾ ਹੁੰਦਾ ਹੈ 5 रूट √10 रूट √10 ਕਿੰਨੀ ਵਾਰ ਹੈ ਇੱਕ ਵਾਰ ਇੱਥੇ ਹੈ ਇੱਕ ਵਾਰ ਇਹ ਹੈ ਤਾਂ ਟੋਟਲ ਕਿੰਨੀ ਵਾਰ ਹੋ ਗਿਆ ਦੋ ਵਾਰ ਹੋ ਗਿਆ 4 ਦਾ ਅੰਡਰ ਰੂਟ ਪਤਾ ਹੈ ਸਾਨੂੰ 4 ਦਾ ਰੂਟ ਕਿੰਨਾ ਹੁੰਦਾ ਸਾਡੇ ਕੋਲ 2 ਹੁੰਦਾ ਹੈ ਤਾਂ 5 ਤੇ 2 ਐਡ ਹੋਣਗੇ ਕਿਉਂਕਿ ਸੇਮ ਟਰਮਸ ਨੇ ਇਹ 5 ਤੇ 2 7 2 √10 ਸੋ so, √10 ਦੇ ਵਿੱਚ √10 ਵਾਲੀ ਟਰਮ ਹੀ ਐਡ ਹੋ ਸਕਦੀ ਹੈ 5 ਦੇ ਵਿੱਚ ਕਿਉਂਕਿ 5 ਦੇ ਉੱਪਰ ਕੋਈ ਸਾਈਨ ਨਹੀਂ ਹੈ 2 ਦੇ ਉੱਪਰ ਕੋਈ ਸਾਈਨ ਨਹੀਂ ਹੈ ਤਾਂ ਦੋਵੇਂ ਐਡ ਹੋ ਸਕਦੇ ਨੇ √10 root √10 ਤਾਂ √10 root √10 ਐਡ ਅਪ ਹੋ ਗਿਆ ਸੀ ਇਹਦੇ ਨੰਬਰ ਅੱਗੇ ਵਾਲਾ ਕਿ ਸੁਪੋਜ਼ ਇਹ ਕੀ ਹੈ ਸਾਡੇ ਕੋਲ ਅ ਇਹ ਕੋਈ ਨੋਟ ਹੈ ਤਾਂ ਇਹ ਵੀ ਨੋਟ ਹੈ ਤਾਂ ਟੋਟਲ ਨੋਟ ਕਿੰਨੇ ਬਣਗੇ ਦੋ ਬਣਗੇ ਨੋਟ ਨਹੀਂ ਚੇਂਜ ਹੋਏਗਾ ਤਾਂ ਨੋਟ ਉਹੀ ਰਹੇਗਾ ਸਾਡੇ ਕੋਲ ਜੇ 10 ਦਾ ਨੋਟ ਹੈ ਤਾਂ ਇੱਕ ਨੋਟ ਇਹ ਇੱਕ ਨੋਟ ਇਹ ਤਾਂ ਦੋ ਨੋਟ ਬਣਗੇ 10 ਦੇ ਸਾਡੇ ਕੋਲ ਸੋ ਇਹ ਸਾਡਾ ਕੀ ਹੋ ਗਿਆ ਆਨਸਰ ਲਾਸਟ ਪਾਰਟ ਹੈਗੇ ਪਾਰਟ 4 ਸੋ ਇਹ ਜੋ ਜਿਹੜਾ ਹੈ ਬਿਲਕੁਲ ਸੇਮ ਪਾਰਟ 2 ਦੇ ਨਾਲ ਦਾ ਹੈ √5 √2 √5 √2 a² b² ਦਾ ਫਾਰਮੂਲਾ ਯੂਜ਼ ਕਰ ਸਕਦੇ ਹੋ ਤੁਸੀਂ ਸੋ ਪਾਰਟ 4 ਦੇ ਵਿੱਚ ਅਸੀਂ a² b² ਯੂਜ਼ ਕਰ ਲੈਨੇ ਆ a b a b a² b² पार्ट वन की तरह सो स्केयर न रूट कैंसल हो जाएगा फाइव स्केर रूट कैंसिल हो जाएगा टू सो फाइव माइनस टू की आ जाएगा साढ़े पास थ्री इस बाद क्वेश्चन नंबर जोड़ा फाइव है वो मोस्ट इंपोर्टेंट है रैशनलाइजिंग डनोमीनेटर ईवन तो न्यूमीनेटर भी रैशनलाइज कर सकते हो हर दरमेईकरण ਕੋਈ ਵੀ ਅਧਿਆਪਕ ਪੇਪਰ ਸੈੱਟ ਕਰਦਾ ਹੈ ਇਸ ਕੁਐਸਚਨ ਨੂੰ 6 ਮਾਰਕਸ ਦੇ ਵਿੱਚ ਜਾਂ 4 ਮਾਰਕਸ ਦੇ ਵਿੱਚ ਜ਼ਰੂਰ ਸੈੱਟ ਕਰਦਾ ਹੈ ਸੋ ਬਹੁਤ ਇੰਪੋਰਟੈਂਟ ਹੈ ਕੁਐਸਚਨ ਨੰਬਰ 5 ਕੁਐਸਚਨ ਨੰਬਰ ਜਿਹੜਾ 5 ਹੈ ਉਹਦੇ ਵਿੱਚ ਸਾਡੇ ਪਾਸ 기ਵਨ ਹੈ ਰੈਸ਼ੀਨਲਾਈਜ਼ਡ ਡਿਨੋਮੀਨੇਟਰ ਇਨ ਦਾ ਫੋਲੋਇੰਗ ਹੇਠਾਂ ਲਿਖਿਆਂ ਦੇ ਹਰਾਂ ਦਾ ਪਰਮੇਈਕਰਣ ਕਰੋ ਸੋ ਪਰਮੇਈਕਰਣ ਤੋਂ ਭਾਵ ਹੈ ਪ੍ਰਿਮੇ ਸੰਖਿਆ ਰੈਸ਼ੀਨਲ ਨੰਬਰ ਸਾਡੇ ਪਾਸ ਜਿਹੜਾ ਡਿਨੋਮੀਨੇਟਰ ਹੈ ਜੋ ਸਾਡਾ ਹਰ ਹੈ ਹੋਈ ਕਿ ਇਰੈਸ਼ਨਲ ਨੰਬਰ ਹੈ √7 ਇਰੈਸ਼ਨਲ ਹੈ ਇਸੇ ਤਰ੍ਹਾਂ ਇਹ ਵੀ ਸਾਡਾ ਇਰੈਸ਼ਨਲ ਹੈ ਅਪ੍ਰਿਮੇ ਹੈ ਅਸੀਂ ਜਿਹੜਾ ਹਰ ਹੈ ਇਸੋ ਦੇ ਵਿੱਚ ਇਸ ਨੂੰ ਅ ਪ੍ਰਿਮੇ ਬਣਾਣਾ ਹੈ ਰੈਸ਼ਨਲ ਬਣਾਣਾ ਹੈ ਸੋ ਬੜਾ ਈਜ਼ੀ ਹੈ ਬੋਰਡ ਜਿਹੜਾ ਐਗਜ਼ਾਮ ਦਾ ਪੇਪਰ ਹੈ ਪ੍ਰੀ ਬੋਰਡ ਹੈ ਜਾਂ ਤੁਹਾਡਾ ਫਾਈਨਲ ਐਗਜ਼ਾਮ ਹੈ ਜਾਂ ਕੋਈ ਟੈਸਟ ਹੈ ਇਸ ਦੇ ਵਿੱਚ ਇਹ ਕੁਐਸਚਨ ਜਿਹੜਾ ਤੁਹਾਨੂੰ ਅਕਸਰ ਜਿਹੜਾ ਹੈ 6 ਮਾਰਕਸ ਦਾ ਜਾਂ 4 ਮਾਰਕਸ ਦਾ ਮਿਲ ਜਾਂਦਾ ਹੈ ਸੋ ਇਹ ਕੁਐਸਚਨ ਕਰਦੇ ਆਪਾਂ ਸੋ 1/√7 ਇਸ ਨੂੰ ਮੈਂ ਪ੍ਰਿਮੇ ਦੇ ਵਿੱਚ ਰੈਸ਼ੀਨਲ ਨੰਬਰ ਚ ਕਿਵੇਂ ਚੇਂਜ ਕਰ ਸਕਦਾ ਸੋ ਇਸ ਦੇ ਵਾਸਤੇ ਟ੍ਰਿਕ ਹੈ ਅਸੀਂ ਕੀ ਕਰਦੇ ਹਾਂ ਜਿਹੜਾ ਡਿਨੋਮੀਨੇਟਰ ਹੈ ਇਸ ਨੂੰ ਸੇਮ ਨੰਬਰ ਦੇ ਨਾਲ ਮਲਟੀਪਲਾਈ ਕਰ ਲੈਣੇ ਆ ਤੇ نیچے ਵੀ ਤੇ ਉੱਪਰ ਵੀ ਕਿਉਂਕਿ ਮੈਥ ਦੇ ਵਿੱਚ ਸੇਮ ਟਰਮ ਰਹਿਣੀ ਚਾਹੀਦੀ ਹੈ ਕੈਨਸਲ ਆਊਟ ਹੋ ਜੇਗਾ ਇੱਕ ਤਰੀਕੇ ਨਾਲ 1 ਹੈ ਸਾਡੇ ਪਾਸ ਸੋ ਜਦੋਂ ਅਸੀਂ ਇਹਨੂੰ ਮਲਟੀਪਲਾਈ ਕਰਾਂਗੇ ਤਾਂ ਸਾਡੇ ਪਾਸ √7 1 ਕੀ ਰਹਿ ਜਾਏਗਾ √7 1 ਰਹਿ ਜਾਏਗਾ ਬਾਹਰ ਸੋ √7 √7 ਸੇਮ ਟਰਮਸ ਨੇ ਤੇ ਬਣ ਗਿਆ √49 ਵਰਗਮੂਲ 49 ਤੇ 49 ਦਾ ਜਿਹੜਾ ਵਰਗਮੂਲ ਹੈ ਸਾਨੂੰ ਪਤਾ ਹੈ 49 ਦਾ ਵਰਗਮੂਲ √49 ਸਾਡੇ ਪਾਸ ਕੀ ਹੁੰਦਾ ਹੈ 7 ਸੋ ਜਿਹੜਾ ਡਿਨੋਮੀਨੇਟਰ ਹੈ ਸਾਡੇ ਪਾਸ ਇਹ ਹੁਣ ਇੱਕ ਪ੍ਰਿਮੇય ਸੰਖਿਆ ਆ ਗਿਆ ਰੈਸ਼ਨਲ ਨੰਬਰ ਆ ਗਿਆ ਸੋ ਅਸੀਂ ਹਰਦਾ ਕੀ ਕਰਤਾ ਹੈ ਪ੍ਰਿਮੇਈਕਰਨ ਕਰਤਾ ਹੈ ਤੁਸੀਂ ਅੰਛ ਦਾ ਵੀ ਕਰ ਸਕਦੇ ਹੋ ਬਟ ਜਿਹੜਾ ਸਾਡੇ ਪਾਸ ਐਕਸਰਸਾਈਜ਼ ਦੇ ਵਿੱਚ ਕੁਐਸਚਨ ਹੈ ਉਹ ਹਰਦਾ ਹੀ ਹੈ ਡਿਨੋਮੀਨੇਟਰ ਦਾ ਹੀ ਹੈ ਪਾਰਟ 2 ਕਰਦੇ ਹਾਂ ਪਾਰਟ 2 ਦੇ ਵਿੱਚ ਪਾਰ 2 ਪਾਰ 3 ਦੇ ਵਿੱਚ ਜਿਹੜਾ ਡਿਨੋਮੀਨੇਟਰ ਦੋ ਪਾਰਟਸ ਦਾ ਹੈ ਦੋ ਟਰਮਸ ਨੇ ਉਹਦੇ ਵਿੱਚ √7 √6 ਸੋ ਇਸ ਨੂੰ ਅਸੀਂ ਰੈਸ਼ੀਨਲ ਕਿਵੇਂ ਕਰ ਸਕਦੇ ਹਾਂ ਇਸ ਦਾ ਪਰਮੇਇਕਰਨ ਕਿਵੇਂ ਕਰ ਸਕਦੇ ਹਾਂ ਇਹਦੇ ਵਾਸਤੇ ਅਸੀਂ ਇਸ ਨੂੰ ਮਲਟੀਪਲਾਈ ਤੇ ਡਿਵਾਈਡ ਕਰਨਾ ਹੈ ਸਾਰੀ ਟਰਮ ਨੂੰ √7 ਸੇਮ ਟਰਮ ਲਿਖਣੀ ਹੈ ਅਸੀਂ √6 ਬਟ ਆਪੋਜ਼ਿਟ ਸਾਈਨ ਮਾਈਨਸ ਹੈ ਤਾਂ ਅਸੀਂ ਕੀ ਯੂਜ਼ ਕਰਨਾ ਹੈ ਪਲੱਸ ਇਸ ਦਾ ਰੀਜ਼ਨ ਕੀ ਹੈ ਇਸ ਦੇ ਨਾਲ ਦਾ ਤੁਸੀਂ ਇੱਕ ਕੁਐਸਚਨ ਜਿਹੜਾ ਉਹ ਕਰ ਚੁੱਕੇ ਹੋ ਕਵੈਸਚਨ ਨੰਬਰ 2 ਦੇ ਵਿੱਚ ਤੁਸੀਂ ਸੈਕੰਡ ਪਾਰਟ ਕੀਤਾ ਹੈ ਤੇ 3ਰਡ ਪਾਰਟ ਸੌਰੀ 4ਥ ਪਾਰਟ ਵੀ ਕੀਤਾ ਹੈ ਉਹਦੇ ਵਿੱਚ ਸਾਡੇ ਪਾਸ ਸੇਮ ਟਰਮਸ ਦੇ ਵਿੱਚ ਪਲੱਸ ਤੇ ਮਾਈਨਸ ਦੀਆਂ ਦੋ ਬ੍ਰੈਕਟਸ ਆਈਆਂ ਸੀ ਤੇ ਸਾਡਾ ਜਿਹੜਾ ਆਨਸਰ ਆਇਆ ਸੀ ਕੇਵਲ ਇੱਕ ਨੰਬਰ ਹੀ ਆਇਆ ਸੀ ਸੋ ਸੇਮ ਕਨਸੈਪਟ ਅਸੀਂ ਇੱਥੇ ਯੂਜ਼ ਕਰਾਂਗੇ ਅਸੀਂ ਜੋ ਸਾਡੇ ਪਾਸ ਹਰ ਹੈ ਜੋ ਸਾਡਾ ਡਿਨੋਮੀਨੇਟਰ ਹੈ ਬਿਲਕੁਲ ਸੇਮ ਟਰਮ ਬਟ ਵਿਦ ਆਪੋਜ਼ਿਟ ਸਾਈਨ ਚਿੰਨ ਜਿਹੜਾ ਇਹ ਉਹ ਉਲਟ ਹੋਣਾ ਚਾਹੀਦਾ ਇੱਥੇ ਮਾਈਨਸ ਹੈ ਤਾਂ ਮੈਂ ਪਲੱਸ ਲੈਣਾ ਹੈ ਸੋ 1 ਨਾਲ ਅਸੀਂ ਮਲਟੀਪਲਾਈ ਕਰਾਂਗੇ ਕੋਈ ਇਸ਼ੂ ਨਹੀਂ ਹੈ 1 ਦੇ ਨਾਲ ਤਾਂ ਸੇਮ ਟਰਮ ਰਹੇਗੀ 1 √7 √6 ਕਿਉਂਕਿ 1 ਦੇ ਨਾਲ ਕੋਈ ਫਰਕ ਨਹੀਂ ਪੈਂਦਾ ਸੋ نیچے ਜਿਹੜਾ ਹੈ ਇਸ ਨੂੰ ਅਸੀਂ ਦੋ ਤਰ੍ਹਾਂ ਨਾਲ ਹੱਲ ਕਰ ਸਕਦੇ ਹਾਂ ਇੱਕ ਤਾਂ ਅਸੀਂ ਸਿੱਖਿਆ ਸੀ ਕਿ a b a b ਜਿਹੜਾ ਹਰ ਦਾ ਪਰਮੇਇ ਕਰਨਾ ਹੈ ਇਸ ਦੇ ਵਿੱਚ ਹਮੇਸ਼ਾ a b ਤੇ a b ਬਣਨਾ ਹੀ ਬਣਨਾ ਹੈ ਸੋ a b a -B, प्लस बी इसका फार्मूला की बनता ए स्केर माइनस बी स्केयर तो मैं रूट सैवन का स्केयर कर दें माइनस रूट सिक्स का स्केर कर देंगा सो so, मेरे पास की आंसर आएगा रूट सैवन प्लस रूट सिक्स ओवर सैवन स्केयर न स्केयर रूट कैंसल हो जाएगा सैवन स्केयर न स्केयर रूड कैंसल हो जाएगा सिक्स सो आंसर की आ गया मेरे पास रूट सैवन प्लस रूट सिक्स ओवर वन ਜੋ 1 ਹੈ ਇੱਕ ਰੈਸ਼ੀਨਲ ਨੰਬਰ ਹੈ ਪਰਿਮੇ ਸੰਖਿਆ ਹੈ ਤਾਂ ਅਸੀਂ ਹਰ ਜਿਹੜਾ ਹੈ ਉਸ ਨੂੰ ਇੱਕ ਪਰਿਮੇ ਸੰਖਿਆ ਦੇ ਵਿੱਚ ਬਦਲਤਾ ਹੈ ਹਰ ਦਾ ਪਰਿਮੇਈਕਰਨ ਰੈਸ਼ੀਨਲਾਈਜ਼ ਕਰਦਾ ਹੈ ਡਿਨੋਮੀਨੇਟਰ ਨੂੰ ਅਸੀਂ ਸੋ ਇਸੇ ਤਰ੍ਹਾਂ ਪਾਰਟ 3 ਵੀ ਅਸੀਂ ਡਿਸਕਸ ਕਰ ਲੈਣੇ ਆ ਪਾਰਟ 3 ਕਰਨ ਤੋਂ ਪਹਿਲਾਂ ਜੇਕਰ ਤੁਸੀਂ ਇਸ ਨੂੰ ਕਿਸੇ ਹੋਰ ਵੇ ਦੇ ਨਾਲ ਕਰਨਾ ਚਾਹੁੰਦੇ ਹੋ ਜਿਵੇਂ ਇਹਨਾਂ ਨੂੰ ਮਲਟੀਪਲਾਈ ਕਰਨਾ ਚਾਹੁੰਦੇ ਹੋ ਇਹ ਸਾਡੇ ਕੋਲ ਦੋ ਬ੍ਰੈਕਟਸ ਨੇ ਜੇ ਤੁਹਾਡੇ ਫਾਰਮੂਲਾ ਯਾਦ ਨਹੀਂ ਰਹਿੰਦਾ ਤਾਂ ਤੁਸੀਂ ਇਹਨਾਂ ਦੋਨਾਂ ਨੂੰ ਸਾਈਡ ਤੇ ਲਾਈਨ ਲਗਾ ਕੇ ਮਲਟੀਪਲਾਈ ਕਰ ਸਕਦੇ ਹੋ √7 -√6 √7 √6 ਸੋ ਇਹਨਾਂ ਨੂੰ ਅਸੀਂ ਮਲਟੀਪਲਾਈ ਕਰ ਲੈਨੇ ਆ ਸੋ √7 ਲਿਖਿਆ ਸੀ ਪਹਿਲਾਂ ਅਸੀਂ ਫਸਟ ਟਰਮ ਸਾਡੇ ਕੋਲ √7 ਹੈ ਇਹ ਮਲਟੀਪਲਾਈ ਹੋਏਗਾ ਇਹ ਵਾਲੀ ਬ੍ਰੈਕਟ ਆਏਗੀ √7 √6 ਫਿਰ ਇਹ -√6 ਲਿਖਿਆ ਸੀ ਅਸੀਂ ਤੇ ਪਸਾਰੀ ਬ੍ਰੈਕਟ √7 √6 ਸੋ so, √7 ਮਲਟੀਪਲਾਈ ਹੋਏਗਾ √7 ਦੇ ਨਾਲ ਸੇਮ ਟਰਮਸ ਨੇ ਅੰਡਰ ਰੂਟ ਵਾਲੀਆਂ ਤਾਂ ਮਲਟੀਪਲਾਈ ਹੋ ਜੇਗਾ ਜਿਗਾ √49 ਇਸੇ ਤਰ੍ਹਾਂ ਇਹਦੇ ਨਾਲ ਵੀ ਮਲਟੀਪਲਾਈ ਹੋ ਜਾਏਗਾ √42 7 6 42 ਇਸੇ ਤਰ੍ਹਾਂ 6 7 ਨਾਲ ਮਲਟੀਪਲਾਈ ਹੋਏਗਾ √42 ਫਿਰ √36 ਸੋ so, 42 √ ਦੇ ਵਿੱਚ ਹੈ 42 √ ਦੇ ਵਿੱਚ ਦੋਨੇ ਕੀ ਹੋ ਜਾਣਗੇ ਕੈਨਸਲ ਆਊਟ ਕਿਉਂਕਿ ਇੱਕ ਪਲੱਸ ਹੈ ਇੱਕ ਮਾਈਨਸ ਹੈ ਨਾ 49 ਦਾ ਰੂਟ ਕਿੰਨਾ ਹੁੰਦਾ ਹੈ 7 36 ਦਾ ਰੂਟ ਕਿੰਨਾ ਹੁੰਦਾ ਹੈ 6 7 6 ਕੀ ਆ ਜਾਏਗਾ ਸਾਡੇ ਕੋਲ 1 ਸੋ ਡਿਨੋਮੀਨੇਟਰ ਦੇ ਵਿੱਚ ਅਸੀਂ ਆਨਸਰ ਦੇ ਵਿੱਚ ਕੀ ਲਿਖਦੇ ਹਾਂਗੇ 1 ਤਾਂ ਸਾਡਾ ਆਨਸਰ ਕੀ ਬਣ ਜਾਏਗਾ ਜੇਕਰ ਅਸੀਂ ਇਸ ਤਰ੍ਹਾਂ ਕਰਨਾ ਹੈ ਸੋ √7 √6 ਇਹ ਉੱਪਰ ਮਲਟੀਪਲਾਈ ਹੋ ਗਿਆ نیچے ਵਾਲੇ ਨੂੰ ਅਸੀਂ ਇਹ ਸੋਲਵ ਕਰਕੇ ਦਿਖਾਤਾ ਤਾਂ نیچے ਕੀ ਆ ਗਿਆ 1 ਇਹ ਸਾਡਾ ਕੀ ਆ ਗਿਆ ਆਨਸਰ ਤੁਸੀਂ ਇਸ ਤਰੀਕੇ ਵੀ ਕਰ ਸਕਦੇ ਹੋ ਸੋ ਦੋਵੇਂ ਜਿਹੜੇ ਮੈਥਡ ਨੇ ਵੈਲਿਡ ਨੇ ਦੋਵੇਂ ਮੈਥਡ ਤੁਸੀਂ ਐਗਜ਼ਾਮ ਦੇ ਵਿੱਚ ਅਪਲਾਈ ਕਰ ਸਕਦੇ ਹੋ ਤੁਹਾਨੂੰ ਫੁੱਲ ਮਾਰਕਸ ਜਿਹੜੇ ਨੇ ਟੀਚਰ ਅਸਾਈਨ ਕਰੇਗਾ ਥਰਡ ਪਾਰਟ ਜਿਹੜਾ ਹੈ ਉਹ ਆਲਮੋਸਟ ਸੈਕੰਡ ਪਾਰਟ ਦੀ ਤਰਾਈ ਹੈ √7 ਤੇ ਇੱਥੇ 5 ਆ ਗਿਆ ਇੱਥੇ ਸਾਡੇ ਪਾਸ 7 ਸੀ ਸੋ ਅਸੀਂ ਸੇਮ ਪਰਮ ਦੇ ਨਾਲ ਮਲਟੀਪਲਾਈ ਕਰਨਾ ਹੈ √5 √2 √5 √2 ਇੱਥੇ ਪਲੱਸ ਹੈ ਤੇ ਬਟ ਅਸੀਂ ਕੀ ਚੂਜ਼ ਕਰਾਂਗੇ ਫਿਰ ਮਾਈਨਸ ਸੋ 1 ਨਾਲ ਜਦੋਂ ਅਸੀਂ ਮਲਟੀਪਲਾਈ ਕਰਾਂਗੇ ਕੋਈ ਫਰਕ ਨਹੀਂ ਪੈਂਦਾ 1 ਨਾਲ ਮਲਟੀਪਲਾਈ ਕਰਨ ਤੋਂ ਬਾਅਦ ਸਾਡੇ ਪਾਸ ਕੀ ਆ ਜਾਏਗਾ √5 √2 ਇੱਥੇ ਅਸੀਂ ਫਿਰ ਤੋਂ ਗੱਲ ਕਰਦੇ ਆ ਏ ਬੀ ਏ ਬੀ ਕੋਈ ਵੀ ਫਾਰਮੂਲਾ ਯੂਜ਼ ਕਰ ਸਕਦੇ ਆ ਏ² ਬੀ² ਹਰ ਦੇ ਪ੍ਰਮੇਇ ਕਰਨ ਦੇ ਵਿੱਚ ਇਹ ਤਾਂ ਤੁਸੀਂ ਯਾਦ ਹੀ ਕਰ ਲੋ ਕਿ ਏ² ਬੀ² ਲੱਗਣਾ ਹੀ ਲੱਗਣਾ ਏ ਸਭ ਤੋਂ ਸੌਖਾ ਤਰੀਕਾ ਇਹ ਸੋ ਸਾਡੇ ਪਾਸ ਕੀ ਆਨਸਰ ਆ ਜਾਏਗਾ √5 √2 ਸਕੁਅਰ ਨਾਲ ਸਕੁਅਰ ਰੂਟ ਕੈਨਸਲ ਹੋ ਜਾਏਗਾ 5 ਸਕੁਅਰ ਨਾਲ ਸਕੁਅਰ ਰੂਟ ਕੈਨਸਲ ਹੋ ਜਾਏਗਾ 2 ਤਾਂ ਸਾਡੇ ਕੋਲ ਆਨਸਰ ਕੀ ਆ ਜਾਏਗਾ √5 √2 5 2 ਕੀ ਹੋ ਗਿਆ ਸਾਡੇ ਕੋਲ 3 ਅੰਕ ਜਿਹੜਾ ਹੈ ਨਿਊਮਰੇਟਰ ਜਿਹੜਾ ਹੈ ਉਹ ਜੋ ਮਰਜ਼ੀ ਬਣ ਜਾਏ ਪਰਮੇ ਹੋਵੇ ਅਪਰਿਮੇ ਹੋਵੇ ਕੋਈ ਮਤਲਬ ਨਹੀਂ ਹੈ ਸਾਨੂੰ ਹਰ ਨੂੰ ਪਰਮੇਈਕਰਨ ਕਰਨ ਲਈ ਕਿਹਾ ਗਿਆ ਸੀ ਹਰ ਨੂੰ ਰੈਸ਼ੀਅਲ ਨੰਬਰ ਦੇ ਵਿੱਚ ਕਨਵਰਟ ਕਰਨ ਲਈ ਕਿਹਾ ਗਿਆ ਸੀ ਉਹ ਅਸੀਂ ਕਰਤਾਏ ਸੋ ਹਰ ਦਾ ਪਰਮੇਈਕਰਨ ਕਰਤਾਏ ਅਸੀਂ ਇਹ ਸਾਡਾ ਕਿਹਾ ਗਿਆ ਹੈ ਆਨਸਰ ਇਸ ਗੱਲ ਦਾ ਖਿਆਲ ਰੱਖਣਾ ਹੈ ਜੇਕਰ ਸਕੁਅਰ ਰੂਟ ਹੈ ਤਾਂ ਦੀ ਸਕੁਅਰ ਨਾਲ ਕੈਨਸਲ ਹੋਣਾ ਹੈ ਜੇਕਰ ਸਕੁਅਰ ਰੂਟ ਨਹੀਂ ਹੈਗਾ ਤਾਂ ਸਾਨੂੰ ਸਕੁਅਰ ਕਰਨਾ ਪਏਗਾ 2 ਦਾ ਸਕੁਅਰ ਕੀ ਕਰਨਾ ਪਏਗਾ 4 ਜੇ ਇੱਥੇ ਰੂਟ ਨਾ ਹੁੰਦਾ ਸੋ ਪਾਰਟ 4 ਥੋੜਾ ਜਿਆ ਪਾਰਟ 3 ਤੇ 2 ਦੇ ਨਾਲੋਂ ਡਿਫਰੈਂਟ ਹੈ ਇੱਕ ਟਰਮ ਦੇ ਉੱਪਰ ਰੂਟ ਹੈਗਾ ਏ ਤੇ ਦੂਸਰੀ ਦੇ ਉੱਪਰ ਨਹੀਂ ਹੈਗਾ ਏ ਬਟ ਜੋ ਪਰਮੇਈ ਕਰਨ ਦਾ ਪ੍ਰੋਸੈਸ ਹੈ ਰੈਸ਼ਨਲਾਈਜ਼ ਕਰਨ ਦਾ ਤਕਨੀਕ ਹੈ ਉਹ ਸੇਮ ਰਹੇਗੀ ਅਸੀਂ ਮਲਟੀਪਲਾਈ ਕਰਾਂਗੇ √7 2 ਸੇਮ ਨੰਬਰ ਲੈਣਾ ਬਿਲਕੁਲ ਇਹਦੇ ਉਪਰ √ ਨਹੀਂ ਹੈਗਾ ਤਾਂ ਮੈਂ √ ਨਹੀਂ ਲਿਆ ਇਸੇ ਤਰ੍ਹਾਂ √7 2 ਤੇ ਇੱਥੇ ਮਾਈਨਸ ਹੈ ਇੱਥੇ ਕੀ ਆਏਗਾ ਪਲੱਸ ਆਏਗਾ ਬਿਲਕੁਲ ਸੋ ਅਸੀਂ ਫਿਰ ਤੋਂ a b a b ਵਾਲਾ ਫਾਰਮੂਲਾ ਯੂਜ਼ ਕਰ ਸਕਦੇ ਹਾਂ ਜੇਕਰ ਤੁਸੀਂ ਮਲਟੀਪਲਾਈ ਕਰਨਾ ਚਾਹੋ ਤਾਂ ਸਾਈਡ ਦੇ ਉੱਪਰ ਮਲਟੀਪਲਾਈ ਕਰਕੇ ਸ਼ੋਅ ਕਰ ਸਕਦੇ ਹੋ ਸੋ 1 ਦੇ ਨਾਲ ਮਲਟੀਪਲਾਈ ਕਰਨ ਦੇ ਨਾਲ ਕੋਈ ਚੇਂਜ ਨਹੀਂ ਆਣੀ ਹੈ ਜੇਕਰ ਇੱਥੇ ਕੋਈ ਹੋਰ ਨੰਬਰ ਹੁੰਦਾ ਫਿਰ ਸਾਨੂੰ ਮਲਟੀਪਲਾਈ ਕਰਨਾ ਪੈਣਾ ਸੀ ਸੋ a² b² ਤੋਂ ਦੇ ਉੱਪਰ √ ਨਹੀਂ ਹੈ ਲਾਸਟ ਕੁਐਸਚਨਸ ਦੇ ਵਿੱਚ √c ਇੱਥੇ √ ਨਹੀਂ ਹੈ ਸੋ ਫਸਟ ਦਾ ਜਿਹੜਾ ਸਕੁਅਰ ਤੇ ਸਕੁਅਰ √ ਕੱਟ ਜਾਏਗਾ ਸੋ so, √7 2 ਉੱਪਰ ਆਏਗਾ ਨਿਊਮਰੇਟਰ ਪਾਰਟ ਦੇ ਵਿੱਚ ਅੰਸ਼ ਦੇ ਵਿੱਚ ਸੋ 7 ਰਹੇਗਾ ਇੱਥੇ ਸਾਡੇ ਕੋਲ ਬਟ 2 ਸਕੁਅਰ 2 ਸਕੁਅਰ ਕੀ ਹੁੰਦਾ ਸਾਡੇ ਕੋਲ 4 2 ਦਾ ਵਰਗ ਕੀ ਹੁੰਦਾ ਹੈ 4 ਹੁੰਦਾ ਹੈ ਤਾਂ 7 ਦੇ ਵਿੱਚੋਂ 3 ਗਏ ਸਾਡੇ ਕੋਲ ਉੱਤਰ ਕਿੰਨਾ ਆ ਜਾਏਗਾ 7 4 ਸਾਡੇ ਕੋਲ ਕਿੰਨਾ ਆ ਜਾਏਗਾ ਸੌਰੀ 3 ਸੋ ਅਸੀਂ ਜਿਹੜਾ ਹਰ ਹੈ ਉਸਨੇ ਇੱਕ ਪਰਿਮੇਯ ਸੰਖਿਆ ਦੇ ਵਿੱਚ ਬਦਲਤਾ ਹੈ ਇੱਕ ਰੈਸ਼ਨਲ ਨੰਬਰ ਦੇ ਵਿੱਚ ਕਨਵਰਟ ਕਰਤਾ ਹੈ ਰੈਸ਼ਨਲਾਈਜ਼ ਕਰਤਾ ਹੈ ਨਿਊਮੀਨੇਟਰ ਨੂੰ ਡਿਨੋਮੀਨੇਟਰ ਨੂੰ ਸੌਰੀ ਜਿਹੜਾ ਇਹ ਵਾਲਾ ਕੁਐਸਚਨ ਹੈ ਤੁਹਾਨੂੰ 4 ਮਾਰਕਸ ਜਾਂ 6 ਮਾਰਕਸ ਦਾ ਐਗਜ਼ਾਮ ਦੇ ਵਿੱਚ ਜ਼ਰੂਰ ਮਿਲੇਗਾ ਇਸ ਨੂੰ ਬੜੇ ਹੀ ਧਿਆਨ ਨਾਲ ਕਰਨ ਦੀ ਲੋੜ ਹੈ ਮੋਸਟ ਇੰਪੋਰਟੈਂਟ ਕੁਐਸਚਨ ਹੈ ਏਸ ਐਕਸਰਸਾਈਜ਼ ਦਾ ਇੱਕ ਹਰ ਦਾ ਪਰਿਮੇਯਕਰਨ ਕਰਨਾ 1.35 ਬਾਰ ਇਸ ਨੂੰ p ਓਵਰ q ਫਾਰਮ ਦੇ ਵਿੱਚ ਲਿਖਣਾ ਹੈ ਮੋਸਟ ਇੰਪੋਰਟੈਂਟ ਤੇ ਮੋਸਟ ਐਕਸਪੈਕਟਿਡ ਕੁਐਸਚਨ ਨੇ ਏਸ ਚੈਪਟਰ ਦੇ ਐਕਸਰਸਾਈਜ਼ 1.6 ਜਿਹੜੀ ਹੈ ਸਾਡੇ ਕੋਲ ਪਾਵਰ ਘਾਤ ਦੇ ਬੇਸਡ ਹੈ ਤੇ ਜਿਹੜੀ ਸਾਡੀ ਘਾਤ ਵੀ ਹੈ ਇਸ ਵਾਰ ਸਾਨੂੰ ਅ ਰੈਸ਼ੀਅਲ ਨੰਬਰ ਦਿੱਤੀ ਹੈ ਪਰਿਮੇਯ ਸੰਖਿਆ ਦਿੱਤੀ ਹੈ 1/2 1/5 1/3 ਹੁਣ ਤੱਕ ਅਸੀਂ ਜਿਹੜੀ ਪਾਵਰ ਪੜ੍ਹੀ ਉਹ ਸਿੰਪਲ ਪੜ੍ਹੀ ਹੈ 5^2 ਪਾਵਰ 2 5 ਨੂੰ ਸੀ 2 ਨਾਲ ਮਲਟੀਪਲਾਈ ਕਰਨਾ ਹੈ 25 ਇਸ ਵਾਰ ਸਾਡੇ ਕੋਲ ਸਾਡੀ ਪਾਵਰ ਹੈ ਉਹ ਕੀ ਆ ਗਿਆ ਰੈਸ਼ੀਅਲ ਨੰਬਰ ਆ ਗਈ ਹੈ ਸੋ 8th ਕਲਾਸ ਦੇ ਵਿੱਚ ਵੀ ਅਸੀਂ ਇਦਾਂ ਦੀਆਂ ਪਾਵਰਸ ਦੇ ਨਾਲ ਡੀਲ ਕਰ ਚੁੱਕੇ ਹਾਂ ਆਈ ਥਿੰਕ ਤੇ 64 1/2 ਜੇਕਰ ਪਾਵਰ 1/2 ਹੈ ਜਿਹੜਾ ਹਰ ਹੈ ਪਾਵਰ ਦਾ ਅਸੀਂ 64 ਦੀ ਜਿਹੜੀ ਪਾਵਰ ਹੈ ਉਨੀ ਹੀ ਬਣਾਣੀ ਹੈ 64 ਦੇ ਦੋ ਪੇਅਰ ਬਣਾਣੇ ਆ 64 ਨੂੰ ਅਸੀਂ ਦੋ ਹਿੱਸਿਆਂ ਦੇ ਵਿੱਚ ਤੋੜਨਾ ਹੈ ਸੋ 64 ਨੂੰ ਦੋ ਹਿੱਸਿਆਂ ਦੇ ਵਿੱਚ ਕਿਵੇਂ ਤੋੜ ਸਕਦੇ ਹਾਂ ਅਸੀਂ ਮਲਟੀਪਲਾਈ ਕਰਕੇ ਕੋਈ ਆਂਦਾ ਤੁਹਾਡੇ ਮਾਈਂਡ ਦੇ ਵਿੱਚ ਕਿ 64 ਨੂੰ ਅਸੀਂ ਦੋ ਪਾਰਟਸ ਦੇ ਵਿੱਚ ਡਿਵਾਈਡ ਕਰਦੀਏ ਯੈਸ 8864 8 8 ਕੀ ਹੁੰਦਾ ਏ 64 ਹੁੰਦਾ ਏ ਸੋ ਇਹਦੀ ਪਾਵਰ ਕੀ ਹੈ ਸਾਡੇ ਕੋਲ 1/2 ਇਹ ਸਾਨੂੰ ਦੱਸਦਾ ਹੈ ਕਿ ਅਸੀਂ ਕਿੰਨੇ ਪਾਰਟਸ ਕਰਨੇ ਨੇ 64 ਦੇ 2 ਪਾਰਟਸ ਕਰਨੇ ਨੇ ਇੱਥੇ ਸਾਨੂੰ ਕਿੰਨੇ ਪਾਰਟਸ ਕਰਨੇ ਪੈਣਗੇ 32 ਦੇ 5 ਪਾਰਟਸ ਇੱਥੇ 125 ਦੇ 3 ਪਾਰਟਸ ਤਾਂ ਅਸੀਂ ਇਸ ਨੂੰ ਕੀ ਲਿਖ ਸਕਦੇ ਹਾਂ 8 2 ਕਿਉਂਕਿ 8 ਕੀ ਹੈ 2 ਬਾਰ ਹੈ ਸਾਰੇ ਦੀ ਪਾਵਰ ਕੀ ਹੋ ਗਈ 1 ਓਵਰ 2 ਜਦੋਂ ਇੱਕ ਹੀ ਨੰਬਰ ਦੀਆਂ ਦੋ ਪਾਵਰਸ ਹੋਣ ਦੋ ਘਾਤਾਂ ਹੋਣ ਤਾਂ ਆਪਸ ਦੇ ਵਿੱਚ ਕੀ ਹੋ ਜਾਂਦੀਆਂ ਨੇ ਮਲਟੀਪਲਾਈ 2 1 2 ਦੋਨੇ ਕੱਟ ਗਏ ਤਾਂ ਸਾਡੇ ਕੋਲਸ ਆਨਸਰ ਕੀ ਰਹਿ ਗਿਆ 8 ਇਸੇ ਤਰ੍ਹਾਂ ਸੈਕੰਡ ਪਾਰਟ ਦੇ ਵਿੱਚ 32 ਦੀ ਪਾਵਰ ਕਿੰਨੀ ਹੈ 1 ਓਵਰ 5 ਤਾਂ ਸਾਨੂੰ 32 ਨੂੰ 5 ਪਾਰਟਸ ਦੇ ਵਿੱਚ ਡਿਵਾਈਡ ਕਰਨਾ ਪਏਗਾ ਸੋ ਇਜ਼ੀ ਨਹੀਂ ਹੈ ਤੁਸੀਂ ਇਸ ਦੇ ਲਈ 32 ਦਾ ਫੈਕਟਰ ਟਰੀ ਬਣਾ ਸਕਦੇ ਹੋ ਜਾਂ ਇਸ ਤਰ੍ਹਾਂ ਫੈਕਟਰ ਇਹਦੇ ਫੈਕਟਰਾਇਜ਼ ਕਰ ਸਕਦੇ ਹੋ ਇਸ ਨੂੰ ਸੋ ਫੈਕਟਰ ਟਰੀ ਇਜ਼ੀ ਹੈ 32 ਤੋੜ ਸਕਦੇ ਹੋ 8 ਚੋਕੇ 32 ਕਹਿਣ ਤੋਂ ਬਾਅਦ 8 ਤੇ 4 ਦੇ ਵਿੱਚ ਤਾਂ ਨਹੀਂ ਟੁੱਟੇਗਾ ਇਹ 4 ਦੋਣੀ 8 2 ਦੋਣੀ 4 ਤਿੰਨ ਬਣ ਗਏ ਨੇ ਇਹ ਤੇ ਇਹ ਅੱਗੇ ਟੁੱਟ ਸਕਦੇ ਦੋ ਦੋਣੀ 4 ਤਾਂ ਦੋ ਤੱਕ ਹੀ ਟੁੱਟੇਗਾ ਨਹੀਂ ਸੋ 32 ਨੂੰ ਅਸੀਂ ਤੋੜ ਕੇ ਲਿਖ ਸਕਦੇ ਹਾਂ 2 2 2 2 ਇਹ ਲਾਸਟ ਜਗ੍ਹਾ ਕੇ ਲਾਸਟ ਜਗ੍ਹਾ ਇਹ ਵੀ ਐਂਡ 'ਚ ਹੈ ਵੀ ਐਂਡ ਜਗ੍ਹਾ ਅੱਗੇ ਨਹੀਂ ਬ੍ਰੇਕਅਪ ਹੋ ਸਕਦੇ ਸੋ 2 2 4 2 2 8 2 2 16 2 2 32 ਸੋ 2 ਦੀ 32 ਦੀ ਪਾਵਰ ਕਿੰਨੀ ਹੈ ਸਾਡੇ ਕੋਲ 1/5 ਤਾਂ ਅਸੀਂ ਇਹ ਸਟੇਥੇ ਜਿਹੜਾ ਵੈਲਿਊ ਇੱਥੇ ਪੁੱਟ ਕਰ ਲੈਣੇ ਆ ਸੋ 2 ਦੀ ਪਾਵਰ ਸਾਨੂੰ 2 ਇਹਦੀ ਪਾਵਰ ਕਿੰਨੀ ਚਾਹੀਦੀ ਹੈ 1/5 ਸੋ 2 ਰੇਸ ਟੂ ਪਾਵਰ ਇਹ ਕਿੰਨਾ ਹੈ 5 ਟਾਈਮਸ ਹੈ ਸਾਰੇ ਦੀ ਪਾਵਰ ਕਿੰਨੀ ਹੋਗੀ 1 ਓਵਰ 5 ਸੋ ਜਦੋਂ ਇੱਕ ਹੀ ਨੰਬਰ ਦੀਆਂ ਦੋ ਪਾਵਰਸ ਨੇ ਤਾਂ ਆਪਸ ਵਿੱਚ ਕੀ ਕਰਨੀਆਂ ਹਨ ਉਹਨਾਂ ਨੂੰ ਅਸੀਂ ਮਲਟੀਪਲਾਈ 5 ਕੈਨਸਲ ਜਾਊ ਤਾਂ ਸਾਡਾ ਆਨਸਰ ਕਿੰਨਾ ਆ ਗਿਆ 2 इवन ਤੁਸੀਂ 32 ਨੂੰ ਇਸ ਤਰ੍ਹਾਂ ਵੀ ਫੈਕਟਰਾਇਜ਼ ਕਰ ਸਕਦੇ ਸੀ ਜੇਕਰ ਤੁਹਾਨੂੰ ਇਦਾਂ ਈਜ਼ੀ ਲੱਗਦਾ ਹੈ 32 2 ਤੇ ਡਿਵਾਈਡ ਕਰਾਂਗੇ 16 2 ਤੇ ਡਿਵਾਈਡ ਕਰਾਂਗੇ 8 2 3 ਡਿਵਾਈਡ ਕਰਾਂਗੇ 4 2 3 ਡਿਵਾਈਡ ਕਰਾਂਗੇ 2 ਤੇ 2 3 ਡਿਵਾਈਡ ਕਰਾਂਗੇ 1 ਤਾਂ ਇਹ 2 ਕਿੰਨੀ ਵਾਰ ਆ ਗਿਆ ਇੱਥੇ 5 ਵਾਰ ਆ ਗਿਆ ਸੋ ਇਸੇ ਤਰ੍ਹਾਂ ਅਸੀਂ ਲਾਸਟ ਪਾਰਟ ਜਿਹੜਾ ਇਸ ਕੁਐਸਚਨ ਦਾ ਉਹ ਡਿਸਕਸ ਕਰ ਲੈਣੇ ਆ 125 2 1 ਓਵਰ 3 ਸੋ 125 ਨੂੰ ਅਸੀਂ ਕਿਸ ਤੇ ਡਿਵਾਈਡ ਕਰ ਸਕਦੇ ਹਾਂ ਲਾਸਟ 'ਚ 5 ਹੈ ਆਪ ਅਸੀਂ 5 ਤੇ ਡਿਵਾਈਡ ਕਰ ਸਕਦੇ ਹਾਂ ਇਸ ਨੂੰ 5 25 ਦਾ ਫਿਰ so so 5 ਹੈ ਫਿਰ 5 ਤੇ ਡਿਵਾਈਡ ਕਰ ਸਕਦੇ ਹਾਂ 5 5 ਇਜ਼ 25 5 1 ਇਜ਼ 5 ਸੋ 125 ਦੇ ਤਿੰਨ ਪਾਰਟਸ ਹੋ ਗਏ ਨੇ ਸਾਡੇ ਪਾਸ ਕਿਉਂਕਿ ਸਾਡੀ ਪਾਵਰ 1/3 ਹੈ ਈਜ਼ੀ ਹੈ ਇਹ ਸੋ 125 1/3 ਨੂੰ ਮੈਂ ਕੀ ਲਿਖ ਸਕਦਾ 5 5 5 1/3 ਤਾਂ ਇਹ ਕੀ ਬਣ ਜਿਗਾ ਮੇਰੇ ਪਾਸ 5 ਦੀ ਪਾਵਰ 3 ਸਾਰੇ ਦੀ ਪਾਵਰ 1/3 ਜੇ ਇੱਕ ਹੀ ਨੰਬਰ ਦੀਆਂ ਦੋ ਪਾਵਰਸ ਨੇ ਤਾਂ ਉਹ ਆਪਸ ਦੇ ਵਿੱਚ ਕੀ ਹੁੰਦੀਆਂ ਨੇ ਮਲਟੀਪਲਾਈ ਤਾਂ ਆਨਸਰ ਮੇਰੇ ਕੋਲ ਸਿੰਪਲ ਕੀ ਆ ਗਿਆ 5 ਸੋ ਇਹ 1 ਮਾਰਕ ਦਾ ਕੁਐਸਚਨ ਕਈ ਵਾਰ ਇਗਜ਼ਾਮ ਦੇ ਵਿੱਚ ਆ ਜਾਂਦਾ ਹੈ ਐਕਸਰਸਾਈਜ਼ 1.6 ਦੇ ਵਿੱਚੋਂ ਇਸੇ ਤਰ੍ਹਾਂ ਕੁਐਸਚਨ ਨੰਬਰ 2 ਲਗਭਗ ਸੇਮ ਹੈ ਇਹਦੇ ਵਿੱਚ ਉਸ ਦੇ ਵਿੱਚ ਜਿਹੜੀ ਸਾਡੀ ਪਾਵਰ ਹੈ ਉਹ 1 ਓਵਰ ਹੈ ਰੈਸ਼ਨਲੀ ਹੈ 1 ਓਵਰ 2 1 ਓਵਰ 5 টাইਪ ਹੀ ਹੈ ਬਟ ਉਸ ਦੇ ਵਿੱਚ 1 ਨਹੀਂ ਹੈ ਇੱਥੇ 3 ਹੈ 5 ਹੈ 7 ਹੈ ਕੁਝ ਹੋਰ ਹੈ ਤਾਂ ਪਹਿਲਾਂ ਅਸੀਂ ਇਹ ਵਾਲਾ ਪਾਰਟ ਕੈਨਸਲ ਆਊਟ ਕਰਨਾ ਹੈ ਫਿਰ ਜਿੰਨੀ ਪਾਵਰ ਉਨੀ ਪਾਵਰ ਇੱਥੇ ਬਣ ਜੇਗੀ ਉਨਾ ਸਾਨੂੰ ਐਕਸਪੈਂਡ ਕਰਨਾ ਪਏਗਾ ਉਹ ਕੁਐਸਚਨ ਅਸੀਂ ਦੇਖ ਲੈਂਦੇ ਆ ਕੁਐਸਚਨ ਨੰਬਰ 2 ਕੁਐਸਚਨ ਨੰਬਰ 2 ਦੇ ਫਰਸਟ ਪਾਰਟ ਦੇ ਵਿੱਚ ਸਾਡੇ ਪਾਸ ਹੈ 9 ਰੇਸ ਟੂ ਪਾਵਰ 3 ਓਵਰ 2 ਸੋ ਨੀਚੇ ਕਿੰਨਾ ਹੈ 2 ਤਾਂ ਅਸੀਂ ਕਿੰਨੇ ਫੈਕਟਰ ਬਣਾਣੇ ਨੇ ਇਸਦੇ ਦੋ ਪਾਰਟਸ ਕਰਨੇ ਦੋ ਫੈਕਟਰ ਚਾਹੀਦੇ ਨੇ ਸਾਨੂੰ ਸੋ 9 ਨੂੰ ਮੈਂ ਬ੍ਰੇਕ ਅਪ ਕਰ ਸਕਦਾ 3 ਇੰਟੂ 3 ਇਜ਼ 9 ਇਹ ਤਾਂ ਸਭ ਤੋਂ ਈਜ਼ੀ ਹੈ ਸੋ ਰੇਸ ਟੂ ਪਾਵਰ ਕੀ ਹੈ 3 ਓਵਰ 2 ਸੋ 3 ਕਿੰਨੀ ਵਾਰ ਆ ਗਿਆ ਮੇਰੇ ਪਾਸ ਦੋ ਵਾਰ ਆ ਗਿਆ ਸੋ 3 ਦੀ ਪਾਵਰ ਕਿੰਨੀ ਹੋਏਗੀ ਦੋ ਹੋਏਗੀ ਸਾਰੇ ਦੀ ਪਾਵਰ ਕਿੰਨੀ ਆ 3 ਓਵਰ 2 ਜਦੋਂ ਇੱਕ ਹੀ ਨੰਬਰ ਦੀਆਂ ਦੋ ਪਾਵਰਸ ਨੇ ਤਾਂ ਦੋਨੋਂ ਪਾਵਰਸ ਨੂੰ ਅਸੀਂ ਕੀ ਕਰਨਾ ਹੈ ਮਲਟੀਪਲਾਈ ਟੂ ਕੈਨਸਲ ਜਾਊ ਸੋ 3 ਦੀ ਪਾਵਰ ਕਿੰਨੀ ਆ ਗਈ ਮੇਰੇ ਪਾਸ 3 ਆ ਗਈ ਸੋ 3 ਪਾਵਰ ਦਾ ਮਤਲਬ ਕੀ ਹੈ ਕਿ ਜਿਹੜਾ 3 ਹੈ ਉਸ ਨੂੰ ਤਿੰਨ ਵਾਰ ਲਿਖਣਾ ਹੈ ਤੇ ਮਲਟੀਪਲਾਈ ਕਰਨਾ ਹੈ 3 3 ਇਸ 9 3 ਇਸ 27 ਤਿੰਨ 3 9 ਦੀਏ 27 ਤਾਂ ਉੱਤਰ ਕਿੰਨਾ ਆ ਗਿਆ ਸਾਡੇ ਪਾਸ 27 ਸੈਕੰਡ ਪਾਰਟ ਜਿਹੜਾ ਹੈ ਉਹ ਆਲਮੋਸਟ ਅਸੀਂ ਫਸਟ ਪਾਰਟ ਦੇ ਵਿੱਚ ਕਰ ਚੁੱਕੇ ਹਾਂ 32 ਨੂੰ ਅਸੀਂ 5 ਪਾਰਟਸ ਦੇ ਵਿੱਚ ਬ੍ਰੇਕ ਕਰਨਾ ਹੈ ਸੋ ਅਸੀਂ ਬ੍ਰੇਕ ਕੀਤਾ ਸੀ ਉਹਦੇ ਵਿੱਚ 2 ਦੁਨੀ 4 ਦੁਨੀ 8 ਦੁਨੀ 16 ਦੁਨੀ 32 2 2 ਇੰਟੂ 2 ਇਜ਼ 4 2 ਇਜ਼ 8 2 ਇਜ਼ 16 2 ਇਜ਼ 32 2 2 5 ਸੋ 2 ਕਿੰਨੀ ਵਾਰ ਆ ਗਿਆ ਇੱਥੇ ਸਾਡੇ ਪਾਸ 5 ਟਾਈਮਸ ਆ ਗਿਆ ਕਿਉਂਕਿ ਨੀਚੇ 5 ਸੀ 2 5 ਕਿਉਂਕਿ 5 ਵਾਰ ਲਿਖਿਆ ਹੋਇਆ ਹੈ ਤਾਂ 2 ਦੀ ਪਾਵਰ 5 ਲਿਖ ਸਕਦੇ ਆਪਾਂ ਸਾਰੇ ਦੀ ਪਾਵਰ 2/5 ਸੋ ਇੱਥੇ ਅਸੀਂ ਕੀ ਕਰ ਸਕਦੇ ਹਾਂ 5 ਮਲਟੀਪਲਾਈ 2 ਦੀ ਜਿਹੜੀ ਪਾਵਰ ਹੈ 2 ਹੋ ਗਈਆਂ ਨੇ ਪਾਵਰਾਂ ਤਾਂ ਦੋਵੇਂ ਪਾਵਰਸ ਜਿਹੜੀਆਂ ਨੇ ਆਪਸ ਦੇ ਵਿੱਚ ਕੀ ਹੋ ਜਾਣਗੀਆਂ ਮਲਟੀਪਲਾਈ ਤਾਂ 5 ਜਿਹੜਾ ਇਸ ਤੇ ਨੀਚੇ ਇੱਕ ਹੈ ਨੀਚੇ ਹਰ ਜਿਹੜਾ ਹੈ ਅੰਸ਼ ਦੇ ਨਾਲ ਕੈਨਸਲ ਹੋ ਜਾਏਗਾ ਸੋ 2 ਦੀ ਪਾਵਰ ਕਿੰਨੀ ਰਹਿ ਗਈ ਮੇਰੇ ਕੋਲ 2 ਪਾਵਰ 2 ਦਾ ਮਤਲਬ ਕੀ ਹੈ ਕਿ 2 ਨੂੰ ਦੋ ਵਾਰ ਲਿਖਣਾ ਪਏਗਾ ਗੁਣਾ ਕਰਨਾ ਪਏਗਾ 2 2 4 ਸਾਡਾ ਆਨਸਰ ਕੀ ਆ ਗਿਆ 2 2 ਇਜ਼ 4 ਇਸ ਦਾ ਪਾਰਟ 3 ਤੇ ਪਾਰਟ 4 ਵੀ ਦੇਖ ਲੈਣੇ ਆਪਾਂ ਸੋ ਜਿਹੜਾ ਥਰਡ ਪਾਰਟ ਹੈ 16 3 4 ਤਾਂ ਸਾਨੂੰ 16 ਦੇ ਕਿੰਨੇ ਪੀਰ ਚਾਹੀਦੇ ਨੇ 16 ਨੂੰ ਕਿੰਨੇ ਹਿੱਸਿਆਂ ਦੇ ਵਿੱਚ ਤੋੜਨਾ ਪਏਗਾ ਚਾਰ ਹਿੱਸਿਆਂ ਦੇ ਵਿੱਚ ਸੋ ਜੇਕਰ ਮੈਂ 4 4 ਕਰਾਂ 4 ਚੌਕੇ 16 ਤਾਂ ਸਿਰਫ ਦੋ ਹਿੱਸੇ ਬਣੇ ਤੇ ਬਣਾਣੇ ਕਿੰਨੇ ਹਿੱਸੇ ਨੇ ਮੈਂ ਚਾਰ ਤਾਂ ਮੈਨੂੰ ਤੋੜਨਾ ਚਾਹੀਦਾ ਹੈ ਜੇ ਮੈਂ 4 4 ਕਰ ਵੀ ਦੇਆ ਤਾਂ ਸਿਰਫ ਦੋ ਹਿੱਸੇ ਬਣੇ ਦੇ ਮੈਨੂੰ ਬਣਾਣੇ ਨੇ ਚਾਰ ਤਾਂ ਮੈਂ ਚਾਰ ਨੂੰ ਹੋਰ ਤੋੜ ਲੈਣ ਦੋ ਦੋਨੇ ਚਾਰ ਇਹਨੂੰ ਵੀ ਤੋੜ ਦੇਣਾ ਦੋ ਦੋਨੇ 4 ਤਾਂ 2 ਬਣ ਕੇ 2 1 2 3 4 ਚਾਰ ਹੀ ਸੇ ਹੋਗੇ 2 2 2 3 4 ਸੋ 2 ਕਿੰਨੀ ਵਾਰ ਹੈ ਵਿੱਚ ਚਾਰ ਵਾਰ ਹੈ ਤਾਂ 2 ਦੀ ਪਾਵਰ ਕਿੰਨੀ ਹੋਗੀ 4 2 ਦੀ ਘਾਤ ਕਿੰਨੀ ਹੋਗੀ 4 ਤੇ ਸਾਰੇ ਦੀ ਘਾਤ ਕਿੰਨੀ ਹੈ 3 4 3 4 ਪਾਵਰ ਹੈ ਤਾਂ ਜਦੋਂ ਇੱਕ ਹੀ ਨੰਬਰ ਦੀਆਂ ਦੋ ਪਾਵਰਸ ਨੇ ਦੋ ਘਾਤਾਂ ਨੇ ਤਾਂ ਦੋਨਾਂ ਨੂੰ ਅਸੀਂ ਆਪਸ ਵਿੱਚ ਕੀ ਕਰਦੇ ਹਾਂ ਗੁਣਾ ਕਰਦੇ ਆ 3 ਓਵਰ 4 ਸੋ so 4 ਜਿਹੜਾ ਹੈ ਕੈਨਸਲ ਆਊ ਜਿਹੜਾ ਇਹ ਵਾਲਾ 4 ਹੈ ਇਸ ਦੇ نیچے ਕਿੰਨਾ ਹੈ 1 ਤਾਂ نیچے ਤੇ ਉੱਪਰ ਅਸੀਂ ਕੈਨਸਲ ਕਰ ਸਕਦੇ ਆ ਸੋ ਸਾਡੇ ਪਾਸ ਪਾਵਰ ਕਿੰਨੀ ਰਹਿ ਗਈ 2 ਰੇਸ ਟੂ ਪਾਵਰ 3 ਸੋ so ਪਾਵਰ 3 ਦਾ ਮਤਲਬ ਕੀ ਹੈ ਕਿ 2 ਨੂੰ ਸਾਨੂੰ ਤਿੰਨ ਵਾਰ ਲਿਖਣਾ ਪਏਗਾ 2 2 2 ਕਿਉਂਕਿ ਪਾਵਰ ਕਿੰਨੀ ਹੈ 3 ਹੈ ਸੋ ਸਾਡੇ ਪਾਸ ਆਨਸਰ ਕਿੰਨਾ ਆ ਗਿਆ 2 2 4 4 2 8 ਇਸੇ ਤਰ੍ਹਾਂ ਪਾਰਟ 4 ਜਿਹੜਾ ਇਸ ਤੇ ਵੀ ਸਾਡੇ ਪਾਸ 125 ਐ ਇਹ ਕੁਐਸਚਨ ਜਿਹੜਾ ਅਸੀਂ ਪਾਰਟ ਕੁਐਸਚਨ ਨੰਬਰ 1 ਦੇ ਵਿੱਚ ਵੀ ਕਰ ਚੁੱਕੇ ਹਾਂ ਸੋ 125 ਦੇ ਕਿੰਨੇ ਹਿੱਸੇ ਕਰਨੇ ਨੇ ਅਸੀਂ ਤਿੰਨ ਤੇ ਇਸੇ ਅਸੀਂ ਕੀਤੇ ਸੀ 5 5 5 5 5 25 25 5 125 ਦੀ ਪਾਵਰ ਕਿੰਨੀ ਆ ਮਾਈਨਸ 1 ਓਵਰ 3 ਸੋ 5 ਕਿੰਨੀ ਵਾਰ ਆ ਗਿਆ ਸਾਡੇ ਪਾਸ 1 2 3 ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਪਾਵਰ ਤਾਂ ਹਰ ਵਾਰ ਕੈਨਸਲ ਹੋਣੀ ਹੀ ਹੋਣੀ ਹੈ so 5 ਦੀ ਪਾਵਰ ਕਿੰਨੀ ਰਹਿ ਗਈ ਸਾਡੇ ਕੋਲ -1 so 5, so 5 -1 ਤਾਂ ਜਦੋਂ ਕਦੇ ਵੀ ਕਿਸੇ ਨੰਬਰ ਦੀ ਨੈਗੇਟਿਵ ਪਾਵਰ ਹੋਵੇ ਤਾਂ ਉਸ ਨੂੰ ਪੋਜ਼ਿਟਿਵ ਕਰਨ ਦੇ ਲਈ ਅਸੀਂ ਉਸ ਦਾ ਰੈਸੀਪਰੋਕ ਲਿਖ ਦਿੰਦੇ ਹਾਂ ਉਲਟਾ so 5 1 ਇੱਕ ਤਰ੍ਹਾਂ ਨਾਲ ਤਾਂ ਇਸ ਦਾ ਉਲਟ ਕੀ ਹੋਏਗਾ 1 5 5 ਦੀ ਪਾਵਰ ਜਿਹੜੀ ਉਹ ਪੋਜ਼ਿਟਿਵ ਹੋ ਜਾਏਗੀ ਲਾਈਕ ਜੇ 3 7 ਦੀ ਪਾਵਰ -2 ਐ ਇਸ ਨੂੰ ਅਸੀਂ ਸੋਲਵ ਨਹੀਂ ਕਰ ਸਕਦੇ ਤਾਂ ਇਸ ਨੂੰ ਅਸੀਂ ਲਿਖ ਸਕਦੇ ਹਾਂ 7 3 ਪਾਵਰ ਕੀ ਹੋ ਜਾਏਗੀ ਪੋਜ਼ਿਟਿਵ ਪਲੱਸ ਦੀ ਸੋ ਇਸ 네ਗੇਟਿਵ ਪਾਵਰ ਨੂੰ ਸੋਲਵ ਨਹੀਂ ਕੀਤਾ ਜਾ ਸਕਦਾ ਇਸ ਨੂੰ ਪਹਿਲਾਂ ਪੋਜ਼ਿਟਿਵ ਵਿੱਚ ਚੇਂਜ ਕਰਨਾ ਪਏਗਾ ਸੋ ਮੈਂ ਇਸ ਦਾ ਕੀ ਲੈ ਲਿਆ ਰੈਸੀਪਰੋਕ ਲੈ ਲਿਆ ਸੋ ਇਹ ਵੀ ਸਾਡੇ ਪਾਸ ਇੱਕ ਜਿਹੜਾ ਐਕਸਪੋਨੈਂਟ ਦਾ ਰੂਲ ਹੈ ਕਿ ਜਦੋਂ ਪਾਵਰ 네ਗੇਟਿਵ ਹੋਵੇ ਉਸ ਨੂੰ ਸੋਲਵ ਨਹੀਂ ਕਰਦੇ ਉਸ ਨੰਬਰ ਦਾ ਅਸੀਂ ਕੀ ਲੈ ਲੈਣਾ ਰੈਸੀਪਰੋਕ ਜਿਹੜੀ ਪਾਵਰ ਹੈ 네ਗੇਟਿਵ ਤੋਂ ਪੋਜ਼ਿਟਿਵ ਦੇ ਵਿੱਚ ਚੇਂਜ ਹੋ ਜਾਂਦੀ ਹੈ ਮਾਈਨਸ ਤੋਂ ਪਲੱਸ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਸੋ ਕੁਐਸਚਨ ਨੰਬਰ 3 ਜਿਹੜਾ ਹੈ ਉਸ ਦੇ ਵਿੱਚ ਵੀ ਐਕਸਪੋਨੈਂਟ ਦੇ ਰੂਲਸ ਨੇ 3 4 ਉਹ ਹਰ ਕੁਐਸਚਨ ਜਿਹੜਾ ਹੈ ਇੱਕ ਇੱਕ ਰੂਲ ਦੇ ਬੇਸਟ ਹੈ ਫਟਾਫਟ ਡਿਸਕਸ ਕਰ ਲੈਣੇ ਆਪਾਂ ਸੋ ਕੁਐਸਚਨ ਨੰਬਰ 3 ਦਾ ਜਿਹੜਾ ਪਾਰਟ 1 ਹੈ ਉਸ ਦੇ ਵਿੱਚ 2^2 ਪਾਵਰ 2 3 2^2 ਪਾਵਰ 1 5 ਇਸ ਨੂੰ ਅਸੀਂ ਸਿੰਪਲੀਫਾਈ ਕਰਨਾ ਹੈ ਸਰਲ ਕਰਨਾ ਹੈ ਸੋ ਜਦੋਂ ਕਦੇ ਵੀ ਇੱਕ ਹੀ ਨੰਬਰ ਸਾਡੇ ਪਾਸ ਹੋਵੇ ਤੇ ਉਹ ਪ੍ਰੋਡਕਟ ਫਾਰਮ ਦੇ ਵਿੱਚ ਹੋਵੇ a ਦੀ ਪਾਵਰ m ਹੋਵੇ ਤੇ a ਦੀ ਪਾਵਰ n ਹੋਵੇ ਇਹ ਦੋ ਵਾਰ ਆ ਗਿਆ ਤਾਂ ਅਸੀਂ ਉਸ ਜਿਹੜੀਆਂ ਪਾਵਰਸ ਨੇ ਉਹਨੂੰ ਐਡ ਅਪ ਕਰ ਲੈਣੇ ਆ m n ਕਰ ਦਨੇ ਆ ਸੋ ਇੱਥੇ 2 ਦੀ ਪਾਵਰ 2 ਓਵਰ 3 ਹੈ 2 ਦੀ ਪਾਵਰ 1 ਓਵਰ 5 ਹੈ ਤਾਂ ਅਸੀਂ ਇਸ ਦੀਆਂ ਪਾਵਰਾਂ ਨੂੰ ਕੀ ਕਰਦਾਂਗੇ ਐਡ ਕਰਦੇ ਹਾਂਗੇ 2 ਓਵਰ 3 1 ਓਵਰ 5 ਇਹ ਅਸੀਂ 8th ਕਲਾਸ ਦੇ ਵਿੱਚ ਕਰ ਚੁੱਕੇ ਹਾਂ ਬਸ ਪ੍ਰੋਬਲਮ ਕੀ ਹੈ ਕਿ ਇਹ ਸਾਡਾ ਪਾਰਟ ਆ ਗਿਆ ਹੈ ਇਹ ਸਾਡੇ ਕੋਲ ਰੈਸ਼ੀਨਲ ਨੰਬਰ ਆ ਗਏ ਨੇ ਪ੍ਰਾਈਮੇ ਸੰਖਿਆਵਾਂ ਆ ਗਈਆਂ ਸੋ ਇਹਨਾਂ ਨੂੰ ਡਾਇਰੈਕਟਲੀ ਐਡ ਨਹੀਂ ਕਰ ਸਕਦੇ ਸਾਨੂੰ ਬਟਰਫਲਾਈ ਲਗਾਉਣਾ ਪਏਗਾ ਇਸ ਤਰ੍ਹਾਂ ਇਹਨੂੰ ਇਧਰ ਮਲਟੀਪਲਾਈ ਕਰਨਾ ਪਏਗਾ ਇਸ ਨੂੰ ਇਸ ਸਾਈਡ ਸਾਡੇ ਕੋਲ ਬਟਰਫਲਾਈ ਅਪਲਾਈ ਕਰਨ ਤੋਂ ਬਾਅਦ ਕੀ ਆਏਗਾ 2 ਸੈਪਰੇਟ ਵੀ ਕਰ ਸਕਦੇ ਹਾਂ ਅਸੀਂ ਸਾਈਡ ਤੇ ਜਾ ਕੇ 5 2 ਇਜ਼ 10 3 1 ਇਜ਼ 3 3 5 ਇਜ਼ 15 ਸੋ ਸਾਡੇ ਕੋਲ ਸਾਂਸਰ ਕੀ ਆ ਜਾਂਦਾ 2 10 3 ਇਜ਼ 13 ਓਵਰ 15 ਜਿਹੜਾ ਬਟਰਫਲਾਈ ਜਿਹੜਾ ਅਸੀਂ ਮੈਥਡ ਯੂਜ਼ ਕੀਤਾ ਹੈ ਇਸ ਦੇ ਵਾਸਤੇ ਤੁਸੀਂ ਸੈਪਰੇਟ ਸੋਲਵ ਕਰ ਸਕਦੇ ਹੋ ਇਸ ਨੂੰ 2 ਓਵਰ 3 Ten, three, -1/5 ਜੇਕਰ ਤੁਸੀਂ एग्जाम ਦੇ ਵਿੱਚ ਸੈਪਰੇਟ ਸੋਲਵ ਕਰਕੇ ਦਿਖਾ ਦੋਗੇ ਤੇ ਡਾਇਰੈਕਟ ਇਹਦਾ ਆਨਸਰ ਲਿਖ ਦੋਗੇ ਜੀ 5 2 ਇਸ 10 3 1 ਇਸ 3 5 3 ਇਸ 15 13/15 ਤੇ ਡਾਇਰੈਕਟਲੀ 2^13/15 ਆਨਸਰ ਲਿਖ ਦੇਵੋਗੇ ਤਦ ਵੀ ਤੁਹਾਨੂੰ ਪੂਰੇ ਮਾਰਕਸ ਮਿਲਣਗੇ ਦੇ ਇਸੇ ਤਰ੍ਹਾਂ ਪਾਰਟ ਸੈਕੰਡ ਜਿਹੜਾ ਹੈ ਇਸਦੇ ਵਿੱਚ ਸਾਡੇ ਕੋਲ 1 ਓਵਰ 3 ਦੀ ਪਾਵਰ 3 ਹੈ ਤੇ ਸਾਰੇ ਦੀ ਪਾਵਰ ਕਿੰਨੀ ਹੈ 7 ਆਪਾਂ ਪਿਛਲੇ ਕੁਐਸਚਨਾਂ ਦੇ ਵਿੱਚ ਗੱਲ ਕੀਤੀ ਹੈ ਕਿ ਜਦੋਂ ਇੱਕ ਹੀ ਨੰਬਰ ਦੀਆਂ ਦੋ ਪਾਵਰਾਂ ਹੋਣ ਤਾਂ ਆਪਸ ਵਿੱਚ ਮਲਟੀਪਲਾਈ ਹੁੰਦੀਆਂ ਨੇ ਸੋ 1 ਦੀ ਪਾਵਰ ਕਿੰਨੀ ਹੋ ਜੇਗੀ 7 3 ਦੀ ਪਾਵਰ 3 ਵੀ ਹੈ ਤੇ 7 ਵੀ ਹੈ ਤਾਂ 3 ਇੰਟੂ 7 ਸੋ 1 ਦੀ ਪਾਵਰ 7 ਦਾ ਕੋਈ ਮਤਲਬ ਨਹੀਂ ਹੈ 1 ਨੂੰ ਜਿੰਨੀ ਵਾਰ ਮਲਜੀ ਮਲਟੀਪਲਾਈ ਕਰ ਲਿਓ 1 ਹੀ ਆਣਾ ਹੈ ਤੇ 3 ਰੇਸ ਟੂ ਪਾਵਰ ਕੀ ਬਣ ਗਿਆ ਸਾਡੇ ਕੋਲ 7 3 ਇਸ 21 3 ਦੀ ਪਾਵਰ ਕਿੰਨੀ ਬਣ ਗਈ ਹੈ 21 ਸੋ ਇਹ ਸਾਡਾ ਆਨਸਰ ਆ ਗਿਆ ਇਸ ਨੂੰ 21 ਪਾਵਰ ਜਿਹੜੀ ਹੈ ਬਹੁਤ ਜ਼ਿਆਦਾ ਵੱਡੀ ਹੈ ਇਸ ਨੂੰ ਸੋਲਵ ਨਹੀਂ ਕੀਤਾ ਜਾ ਸਕਦਾ ਸੋ ਅਸੀਂ ਇਸ ਨੂੰ ਇੱਥੇ ਹੀ ਛੱਡ ਦਿੰਦੇ ਹਾਂ ਇਹ ਸਾਡਾ ਆਨਸਰ ਹੈ ਇਸੇ ਤਰ੍ਹਾਂ ਪਾਰਟ ਜਿਹੜਾ 3 ਤੇ 4 ਹੈ ਪਾਰਟ 3 ਜਿਹੜਾ ਹੈ ਇਸ ਰੂਲ ਦੇ ਬੇਸਡ ਹੈ ਜੇਕਰ a ਦੀ ਘਾਤ m ਨੂੰ ਅਸੀਂ ਭਾਗ ਕਰ ਦਈਏ a ਦੀ ਘਾਤ n ਦੇ ਨਾਲ ਸੇਮ ਨੰਬਰ ਹੈ ਸਾਡੇ ਕੋਲਸ ਤੇ ਅਸੀਂ ਇਸ ਨੂੰ ਕੀ ਕੀਤਾ ਹੈ ਡਿਵਾਈਡ ਕੀਤਾ ਹੈ ਪਾਵਰਸ ਅਲੱਗ-ਅਲੱਗ ਨੇ ਤਾਂ ਜੇਕਰ ਸੇਮ ਨੰਬਰ ਨੂੰ ਅਸੀਂ ਡਿਵਾਈਡ ਕਰਦੇ ਜਿਹੜੀਆਂ ਪਾਵਰਸ ਨੇ ਉਹ ਸਬਟ੍ਰੈਕਟ ਹੋ ਜਾਂਦੀਆਂ ਨੇ m n ਹੋ ਜਾਂਦੀਆਂ ਨੇ ਸੋ ਇੱਥੇ ਵੀ ਸਾਡੇ ਕੋਲ ਡਿਵਾਈਡ ਹੋ ਰਿਹਾ ਹੈ ਤਾਂ ਮੈਂ ਕੀ ਕਰਾਂਗਾ ਦਾ ਆਨਸਰ ਕੀ ਆਏਗਾ ਮੇਰੇ ਕੋਲ 11^2 ਪਾਵਰ 1/2 1/4 ਇੱਕ ਤਰ੍ਹਾਂ ਨਾਲ ਅਸੀਂ ਇਹ ਦੋ ਰੈਸ਼ੀਅਲ ਨੰਬਰ ਜਿਹੜੇ ਨੇ ਉਹ ਸਬਟ੍ਰੈਕਟ ਕਰਨੇ ਨੇ ਸੋ ਜੇਕਰ ਮੈਂ ਬਟਰਫਲਾਈ ਲਾਵਾਂ 4 1 is 4 2 1 is 2 ਉਹ ਵੀ ਈਜ਼ੀ ਹੈ ਜਾਂ ਮੈਂ ਇਹਨਾਂ ਦੇ ਜਿਹੜੇ ਹਰ ਨੇ ਉਹ ਬਰਾਬਰ ਕਰ ਸਕਦਾ ਦੋ ਦੁਣੀ 4 ਹੋ ਕਰ ਸਕਦਾ ਸੋ ਬਟਰਫਲਾਈ ਯੂਜ਼ ਕਰ ਲੈਣੇ ਇੱਥੇ ਆਪਾਂ 11^2 ਪਾਵਰ 4 1 4 2 8 ਇਨ ਇੱਥੇ ਮਲਟੀਪਲਾਈ ਕਰ ਲੈਣੇ ਇਸ ਨੂੰ ਇੱਥੇ ਕਰ ਲੈਣੇ ਹਨ ਨੂੰ ਆਪਸ ਚ ਸੋ ਹੁਣ ਤੱਕ ਇਹ ਕਰਦੇ ਆਏ ਈਜ਼ੀ ਹੈ ਸੋ 11 ਰੇਸ ਟੂ ਪਾਵਰ ਕੀ ਆ ਜਾਏਗਾ 2 ਓਵਰ 8 ਤੇ ਕੈਨਸਲ ਆਊਟ ਹੋ ਜਾਏਗਾ 1 ਓਵਰ 4 ਤੇ ਸੋ ਆਨਸਰ ਕੀ ਆ ਜਾਏਗਾ 11 ਰੇਸ ਟੂ ਪਾਵਰ 1 ਓਵਰ 4 ਜੇਕਰ ਤੁਸੀਂ ਇੱਥੇ ਹਰ ਨੂੰ ਬਰਾਬਰ ਕਰਨਾ ਚਾਹੋ ਤਾਂ ਉਹ ਵੀ ਕਰ ਸਕਦੇ ਹੋ ਲਾਈਕ 1 ਓਵਰ 2 1 ਓਵਰ 4 ਤਾਂ ਮੈਨੂੰ ਇੱਥੇ 4 ਚਾਹੀਦਾ ਕਿਉਂਕਿ ਇੱਥੇ ਵੀ 4 ਹੈ ਤਾਂ 2 2 ਕਰ ਸਕਦੇ ਹਾਂ ਅਸੀਂ ਸੋ ਇਹ ਬਣ ਜਾਏਗਾ 2 ਓਵਰ 4 1 ਓਵਰ 4 ਤਾਂ ਆਨਸਰ ਆ ਜਾਏਗਾ 1 ਓਵਰ ਔਰ ਇੱਥੇ ਵੀ ਸਾਡੇ ਕੋਲ 1/4 ਹੀ ਹੈ ਸੋ ਅਸੀਂ ਡਾਇਰੈਕਟਲੀ ਲਿਖ ਸਕਦੇ ਹਾਂ 11^1/4 ਇਸੇ ਤਰ੍ਹਾਂ ਜਿਹੜਾ ਪਾਰਟ 4 ਹੈ ਇਹ ਬੜਾ ਈਜ਼ੀ ਹੈ ਥੋੜਾ ਜਿਹਾ ਘੁਮਾ ਕੇ ਪਾਇਆ ਹੋਇਆ ਹੈ ਕੁਐਸਚਨ ਆਪਾਂ ਪਹਿਲਾਂ ਕਰ ਚੁੱਕੇ ਹਾਂ √1/2 ਪਾਵਰ ਦਾ ਮਤਲਬ ਹੈ √7 1/2 ਪਾਵਰ ਦਾ ਮਤਲਬ ਹੈ √8 ਵਿਚਾਲੇ ਮਲਟੀਪਲਾਈ ਹੈ ਤਾਂ ਆਪਾਂ ਗੱਲ ਕੀਤੀ ਸੀ ਕਿ ਜਦੋਂ ਵੀ √7 ਤੇ √ ਦੋਨਾਂ ਦੇ ਉੱਪਰ √ ਹੋਵੇ ਤਾਂ ਦੋਨੇ ਨੰਬਰ ਮਲਟੀਪਲਾਈ ਹੋ ਜਾਂਦੇ ਨੇ ਤਾਂ ਆਨਸਰ ਕਿੰਨਾ ਆਊਗਾ √50 6 ਜਿਵੇਂ ਲਾਸਟ ਕੁਐਸ਼ਨ ਦੀ ਤਰ੍ਹਾਂ ਇਸ ਨੂੰ ਸੋਲਵ ਕਰੀਏ ਤੇ 1 ਰੂਟ ਜਿਹੜਾ ਏ ਸੀ ਪਾਵਰ ਕਿੰਨੀ ਹੁੰਦੀ ਹੈ 1/2 ਫਾਰਮ ਦੇ ਵਿੱਚ ਹੈ ਸਾਡਾ ਚਾਹੇ ਇਸ ਨੂੰ ਇਸ ਤਰ੍ਹਾਂ ਸੋਲਵ ਕਰ ਲਓ ਚਾਹੇ ਇਸ ਤਰ੍ਹਾਂ ਸੋਲਵ ਕਰ ਲਓ ਸੇਮ ਕੁਐਸ਼ਨ ਹੈ ਜਦੋਂ ਕਦੇ ਵੀ ਇੱਕ ਹੀ ਨੰਬਰ ਦੀਆਂ ਸਾਡੇ ਪਾਸ ਏ ਤੇ ਬੀ ਨੰਬਰ ਦੀਆਂ ਪਾਵਰਸ ਸੇਮ ਹੋਣ ਐਮ ਐਮ ਤਾਂ ਅਸੀਂ ਕੰਬਾਈਨਡ ਪਾਵਰ ਲਿਖ ਸਕਦੇ ਹਾਂ ਦੋਨਾਂ ਦੀ ਇਕੱਠੀ ਕਰਕੇ ਤਾਂ ਅਸੀਂ 7 ਤੇ 8 ਨੂੰ ਮਲਟੀਪਲਾਈ ਕਰ ਲਏ 7 8 ਇਸ 56 ਤੇ ਦੋਨਾਂ ਦੀ ਇਕੱਠੀ ਪਾਵਰ ਲਿਖ ਦਿੰਦੇ ਆ 1/2 ਐਕਚੁਅਲ ਦੇ ਵਿੱਚ ਇਹੀ ਹੈ ਇਹ ਸਿਰਫ ਇਸ ਵਾਲੇ ਕੁਐਸਚਨ ਨੂੰ ਘੁਮਾ ਕੇ ਦਿੱਤਾ ਹੈ ਕਿ 7 ਦੀ ਪਾਵਰ 1/2 8 ਦੀ ਪਾਵਰ 1/2 ਐਕਚੁਅਲ ਦੇ ਵਿੱਚ ਕੀ ਹੈ ਇਹ ਵਾਲੇ ਨੰਬਰ ਨੇ √7 root √8 ਜਿਹੜੀ √ ਹੁੰਦਾ ਹੈ ਦੈਟ ਮੀਨਸ ਪਾਵਰ 1/2 ਤਾਂ ਇਹ ਆਪਾਂ ਨੇ ਪੜ੍ਹੇ ਲਾਸਟ ਐਕਸਰਸਾਈਜ਼ ਦੇ ਵਿੱਚ ਕਿ ਇਹਨਾਂ ਨੂੰ ਮਲਟੀਪਲਾਈ ਕਰ ਸਕਦੇ ਹਾਂ 56 ਦੇ ਉੱਪਰ ਕੀ ਆਏਗਾ √ ਆਏਗਾ ਤੇ ਇੱਥੇ ਵੀ ਇਹੀ ਆ ਰਿਹਾ ਹੈ ਸਾਡੇ ਪਾਸ ਸੋ ਦੋਸਤੋ ਜੇਕਰ ਸਾਰਾ ਚੈਪਟਰ ਜਿਹੜਾ ਹੈ ਤੁਹਾਨੂੰ ਸਮਝ ਆਇਆ ਹੋਵੇ ਤੇ ਵੀਡੀਓ ਅੱਛੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਤੁਹਾਡੀ ਕੋਈ ਵੀ ਕੁਇਰੀ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣਾ ਕਮੈਂਟ ਕਰ ਦਿਓ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਕਮੈਂਟ ਤੇ ਰਿਪਲਾਈਟ ਕਰਨ ਦੀ ਹੋਰ ਵੀ ਬਧੇਰੇ ਵੀਡੀਓਜ਼ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਤੇ ਆਉਣ ਲਈ ਧੰਨਵਾਦ